ਸਵਾਗਤ ਹੈ ਹਾਜ਼ਰੀਆਂ ਇੱਕ ਵਾਰਾਂ ਫਿਰ ਤੋਂ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਫੋਕਸ ਤੇ ਪ੍ਰਾਈਮ ਏਸ਼ੀਆ ਟੀਵੀ ਚੈਨਲ ਹਰ ਰੋਜ਼ ਇਸ ਕੋਲੇ ਆਪ ਜੀ ਦੇ ਨਾਲ ਹਾਜ਼ਰੀ ਹੋ ਜਾਂਦੀ ਆ ਤੇ ਰਹੀ ਗੱਲ ਪੰਜਾਬ ਦੀ ਤੇ ਪੰਜਾਬ 'ਚ ਇਸ ਵਕਤ ਮਾਹੌਲ ਚਾਲ ਪੂਰਾ ਤੱਤਾ ਜਿਦਾਂ ਕਿ ਲੈ ਸਲੰਸਰ ਤੇ ਲਿਖਿਆ ਹੁੰਦਾ ਹਾਏ ਤੱਤਾ ਉਦਾਂ ਦਾ ਟਾਈਟਲ ਦਿੱਤਾ ਤੇ ਇਸ ਮਾਹੌਲ-ਜਾਲ ਦੇ ਵਿੱਚ ਉਹ ਵਾਲੀਆਂ ਤਸਵੀਰਾਂ ਆਪਾਂ ਨੂੰ ਬਹੁਤੀਆਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਪੰਜੀਕਸਾਲੀ ਮਿਲਦੀਆਂ ਨੇ ਜਿਹਦੇ ਵਿੱਚ ਆਮ ਤੌਰ ਤੇ ਲੀਡਰਾਂ ਦੇ ਜੁੜੇ ਹੋਏ ਹੱਥ ਸਾਹਮਣੇ ਵੋਟਰਾਂ ਨੂੰ ਜਫੀਆਂ ਪਾਪਾ ਮਿਲਣਾ ਬਜ਼ੁਰਗਾਂ ਦਾ ਅਸ਼ੀਰਵਾਦ ਅਈ ਗੱਲ ਤੇ ਸੁਖ ਨਾਲ ਕਾਗਜ਼ ਵੀ ਦਾਖਲ ਕਰਵਾਏ ਜਾ ਰਹੇ ਉਹਦੇ ਵਿੱਚ ਬੰਦਾ ਦੇਖਦਾ ਆ ਕਿ ਵੀ ਸਾਹਮਣੇ ਵਾਲੇ ਅਫਸਰ ਸਾਹਿਬ ਬੈਠੇ ਹੁੰਦੇ ਆ ਤੇ ਉਮੀਦਵਾਰ ਸਾਹਿਬ ਖੜੇ ਹੋ ਕੇ ਤੇ ਉਹ ਉੱਥੇ ਜਾ ਕੇ ਕਾਗਜ਼ ਦਾਖਲ ਕਰਾਉਂਦੇ ਉਹ ਗੱਲ ਵੱਖਰੀ ਵੀ ਪੰਜ ਸਾਲ ਮੋੜ ਕੇ ਕਿੰਨੇ ਖੜਨਾ ਕਿੰਨੇ ਬੈਣਾ ਉਹ ਤੁਹਾਨੂੰ ਪਤਾ ਹੀ ਆ ਤੇ ਨਾਲ ਆਪਣੇ ਵੀਰ ਪਰਮੇ ਬਾਠੂਰੀ ਬੈਠੇ ਨੇ ਦੀ ਸੁਣ ਲਈ ਹੋਰ ਬਾਦ ਸਾਹਿਬ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾੜੇ ਸੇਤਾ ਸੇਤਾ ਠੀਕ ਆ ਤੁਸੀਂ ਉਹਦੇ ਵਿੱਚੋਂ ਇੱਕ ਕੱਲ ਭੁੱਲ ਗਏ ਨਿਊ ਦੱਸੋ ਆਪਾਂ ਵੇਲੇ ਹੈ ਕਿਹੜਾ ਪ੍ਰੋਗਰਾਮ ਹੋ ਗਿਆ ਇਹ ਤੇ ਸ਼ੁਰੂ ਹੋਇਆ ਸ਼ੁਰੂ ਹੋਇਆ ਗੱਲਾਂ ਦੱਸਣ ਉਹਦੇ ਬ ਉਹਦੇ ਵਿੱਚ ਉਹ ਇਹ ਆ ਕਿ ਤੁਸੀਂ ਇਹ ਵੀ ਦੱਸਿਆ ਕਿ ਕਾਗਜ਼ ਦਾਖਲ ਕਰਾਉਣ ਜਾਂਦੇ ਆ ਤੇ ਉੱਥੇ ਉਮੀਦਵਾਰ ਖੜਾ ਹੈ ਅਧਿਕਾਰੀ ਬੈਠੇ ਆ ਮੁੜ ਕੇ ਤੁਸੀਂ ਆਰਾਮ ਜਨ ਦੱਸ ਦਿੱਤਾ ਕਿ ਮੁੜ ਕੇ ਉਮੀਦਵਾਰ ਸਾਹਿਬ ਜਿਹੜੇ ਜਿੱਤ ਗਏ ਉਹ ਬੈਠੇ ਅਧਿਕਾਰੀ ਖੜੇ ਆ 5 ਸਾਲ ਰਹਿਣਾ ਹਾਂ 5 ਸਾਲ ਰਹਿਣਾ ਇੱਕ ਚੀਜ਼ ਤੁਸੀਂ ਇਹ ਭੁੱਲ ਗਏ ਜਿਹੜੀ ਵੋਟਰਾਂ ਨੂੰ ਕਿ ਤੁਸੀਂ ਕਿੰਨੇ ਉਮੀਦਵਾਰ ਜਿਹੜੇ ਅੱਜ ਕੱਲ ਕਾਗਜ਼ ਭਰਨ ਜਾ ਰਹੇ ਆ ਉਹਨਾਂ ਨੂੰ ਇੰਨੇ ਆਰਾਮ ਦੇ ਨਾਲ ਕਿਤੇ ਦੇਖਿਆ ਹੋ ਕਿਉਂਕਿ ਹੁਣ ਕੋਈ ਰਿਕਸ਼ੇ ਤੇ ਬੈਠ ਕੇ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਕੋਈ ਤੁਰ ਕੇ ਜਾ ਰਿਹਾ ਇਕ ਤਾਂ ਲੁਧਿਆਣੇ ਤੋਂ ਸੁੱਖਣਾ ਇਦਾਂ ਦੇ ਵੀ ਆ ਉਹ ਮੈਂ ਮਾੜਾ ਚੰਗਾ ਨਹੀਂ ਕਹਿੰਦਾ ਉਹਨਾਂ ਨੇ ਵੀ ਉਹ ਹੁਣ ਨਵੇਂ-ਨਵੇਂ ਉਹ ਝਾੜੂ ਵਾਲੇ ਬਣੇ ਆ ਉਹਨਾਂ ਨੇ ਜਾ ਕੇ ਉਹਦਾ ਦਫ਼ਤਰ ਮੂਰੇ ਝਾੜੂ ਲਾਈ ਤੇ ਪਤਾ ਲੱਗ ਜਾ ਮੈਂ ਝਾੜੂ ਵਾਲਾ ਹੀ ਤੇ ਜਦੋਂ ਇਦਾਂ ਦਾ ਕੰਮ ਹੋ ਰਿਹਾ ਕੋ ਪੈਦਲ ਜਾ ਰਿਹਾ ਬਹੁਤ ਸਾਦੇ ਬਣ ਬਣ ਜਾ ਰਹੇ ਆ ਪਰ ਜਦੋਂ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਐਫੀਡੈਵਿਟ ਦੇਖਦੇ ਆ ਉਦੋਂ ਪ੍ਰਾਪਰਟੀ ਦੇਖ ਕੇ ਕੈਸ਼ ਦੇਖ ਕੇ ਕਾਰਾਂ ਦੇਖ ਕੇ ਹਸਾਬ-ਕਿਤਾਬ ਦੇਖ ਕੇ ਲੱਗਦਾ ਕਿ ਭਾਈ ਹੋ ਸਕਦਾ ਕਿ ਜਦੋਂ ਬਹੁਤ ਸਾਰੇ ਸੱਜਣੋਂ ਘਰੇ ਹੁਣ ਤਾਂ ਕੋ ਕੰਮ ਵਾਲੇ ਜਿਹੜੇ ਆ ਜਾਂਦੇ ਹੁਣ ਤਾਂ ਉਹ ਕਹਿੰਦੇ ਨਹੀਂ ਸਭ ਤੋਂ ਜ਼ਿਆਦਾ ਸੁੱਤੇ ਸੁੱਤੇ ਕਰ ਲਿਓ ਜੇ ਬਾਅਦ ਚ ਕਰਿਓ ਉਹਨਾਂ ਦੇ ਸਾਹਮਣੇ ਨਹੀਂ ਠੀਕ ਨਹੀਂ ਫੀਲ ਕਰਦੇ ਸਾਹਮਣੇ ਜਦੋਂ ਝਾੜੂ ਪੋਚਾ ਲੱਗਦਾ ਨਹੀਂ ਇਹ ਤੇ ਗੱਲ ਹੈਗੀ ਇਹ ਤੇ ਗੱਲ ਹੈਗੀ ਵੀ ਐਤ ਕੀ ਲੋਕਾਂ ਨੂੰ ਇਹ ਪਤਾ ਲੱਗ ਰਿਹਾ ਵੇ ਕਿ ਇਹਦੇ ਕੋਲੇ ਕੀ ਹੈਗਾ ਹੀ ਕਿੰਨਾ ਮਾਲ ਵਧ ਗਿਆ ਹੀ ਕਿੰਨਾ ਮਾਲ ਘਟ ਗਿਆ ਹੀ ਨਾਲੋਂ ਨਾਲ ਨਾਲੋਂ ਨਾਲ ਹੈਨਾ ਉਹਦੇ ਜਿੱਦਾਂ ਹਣ ਬਡੇ ਪਾਲ ਸਾਹ ਨੂੰ ਇਹ ਕਾਗਜ਼ ਦਾਖਲ ਕੀਤੇ ਆ ਤੇ ਉਹ ਖਬਰ ਬੜੀ ਮੋਟੀ ਬਣਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਮਦਨ 50 ਲੱਖ ਤੋਂ ਵੱਧ ਘਟੀ ਹਾਂਜੀ ਹਣਾ ਬਦਹੁ ਤੀਰਾ ਬਲਾਈ 50 ਲੱਖ ਤੋਂ ਵੱਧ ਆਮਦਨ ਘਟੀ ਫਿਰ ਜੋਂ ਥੱਲੇ ਉਦੋਂ ਬਾਅਦ ਮਨ ਲੋ ਪੜਦਾ ਵੀ ਅਸ਼ਾ ਆ ਆ ਹੈਗਾ ਜੇ ਫਿਰ ਥੋੜੇ ਚਿਰ ਕੋਈ ਨਹੀਂ ਇੰਨੇ ਨਾ ਹੀ ਫਰਕ ਪੈਂਦਾ ਮਾਲਾ ਊਠ ਤੋਂ ਛਾਣ ਨਹੀਂ ਲਾਉਣ ਵਾਲੀ ਗੱਲ ਹੀ ਹੋਈ ਹੈ ਤੁਸੀਂ ਦੇਖੋ ਕਮਾਲ ਦੀ ਗੱਲ ਸੰਧਾਲੀਆ ਸਭ ਮੰਨ ਲਓ ਕਿ ਆਪਾਂ ਪਰਿਵਾਰ ਦੇ ਮੈਂਬਰਾਂ ਪੰਜ ਛੇ ਜੇ ਆਪਾਂ ਇਹ ਦੇਖੀਏ ਕਿ ਤੁਹਾਡੀਆਂ ਕਿਉਂਕਿ ਉਹ ਇਹ ਨਹੀਂ ਕਿ ਉਹਨਾਂ ਦੀ ਪ੍ਰਾਪਰਟੀ ਘਟ ਗਈ ਹੈ ਇਹ ਨਹੀਂ ਕਿ ਉਹਨਾਂ ਦਾ ਕਰਜ਼ਾ ਵੱਧ ਗਿਆ ਉਹਨਾਂ ਦੀ ਆਮਦਨ ਘਟੀ ਹੈ ਕਿ ਜੇ ਪਹਿਲਾਂ ਕੋਈ ਵੀ ਲੀਡਰ ਹੈ ਬਾਦੋ ਸਭ ਦੀ ਗੱਲ ਨਹੀਂ ਕਿ ਜੇ ਪਹਿਲਾਂ ਉਹ 50 ਲੱਖ ਕਮਾਉਂਦੇ ਸੀ ਹੁਣ ਫਿਰ ਉਹਨਾਂ ਨੂੰ 45 ਲੱਖ ਕਮਾ ਆਇਆ ਜਾਂ 25 ਲੱਖ ਕਮਾਇਆ ਕਮਾਈਆਂ ਹੋਈਆਂ। ਤੁਸੀਂ ਦੇਖੋ ਕਿ ਜਿਹੜੇ ਲੀਡਰ ਕਮਾਈ ਘਟਣ ਦੇ ਬਾਵਜੂਦ ਵੀ ਕਮਾਈ ਹੋ ਰਹੀ ਹੈ। ਉਹ ਸੁਭਾ ਹੋਰ ਕਰਜ਼ਾਈ ਹੋ ਰਿਹਾ। ਯਾਨੀ ਇਹ ਕਿੱਦਾਂ ਹੋ ਸਕਦਾ ਹੈ ਕਿ ਜੇ ਪਰਿਵਾਰ ਦੇ ਸਾਰੇ ਮੈਂਬਰ ਵਧੀਆ ਕਮਾ ਰਹੇ ਹੈ। ਘਰ ਕਰਜ਼ਾਈ ਹੋ ਰਿਹਾ ਇਦਾਂ ਥੋੜੀ ਹੁੰਦਾ। ਪਰ ਇੱਥੇ ਲੀਡਰ ਜਿਹੜੇ ਆ ਉਹਨਾਂ ਦੀ ਕਮਾਈ ਹੋਈ ਜਾਂਦੀ ਹੈ ਚਾਹੇ ਥੋੜੀ ਹੁੰਦੀ ਹੈ ਚਾਹੇ ਵਧੀਆ ਹੁੰਦੀ ਹੈ ਤੇ ਦੂਜੇ ਪਾਸੇ ਜਿਹੜਾ ਪੰਜਾਬ ਹੈ ਉਹ ਐਂ ਕਰਕੇ ਥੱਲੇ ਨੂੰ ਆਈ ਜਾਂਦਾ। ਇਹ ਪਤਾਨੀ ਕੀੜਾ ਪਤੰਗ ਹੈ ਜਿਹਨੂੰ ਤੁਣਕਾ ਮਾਰਿਓ ਤਾਂ ਉਹ ਨੂੰ ਨਹੀਂ ਜਾਂਦਾ ਥੱਲੇ ਨੂੰ ਆਉਂਦਾ ਹੀ ਇਹ ਚੱਕਰ ਪਤਾ ਕੀ ਹੈ ਬੇਸਿਕਲੀ ਜਿਹੜਾ ਪੀਪਾ ਨਾ ਖਜ਼ਾਨੇ ਵਾਲਾ ਉਹਦੇ ਵਿੱਚ ਪੱਤੀ ਲਵਾ ਕੇ ਦੋ ਹਿੱਸੇ ਕਰ ਲਿਓ ਉਹਦੇ ਠੀਕ ਠੀਕ ਉਹਦੇ ਚ ਇਦਾਂ ਹੋਇਆ ਵੀ ਜਿਹੜਾ ਤੇ ਹੈਗੀ ਆਮਦਨ ਆਹਾ ਉਹ ਆਮਦਨ ਵਾਲੀ ਜਿਹੜੀ ਪੱਤੀ ਆ ਉਹ ਉਹਦਾ ਉਸ ਪਾਸਿਓਂ ਪੀਪੇ ਦਾ ਥੱਲੇ ਐ ਨਹੀਂ ਹੂੰ ਹੂੰ ਉਹ ਆਮਦਨ ਜਿਹੜੀ ਸੂਬੇ ਦੀ ਖਜ਼ਾਨੇ ਚ ਜਾਣੀ ਚਾਹੀਦੀ ਉਹ ਖਜ਼ਾਨੇ ਚ ਜਾਂਦੀ ਲੱਗਦੀ ਹੈ ਪਰ ਥੱਲੇ ਉਹਦੀ ਕਿਤੇ ਹੋਰ ਚਲੇ ਜਾਂਦੀ ਹੈ ਤੇ ਜਿਹੜਾ ਉਹ ਕਹਿੰਦੇ ਵਿਕਾਸ ਕਰਨਾ ਕਹਿੰਦੇ ਇਹਦੀ ਵਿਕਾਸ ਕਰਨ ਲਈ ਯਾਰ ਖਜ਼ਾਨਾ ਇਧਰ ਲਾ ਇਸਾ ਇਹਦੇ ਇਹਦੇ ਜ ਕੋਈ ਨਾ ਕੋਈ ਪ੍ਰੋਪਰਟੀ ਗਹਿਣੇ ਦਰੂ ਜਿੱਦੋਂ ਕਰਜ਼ਾ ਲਓ ਕਿਸੇ ਬੈਂਕ ਦੇ ਹੱਥ ਢੋ ਕੋਈ ਜੇ ਮੰਨ ਲਓ ਕੇਂਦਰ ਸਰਕਾਰ ਦੀ ਗ੍ਰਾਂਟ ਆਵੇ ਉਹਨੂੰ ਕਿਸੇ ਹੋਰ ਪਾਸਿਓਂ ਕਮਾ ਕੇ ਕਿਸੇ ਹੋਰ ਪਾਸੇ ਲਾ ਦਿਓ ਵਿਕਾਸ ਕਰਨਾ ਤੇ ਉਹ ਆਪਾਂ ਕਰਜ਼ੇ ਨਾਲ ਤੇ ਗ੍ਰਾਂਟਾਂ ਨਾਲ ਤੇ ਜਿਹੜੀ ਸੂਬੇ ਦੀ ਆਮਦਨ ਹੈ ਜਿਹਦੇ ਨਾਲ ਵਿਕਾਸ ਹੋਣਾ ਚਾਹੀਦਾ ਜਾਂ ਬਜਟ ਚੱਲਣਾ ਚਾਹੀਦਾ ਉਹ ਚੋਰ ਮੋਰੀ ਰਹੀਂ ਕਿਤੇ ਹੋਰ ਰੌਲਾ ਤੇ ਇਹੋਈ ਨਹੀਂ ਉਹ ਪੀਪਾ ਬਦਲਣ ਨਾਲ ਆ ਜਿਹਦੇ ਚ ਆ ਕੰਮ ਚੱਲਣ ਡਿਆ ਆ ਜਿੱਦਾਂ ਹੀ ਤੁਸੀਂ ਖਜ਼ਾਨੇ ਦਾ ਜ਼ਿਕਰ ਕੀਤਾ ਨਾ ਮੈਨੂੰ ਖਜ਼ਾਨਾ ਮੰਤਰੀ ਜੀ ਤੇ ਆ ਗਿਆ ਮਨਪ੍ਰੀਤ ਸਿੰਘ ਬਾਦਲ ਖੋ ਕਿ ਬੜਾ ਲੰਬਾ ਸਮਾਂ ਹੋ ਗਿਆ ਥੋੜਾ ਜਿਹਾ ਟਾਈਮ ਪਰਮਿੰਦਰ ਸਿੰਘ ਢੀਂਡਸਾ ਸਾਹਬ ਦੇ ਕੋਲੇ ਰਿਹਾ ਸੀ ਉਹ ਪੀਪਾ ਖਜ਼ਾਨੇ ਵਾਲਾ ਨਹੀਂ ਤਾਂ ਬੜਾ ਲੰਬਾ ਸਮਾਂ ਹੋ ਗਿਆ ਮਨਪ੍ਰੀਤ ਸਿੰਘ ਬਾਦਲ ਹੋਰੀ ਉਹਦੀ ਸਾਮ ਸੰਭਾਲ ਕਰਦੇ ਆਂ ਚੰਗੇ ਤਰੀਕੇ ਰਾਤੀ ਜਿੰਦਾ ਲਾਉਣਾ ਈ ਗਿਣ ਕੇ ਪੈਸੇ ਵਿੱਚ ਰੱਖਣੇ ਆ ਸਵੇਰੇ ਉੱਠ ਕੇ ਜਿੰਦਾ ਖੋਲਣਾ ਈ ਫੇ ਗਿਣਨੇ ਆ ਰਜਿਸਟਰ ਦੇ ਵਿੱਚ ਦਰਜ ਕਰਨੇ ਆ ਕਿ ਪੂਰੇ ਆ ਹਲੋ ਹੁਣ ਤੱਕ ਤੇ ਮੈਨੂੰ ਲੱਗਦਾ ਇਹ ਖਜ਼ਾਨੇ ਨੂੰ ਵੀ ਨਾ ਆਦਤ ਜੀ ਪੈ ਗਈ ਜਦਾਂ ਮੱਝ ਨਹੀਂ ਹੱਥੇ ਪੈ ਜਾਂਦੀ ਉਹਦਾ ਖਜ਼ਾਨਾ ਹੱਥੇ ਪੈ ਗਿਆ ਮਨਪ੍ਰੀਤ ਬਾਦਲ ਸਾਹਿਬ ਦੀ ਇੱਤੀ ਹੋਣਾ ਉਹ ਕਿਉਂਕਿ ਜਿੰਨੀ ਕੁ دیر ਆਏ ਸੀ ਆਪਣੇ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਫਾਈਨਾਂਸ ਮਿਨਿਸਟਰ ਬਣੇ ਉਨੀ ਕੁ دیر ਉਹਨਾਂ ਨੂੰ ਕਹਿੰਦੇ ਹੋਣੇ ਯਾਰ ਇਹ ਤਾਂ ਪੰਜਾਬੀ ਦੇ ਵਿੱਚ ਜਾਂਦਾ ਖੋਲਦੇ ਜਾਂਦਾ ਉਰਦੂ ਜੀ ਖੋਲੇ ਤਾਂ ਕੀ ਆ ਬਾਤਾਂ ਹੈ ਹਨਾ ਬੜੀ ਜ਼ੁਬਾਨ ਬੜੀ ਵਧੀਆ ਹੈ ਉਹ ਹੁਣ ਮਨਪ੍ਰੀਤ ਸਿੰਘ ਬਾਦਲ ਹੋਰੀ ਬਠਿੰਡਾ ਸ਼ਹਿਰੀ ਤੋਂ ਐਮਐਲਏ ਨੇ ਉੱਥੋਂ ਹੀ ਜਿੱਤ ਕੇ ਖਜ਼ਾਨਾ ਮੰਤਰੀ ਬਣੇ ਇਹਦੀ ਬੜੀ ਚਰਚਾ ਚੱਲਦੀ ਸੀ ਕਿ ਮਨਪ੍ਰੀਤ ਸਿੰਘ ਬਾਦਲ ਚਾਹੁੰਦੇ ਆ ਕਿ ਚੰਡੀਗੜ੍ਹ ਰਹਿ ਕੇ ਮਿਨਿਸਟਰੀ ਕਰੀਦੀ ਐ ਤੇ ਉੱਥੇ ਜਾਣ ਆਉਣ ਨੂੰ ਬੜਾ ਟਾਈਮ ਲੱਗਦਾ ਜੇ ਲਾਗੇ ਖਰੜੋਂ ਡੈਕਟ ਮਿਲ ਜਵੇ ਤਾਂ ਚੰਗਾ ਆਹ ਮੋੜ ਹਲਕਾ ਮੋੜ ਰਾਜਧਾਨੀ ਮੋੜ ਸਰਕਾਰੀ ਦਫ਼ਤਰ ਮੋੜ ਘਰ ਹੋਵੇ ਤਾਂ ਸਾਰੇ ਕੰਮ ਈਜ਼ੀ ਹੋ ਜਾਂਦੇ ਆ ਕਿਹਾ ਨਹੀਂ ਸੀ ਕਦੇ ਉਹਨਾਂ ਨੇ ਚਰਚਾ ਚੱਲਦੀ ਸੀ ਪਰ ਚਲੋ ਅਗਲੇ ਕਹਿੰਦੇ ਨਹੀਂ ਜੀ ਇਦਾਂ ਨਹੀਂ ਗੱਲ ਬਣਨੀ ਹਲਕਾ ਨਹੀਂ ਆਪਾਂ ਬਦਲਣਾ ਤੁਸੀਂ ਉੱਥੋਂ ਹੀ ਚੋਣ ਲੜੋ ਉਹ ਕਹਿੰਦੇ ਗੱਲ ਕਿਹੜੀ ਆ ਬਟਿੰਡੇ ਸ਼ਾਹਰੀ ਚ ਕੰਮ ਬੜੇ ਕੀਤੇ ਮਨਪ੍ਰੀਤ ਸਿੰਘ ਬਾਦਲ ਬੋਟਰਾ ਨੂੰ ਸੰਬੋਧਨ ਕਰਨ ਗਿਆ 50 60 ਬੰਦੇ ਹੀ ਬੈਠੇ ਆ ਮੂਰੇ ਜਿੰਨੀ ਕਿ ਚੋਣ ਕਮਿਸ਼ਨ ਨੇ ਆਗਿਆ ਦਿੱਤੀ ਆ ਵੀਡੀਓ ਬਣ ਰਹੀ ਆ ਮੂਰੇ ਮਨਪ੍ਰੀਤ ਸਿੰਘ ਬਾਦਲ ਨੇ ਨਾਲ 8 10 ਉਹਨਾਂ ਦੇ ਸਮਰਥਕ ਜਿਹੜੇ ਲੋਕਲ ਲੀਡਰ ਸਾਹਿਬਾਨ ਹੁੰਦੇ ਉਹ ਨੇ ਇੱਕ ਨੌਜਵਾਨ ਉੱਠਦਾ ਬਾਦਲ ਸਾਹਿਬ ਬਾਦਲ ਸਾਹਿਬ ਕਹਿ ਕੇ ਗੱਲ ਕਰਦਾ ਜੀ ਕਹਿ ਕੇ ਗੱਲ ਕਰਦਾ ਇੱਕ ਵੀ ਮਾੜਾ ਸ਼ਬਦ ਨਹੀਂ ਬੋਲਦਾ ਉਹ ਕਹਿੰਦੇ ਜੀ ਮੈਂ ਇੱਕ ਸਵਾਲ ਕਰਨਾ ਹੈ ਕਰੋ ਜੀ ਉਹ ਕਹਿੰਦੇ ਮੂਰੇ ਉਹ ਕਹਿੰਦੇ ਜੀ ਜਦੋਂ ਤੁਸੀਂ ਮਨਪ੍ਰੀਤ ਸਿੰਘ ਬਾਦਲ ਜੀ ਇਲੈਕਸ਼ਨ ਤੋਂ ਪਹਿਲਾਂ ਇੱਥੋਂ ਦੀ ਲੰਘਦੇ ਹੁੰਦੇ ਸੀ ਤੁਸੀਂ ਆਪ ਕਿਹਾ ਸੀ ਕਿ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਜਦੋਂ ਮੈਂ ਆ ਥਰਮਲ ਦੇਖਦਾ ਇਹਦੀਆਂ ਚਿਮਨੀਆਂ ਚੋਂ ਧੂਆ ਨਿਕਲੂਗਾ ਇਹ ਹੋਰ ਵੱਡਾ ਕਰਾਂਗੇ ਇੱਥੋਂ ਕੰਮ ਮਿਲੇਗਾ ਉਹ ਕਹਿੰਦੇ ਜੀ ਤੁਸੀਂ ਬੰਦ ਕਰ ਦਿੱਤਾ ਉਹ ਕਹਿੰਦੇ ਮੈਂ ਕਦੇ ਨਹੀਂ ਕਿਹਾ ਉਹ ਕਹਿੰਦਾ ਮੇਰੇ ਕੋਲ ਵੀਡੀਓ ਆ ਉਹ ਕਹਿੰਦਾ ਜੀ ਹੋਰ ਗੱਲ ਕਰੋ ਲਾਗੇ ਬੈਠੋ ਯਾਰ ਹੋਰ ਗੱਲ ਕਰੋ ਏਕ ਉਹਨਾਂ ਨੂੰ ਪਤਾ ਕੀ ਕਹਿੰਦਾ ਉਹ ਜਿਹੜਾ ਮੇਰੇ ਵਰਗਾ ਮੂਰੇ ਲੱਕੜੀ ਫਾਕੜੀ ਸੀ ਇਹਨੇ ਪੀਤੀ ਆ ਉਹ ਅਗਲਾ ਕਹੀ ਜਾਂਦਾ ਮੇਰੇ ਕੋਲ ਵੀਡੀਓ ਆ ਕੋਈ ਆਪਸ਼ਬਦ ਨਹੀਂ ਬੋਲਿਆ ਉਹ ਕਹਿੰਦਾ ਜੀ ਮੇਰੇ ਫੇਰ ਦੂਜੀ ਸੁਣ ਲਓ ਇੱਥੇ ਮਨਪ੍ਰੀਤ ਸਿੰਘ ਬਾਦਲ ਖੜੇ ਨੇ ਵਿਚਾਲੇ ਪੰਜ ਚਾਰ ਬੰਦੇ ਹੋਰ ਨੇ ਉਹ ਮੂਰੇ ਬੈਠੇ ਜਿਹੜੇ ਉੱਥੋਂ ਬੜਾ ਸੁਧਾਰਨ ਬੰਦਾ ਉਹ ਕਹਿੰਦਾ ਜੀ ਤੁਸੀਂ ਕਹਿੰਦੇ ਸੀ ਕੱਚੇ ਕੰਮੇ ਪੱਕੇ ਕਰਦੇ ਆ ਕੀ ਕੀਤਾ ਉਹ ਕਹਿੰਦੇ ਲਾਗੇ ਇੱਕ ਦੋ ਬੀਬੇ ਬੈਠਿਆਂ ਨਾ ਹੀ ਵੀ ਸਾਰੇ ਬੈਠੇ ਆ ਨਾ ਤੈਨੂੰ ਬਹੁਤ ਸਵਾਲ ਕਾਲੇ ਆਏ ਆ ਇਦਾਂ ਥੋੜੀ ਹੁੰਦੀ ਆ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਕਰ ਦਿੱਤੇ ਉਹ ਵੀ ਪੱਕੇ ਕਹਿੰਦੇ ਥਰਮਲ ਬੰਦ ਕਰਨਾ ਪੈਣਾ ਸੀ ਕੰਮੇ ਅਸੀਂ ਪੱਕੇ ਕਰ ਦਿੱਤੇ ਤੇ ਉਹ ਬੰਦੇ ਨੂੰ ਭ ਪੰਜ ਸੱਤ ਬੰਦੇ ਜਿਹੜੇ ਹੋਰਾਂ ਦੇ ਚਲ 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 ਕਾ ਕਾ ਪੀਤੀ ਆ ਪੀਤੀ ਉਹ ਕਹਿੰਦੇ ਮੈਂ ਕੋਈ ਪੀਤੀ ਪੂਤਰੀ ਭਾਵੇਂ ਮੇਰਾ ਮੁਲਾਜ਼ਾ ਕਰਾ ਲਓ ਹੁਣ ਦੋਨੋਂ ਸਵਾਲ ਜਾਇਜ਼ ਪੁੱਛੇ ਸੀ ਉ ਆਪਾਂ ਲੱਭਣਾ ਨਹੀਂ ਹੁੰਦਾ ਵੋਟਾਂ ਆਈਆਂ ਨੇ ਜਲਸੇ ਕਰਨੇ ਆ ਜੇ ਉਦੋਂ ਆਪਾਂ ਸ਼ਰੇਆਮ ਕਹਿ ਦਾਂਗੇ ਕਿ ਪਾਈ ਆ ਗੱਲ ਮੈਂ ਕਦੇ ਕੀਤੀ ਨਹੀਂ ਅਗਲਾ ਮਹੀ ਉਹ ਵੀਡੀਓ ਦੀ ਗੱਲ ਕਰਦਾ ਫਿਰ ਉਹ ਕੱਚੇ ਮੁਲਾਜ਼ਮਾਂ ਦੇ ਪੱਕੇ ਹੋਣ ਦੀ ਗੱਲ ਕਰਦਾ ਕਹਿ ਦਿੰਦੇ ਜਿ ਕਰਤੇ ਐ ਤੇ ਫਿਰ ਜਿਹੜੇ ਵਿਚਾਲੇ ਵਾਲੇ ਬੰਦੇ ਆ ਮੈਂ ਆਪਣੇ ਵਰਗੇ ਤਾਂ ਐਵੇਂ ਹੀ ਕਹਿ ਗਏ ਜਿਹੜੇ ਥੋੜੇ ਅੜਕੇ ਬੰਦੇ ਆ ਉਹ ਫਿਰ ਅਗਲੇ ਨੂੰ ਬਾਹੋਂ ਫੜ ਕੇ ਕਹਿਣ ਸ਼ਰਾਬੀ ਆ ਪਰੇ ਤੁਰ ਦਿਓ ਇਦਾਂ ਲੋਕਤੰਤਰ ਥੋੜੀ ਚੱਲਣਾ ਪਰ ਲੋਕ ਜਾਗੇ ਪਏ ਆ ਜੇ ਜਿੱਤੇ ਜਾਗੇ ਆ ਤੇ ਉਹ ਲੋਕ ਕਿਹੜੇ ਜਾਗੇ ਜਿਹੜੇ ਲਾਗੋਂ ਚੁੱਪ ਕਰਾਉਣ ਵਾਲੇ ਸੀ ਉਹ ਤੇ ਲੋਕਾਂ ਹੀ ਸੀਗੇ ਮੈਂ ਇਹੀ ਤੇ ਮੇਰਾ ਤਰਾਜ ਦੇਖੋ ਪਿਛਲੀ ਸ਼ਰਤ ਵੀ ਇਸੇ ਕਰਕੇ ਸੀ ਉਹ ਗਾਂ ਵਾਲੀ ਜਿਹੜੀ ਲਾਉਣੀ ਉਹ ਵੀ ਇਸੇ ਕਰਕੇ ਆ ਵੀ ਇਹ ਜਦ ਤੱਕ ਆਪਾਂ ਲੀਡਰ ਵਾਲੇ ਪਾਸੇ ਹੋ ਕੇ ਸੋਚਾਂਗੇ ਨਾ ਵੀ ਯਾਰ ਅੱਜ ਆਇਆ ਹੈ ਜਾਂ ਅਸੀਂ ਦਰੀ ਵਿਛਾਈ ਹੈ ਜਾਂ ਸਾਡੇ ਘਰੋਂ ਚਾਹ ਪੀਤੀ ਹੈ ਜਾਂ ਫਲਾਨੇ ਨੇ ਮੇਰੀ ਥੋੜੀ ਜੀ ਨੇੜਤਾ ਹੈਗੀ ਆ ਤੇ ਮੈਂ ਹੁਣ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਨਾ ਉਹ ਗੱਲ ਵੱਖਰੀ ਹੈ ਵੀ 5 ਸਾਲ ਬਾਅਦ ਨਾਮ ਮਨਪ੍ਰੀਤ ਬਾਲਸਾਹੂ ਨੂੰ ਜਾਂ ਜਿਹੜੇ ਵੀ ਕੋ ਲੀਡਰ ਸਾਹਿਬ ਦੇ ਗਾਂ ਅੱਗੇ ਇਲਚੀ ਹੈਗੇ ਆ ਉਹਨਾਂ ਨੂੰ ਨਹੀਂ ਪਤਾ ਦਾ ਵੀ ਇਹ ਬਦਾ ਕੌਣ ਆ ਕੀ ਇਹਦਾ ਨਾਂ ਕੀ ਨਹੀਂ ਲੈਣਾ ਉਦੋਂ ਉਸ ਦਰਾ ਨਹੀਂ ਬਸ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਉਹ ਸਿਰ ਪੜਵਾਉਣ ਤੱਕ ਜਾਂਦੇ ਜਿਹੜੇ ਅੱਗੇ ਆਹ ਉਹਦੇ ਤੋਂ ਥੋੜਾ ਜਿਹਾ ਪਰਹੇਜ਼ ਕਰ ਲੈਣ ਤੇ ਉਹਨਾਂ ਦਾ ਭਲਾ ਜਿਉਂਕਿ ਜਿਹੜਾ ਬੰਦਾ ਕੋਈ ਸਵਾਲ ਪੁੱਛਣ ਵਾਲਾ ਹੋਊਗਾ ਵੀ ਤੂੰ ਉੱਥੇ ਹੀ ਰਹਿੰਦਾ ਹਣਾ ਨਾਲੇ ਉਹਨੇ ਕਿਹੜਾ ਕੋਈ ਵੱਖਰੀ ਗੱਲ ਪੁੱਛ ਲਈ ਵੀ ਮਹਾਰਾਜ ਉਹ ਪਾਕਿਸਤਾਨ ਦਾ ਕੀ ਕਰਨਾ ਲੋਕਲ ਗੱਲੀ ਹੈ ਲੋਕ ਰੀਤਮ ਸਿੰਘ ਕੋਟਪਾਈ ਐਮਐਲਏ ਸਾਹਿਬ ਉਹ ਆਉਂਦੇ ਆ ਤੇ ਜਦੋਂ ਉਹ ਆਉਂਦੇ ਆ ਤੇ ਇਦਾਂ ਬੈਠੇ ਚਾਰ ਜਣੇ ਕੁਰਸੀਆਂ ਦੇ ਉੱਤੇ ਪਰ ਪਰਲੇ ਪਾਸੇ ਮਾਈਕ ਰੱਖਿਆ ਆ ਆਠਾ ਨਹੀਂ ਸੀ ਜਿਵੇਂ ਬਣਿਆ ਮਾਈਕ ਰੱਖਿਆ ਸੀ ਬਸ ਤੇ ਜਦੋਂ ਮਾਈਕ ਰੱਖਿਆ ਤੇ ਮੁਰੇ ਸੱਜਣ ਪਿੰਡ ਦੇ ਉੱਥੇ ਬੈਠੇ ਉੱਥੇ ਨਹੀਂ ਕੋਈ ਬੋਲਿਆ ਉੱਥੇ ਫਿਰ ਇੱਕੋ ਜਗਜੀਤ ਸਿੰਘ ਮਾਨ ਸਾਹਿਬ ਸੱਜਣ ਨੇ ਉਹਨਾਂ ਨੇ ਫਿਰ ਮਾਈਕ ਸਾਹਿਬ ਆ ਕੇ ਕਹਿੰਦੇ ਜੀ ਬਹੁਤ ਸਤਕਾਰਯੋਗ ਆਏ ਹੋ ਬੈਠੇ ਹੋ ਥੋੜੇ ਮਿੰਟ ਲਵਾਂਗਾ ਗੱਲ ਕਰਨੀ ਆ ਤੁਸੀਂ ਸਤਕਾਰਯੋਗਾਂ ਪੁਰਾਣੇ ਬੰਦੇ ਆ ਤੁਹਾਡੀ ਪਾਰਟੀ ਦੇ ਗੱਲ ਕਿਹੜੀ ਆ ਅਈ ਤਾਂ ਕਈ ਕੁਸ਼ਣ ਉਹਨੇ ਆਖਿਆ ਫਿਰ ਉਹ ਕਹਿੰਦੇ ਜੀ ਦੋ ਤਿੰਨ ਨਹੀਂ ਤਾਂ ਸਵਾਲ ਨੇ ਸਾਰੇ ਇੱਕ ਤਾਂ ਇਹ ਦੱਸਿਓ ਕਿ 2 ਲੱਖ ਰੁਪਈਆ ਅਨਾਉਂਸ ਕੀਤਾ ਸੀ ਮੁੜ ਕੇ 21 ਟੈਲੀਫੋਨ ਕੀਤੇ ਕਿਦਣ ਕੀਤਾ ਕਿੰਨੇ ਵਜੇ ਕੀਤਾ ਕਿਹਨੇ ਚੱਕਿਆ ਸਾਰਾ ਕੁਝ ਨੋਟ ਪਿਆ ਜੇ ਕਹੋਂ ਪੜ੍ਹ ਕੇ ਸੁਣਾ ਦੇਣਾ ਮੁੜ ਕੇ ਤੁਸੀਂ ਫੋਨ ਚੱਕਣਾ ਬੰਦ ਕਰਤਾ ਫਿਰ ਤੁਹਾਡੇ ਬੇਟੇ ਦਾ ਨੰਬਰ ਸੀ ਉਹਨੂੰ ਈਨੀ ਵਾਰੀ ਫੋਨ ਕੀਤਾ ਫਰ ਉਹਨੇ ਵੀ ਚੱਕਣਾ ਬੰਦ ਕਰਤਾ ਕਹਿੰਦੇ ਪੈਸੇ ਨਹੀਂ ਹੁਣ ਲੈਣੇ ਸਿਰਫ ਇਹੀ ਗੱਲ ਪੁੱਛਣੀ ਆ ਕਿ ਜ਼ੁਬਾਨ ਕਿੱਥੇ ਐ ਪੈਸੇ ਤਾਂ ਲਾਹ ਤੇ ਕਹਿੰਦੇ ਕੋਲੋਂ ਕਿਉਂ ਕਹਿੰਦੇ ਤੁਸੀਂ ਜ਼ੁਬਾਨ ਦਿੱਤੀ ਸੀ ਮੈਂ ਕਾਹਾਂ ਲੋਕਾਂ ਨੂੰ ਦਿੱਤੇ ਗੱਲ ਕਿਹੜੀ ਐ ਉਦੇ ਤੋਂ ਬਾਅਦ ਦੂਸਰੀ ਗੱਲ ਉਹ ਕਹਿੰਦੇ ਜੀ ਇੰਨੀ ਗੱਲ ਜ਼ਰੂਰ ਦੱਸਣਾ ਆ ਘਰਾਂ ਦੇ ਉੱਤੇ ਪਿਛਲੀ ਵਾਰੀ ਤੁਹਾਡੇ ਝੰਡੇ ਲੱਗੇ ਹੋ ਸੀ ਐਤਕੀ ਇੱਥੇ ਕਿਸਾਨਾਂ ਦੇ ਝੰਡੇ ਲੱਗੇ ਆ ਇਹਦੇ ਪਿੱਛੇ ਕਾਰਨ ਤਾਂ ਤੁਹਾਨੂੰ ਵੀ ਪਤਾ ਹੋਣਾ ਤੇ ਜਿਹੜੀ ਸਿਰੇ ਦੀ ਗੱਲ ਕੀਤੀ ਉਹ ਕਹਿੰਦੇ ਜੀ ਤੁਹਾਡੇ ਵਿਰੋਧ ਦੇ ਵਿੱਚ ਇੱਕ ਬੰਦਾ ਖੜਾ ਹੈ ਦੂਸਰੇ ਹਲਕੇ ਤੋਂ ਬਦਲ ਕੇ ਆਇਆ ਹਮ ਸਾਡਾ ਉਹਦੇ ਨਾਲ ਲੈਣ ਦੇਣ ਕੋਈ ਨਹੀਂ ਸਵਾਲ ਉਹਨੂੰ ਵੀ ਠੋਕ ਕੇ ਪੁੱਛਣੇ ਸਾਡੇ ਕੋਲ ਸਵਾਲ ਪਏ ਨੇ ਪਰ ਇੱਕੋ ਹੀ ਗੱਲ ਕਿ ਉਹ ਤੁਹਾਡੇ ਤੇ ਕੋਈ ਵੇਚਣ ਬਚਾਉਣ ਦੇ ਦੋਸ਼ ਲਾਉਂਦਾ ਉਹ ਲਾਉਂਦਾ ਕਹਿੰਦੇ ਅਸੀਂ ਨਹੀਂ ਲਾਉਂਦੇ ਨਾ ਕਹਿੰਦੇ ਮੈਂ ਤੁਹਾਡੀ ਕੋਈ ਵੀਡੀਓ ਦੇਖੀ ਕਿ ਤੁਸੀਂ ਉਹਦਾ ਖੰਡਨ ਕੀਤਾ ਹੋਵੇ ਨਾ ਮੈਂ ਕੋਈ ਇਦਾਂ ਦੀ ਪਟੀਸ਼ਨ ਦੇਖੀ ਕਿ ਤੁਸੀਂ ਉਹਦੇ ਤੇ ਮਾਨਹਾਨੀ ਦਾ ਕੇਸ ਕੀਤਾ ਹੋਵੇ ਚਲੋ ਪਹਿਲਾਂ ਨਹੀਂ ਦੱਸਿਆ ਅੱਜ ਦੱਸ ਦੋ ਉਹ ਬੜੇ ਸ਼ਾਂਤੀ ਨਾਲ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬੜੀ ਸੱਭਿਅਕ ਭਾਸ਼ਾ ਦੇ ਵਿੱਚ ਸਰਸਰ ਕਹਿ ਕੇ ਜਦੋਂ ਆ ਕੁਝ ਹੁੰਦਾ ਤੇ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਹੋਗਾ ਨੋਟ ਹੀ ਕਰਨ ਲਾਗੇ ਬੰਦਿਆਂ ਕਰ ਲੈਣਾ ਲੈ ਦੱਸ ਬੰਦਾ ਹੱਸ ਜਾਂਦਾ ਅੱਛਾ ਜੀ ਬੋਲ ਪੈ ਤਾਂ ਵੀ ਠੀਕ ਹੈ ਜੀ ਨੋਟ ਕਰ ਲਿਆ ਤਾਂ ਵੀ ਠੀਕ ਹੈ ਨੋਟ ਕੀ ਕੀਤਾ ਹੋਗਾ ਬਲਾ ਮੈਂ ਸਮਝ ਗਿਆ ਲੈਦਾ ਸਾਥੀ ਅਹੀਂ ਤੇ ਗੱਲ ਕਰਦਾ ਵੀ ਨੋਟ ਕਰ ਲਿਆ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਜੀ ਅੱਗੇ ਤੋਂ ਆਪਾਂ ਨਹੀਂ ਕਰਨੇ ਆ ਯਾਰ ਇਦਾਂ ਕਿਦਾਂ ਯਾਰ ਤੁਸੀਂ ਮਣੋਰ ਉਪਾਸੇ ਨਾਲ ਲਾ ਲਿਓ ਗੱਲ ਨਹੀਂ ਠੀਕ ਹੈ ਬਾਕੀ ਚਲੋ ਆਹ ਫੇਰ ਨੋਟ ਤੇ ਕਰਨਾ ਹੀ ਪੈਂਦਾ ਉਹ ਤਾਂ ਕਰਨਾ ਹੀ ਪੈਂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਲ ਗਿਆ ਭਦੌੜ ਮੈਨੂੰ ਪਤਾ ਸੀ ਤੁਸੀਂ ਉਧਰ ਆਉਣਾ ਹੀ ਮੈਂ ਕਿਹਾ ਮੈਂ ਪਹਿਲਾਂ ਦੱਸ ਦਿਆਂ ਉੱਥੇ ਇੱਕ ਤਾਂ ਜਿਹੜੇ ਕੱਚੇ ਮੁਲਾਜ਼ਮ ਸੀ ਉਹ ਮਰਦਾਬਾਦ ਕੀਤੀ ਉਹਨਾਂ ਨੇ ਫਿਰ ਕਿਸਾਨ ਜੱਥੇਬੰਦੀਆਂ ਕੁਝ ਇਕੱਠੀਆਂ ਹੋ ਗਈਆਂ ਕਿ ਮੁਆਵਜ਼ਾ ਜੀ ਸਾਰਿਆਂ ਨੂੰ ਮਿਲ ਗਿਆ ਤੁਸੀਂ 111 ਦਿਨ ਮੁੱਖ ਮੰਤਰੀ ਰਹੇ ਹੋ ਪਰ ਕਹਿੰਦੇ ਆ ਕਿ ਬੰਦ ਕਮਰਾ ਮੁਲਾਕਾਤ ਉਹਨਾਂ ਨੇ ਕੀਤੀ ਐ ਪਰ ਕਹਿਣ ਦਾ ਭਾਵ ਹੈ ਕਿ ਅਗਲੇ ਕਹਿੰਦੇ ਆ ਕਿ ਆਹੋ ਹੁਣ ਇਦਾਂ ਹੀ ਚੱਲੂ ਜੀ ਦੇਖੋ ਕਾਰਨ ਆ ਬਾਟ ਸਾਹਿਬ ਇਹ ਗੱਲਾਂ ਤੇ ਹੁਣ ਹੋਣੀਆਂ ਇਹਦੇ ਲਈ ਅੱਜ ਕੱਲ ਲੀਡਰ ਵੀ ਪ੍ਰੀਪੇਅਰ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਕੋਈ ਗੱਲ ਨਹੀਂ ਆ ਆਕਸ ਆਕ ਕੱਟਣ ਦੀ ਗੱਲ ਐ ਇੱਕ ਇੱਕ ਦਿਨ ਕਰਕੇ 20 ਫਰਵਰੀ ਨੇੜੇ ਆਉਂਦੀ ਜਾਂਦੀ ਐ ਜਿੱਦਾਂ 20 ਫਰਵਰੀ ਲੰਘਣੀ ਐ ਸੁਖ ਦਾ ਸਾਹ ਆਉਣਾ ਹੀ ਕੀ ਐ ਨੇ ਠੀਕ ਹੈ ਸੁਖਦਾ ਸਾਹਿਬ ਤਾਂ ਹੁਣ ਲੋਕ ਹੀ ਦੱਸਣਗੇ ਨਾ ਅੱਗੇ ਇਹ ਕਿਹੜਾ ਇਲੈਕਸ਼ਨ ਸੀ ਕਿ ਸੁਖਦਾ ਸਾਹਿਬ ਇੱਕ ਸਾਲ ਆਇਆ ਸੀ ਨਹੀਂ ਨਹੀਂ ਉਹ ਗੱਲਾਂ ਠੀਕ ਆ ਤੁਸੀਂ ਐਵੇਂ ਸਾਨੂੰ ਡਰਾਉਨੇ ਹੋ ਪੁਰਾਣੀ ਗੱਲ ਐ ਨਿਕਲ ਗਈ ਜੀ ਹੁਣ ਅਸੀਂ ਉਹ ਕੀਤੀ ਅਰੇ ਮੈਂ ਚਲੋ ਇਹਦੇ ਹੋ ਗਈ ਗੱਲ ਵਿਰੋਧ ਦੀ ਆਪਾਂ ਕੋਈ ਕਾਗਜ਼ ਕੋਈ ਜਿਹਾ ਵੀ ਭਰਾਈਏ ਕਿਸੇ ਦੇ ਨਹੀਂ ਕਾਗਜ਼ ਮੈਂ ਤਾਂ ਉੱਥੇ ਹੌਲੀ ਹੌਲੀ ਤੁਹਾਨੂੰ ਲੈ ਕੇ ਆਇਆ ਨਾ ਉੱਥੇ ਕਾਗਜ਼ ਭਰਉਣ ਵਾਲੇ ਥਾਂ ਦੇ ਆ ਪਾ ਗਿਆ ਵੀ ਦੇਖੋ ਕਾਰਨ ਐ ਵੀ ਪਹਿਲਾਂ ਤਾਂ ਆਪਾਂ ਹੀ ਦੱਸਿਆ ਵੀ ਭਧੌੜ ਚੰਨੀ ਸਾਹਿਬ ਗਈ ਕਿਉਂ ਹੂੰ ਕਿਉਂਕਿ ਕਾਰਨ ਐ ਵੀ ਜਿਹੜੀ ਲਿਸਟ ਆਈ ਉਸ ਲਿਸਟ ਦੇ ਵਿੱਚ ਭਦਾਵੜ ਹਲਕਾ ਲਿਖਿਆ ਅਗਲੇ ਪਾਸੇ ਲਿਖਿਆ ਚਰਨਜੀਤ ਸਿੰਘ ਚੰਨੀ ਜੀ ਪੜਨ ਵਾਲਿਆਂ ਨੂੰ ਭੁਲੇਖਾ ਵੇ ਜਾਂ ਤਾਂ ਇਹ ਗਲਤੀ ਨਾਲ ਲਿਖਿਆ ਗਿਆ ਜਾਂ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਕੋਲ ਹੋਰ ਵੀ ਹੈਗਾ ਕਿਉਂਕਿ ਕਿਹਾ ਗਿਆ ਹੈ ਨਾ ਕਿ ਇੱਕ ਬੰਦਾ ਤੇ ਇੱਕੋ ਹੀ ਟਿਕਟ ਪਰਿਵਾਰ ਚ ਵੀ ਨਹੀਂ ਦੇਣੀ ਕਿੰਨੇ ਬੰਦੇ ਨਾਰਾਜ਼ ਕੀਤੇ ਉਹਨਾਂ ਨੇ ਪਰ ਨਹੀਂ ਫਿਰ ਕਲੀਅਰ ਹੋਇਆ ਵੀ ਨਹੀਂ ਜੀ ਇਹ ਤਾਂ ਜਿਹੜੇ ਹੋਣ ਵਾਲੇ ਮੁੱਖ ਮੰਤਰੀ ਦਾ ਨਾਮ ਵਾਇਦਾ ਹੈ ਉਹੋ ਹੀ ਚਮਕੌਰ ਸਾਹਿਬ ਦੇ ਨਾਲ ਭਦਾਵੜ ਤੋਂ ਇਲੈਕਸ਼ਨ ਲੜ ਰਹੇ ਸੋ ਉੱਥੇ ਕਾਗਜ਼ ਪਰ ਨਾਏ ਸੀ ਤੇ ਉਹਨਾਂ ਨੇ ਜਿਹੜਾ ਸੰਬੋਧਨ ਕੀਤਾ ਨਾ ਪਹਿਲੀ ਲਾਈਨ ਗੋਦ ਲੈ ਲਓ ਕਹਿੰਦੇ ਮੈਨੂੰ ਲੇ ਦੱਸ ਉਹਨੇ ਗੋਦ ਲੈ ਲਓ ਉੱਥੇ ਮੈਂ ਚਮਕੌਰ ਸਾਹਿਬ ਦੇਖ ਲਓ ਆਜ਼ਾਦ ਸ਼ੁਰੂ ਹੋਇਆ ਸੀ ਅਗਲੀ ਵਾਰ ਉਤੋਂ ਵੱਧ ਵੋਟਾਂ ਅਗਲੀ ਵਾਰ ਉਤੋਂ ਵੱਧ ਵੋਟਾਂ ਹੁਣ ਮੈਂ ਤੁਹਾਡੇ ਕੋਲ ਆ ਗਿਆ ਉਹਨਾਂ ਨੇ ਉਹ ਸੁਦਾਮਾ ਦੇ ਕ੍ਰਿਸ਼ਨ ਭਗਵਾਨ ਵਾਲੀ ਗੱਲ ਵੀ ਕੀਤੀ ਕਿ ਸੁਦਾਮਾ ਬਣ ਕੇ ਮੈਂ ਆਇਆ ਉਹ ਕਹਿੰਦੇ ਬਸ ਤੁਸੀਂ ਮੈਨੂੰ ਗੋਦ ਲੈ ਲਓ ਤੇ ਮੈਨੂੰ ਕੋਈ ਉਹ ਵੱਡਿਆਂ ਬੰਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆਮ ਸਾਦਾ ਸਧਾਰਨ ਬੰਦਾ ਮੈਂ ਦੇਖੋ ਆਪਾਂ ਤੁਹਾਡੇ ਭਦੌੜ ਦਾ ਤੇ ਪੂਰੇ ਮਾਲਵੇ ਦਾ ਵਿਕਾਸ ਕਿਦਾਂ ਕਰਨਾ ਉੱਥੇ ਹੋਣਾ ਸਾਰਾ ਨਹੀਂ ਇਹ ਗਲਤ ਠੀਕ ਹੈ ਯਾਨੀ ਮਾਲਵੇ ਤੋਂ ਐਮਐਲਏ ਬਣ ਕੇ ਹੀ ਮਾਲਵੇ ਦਾ ਵਿਕਾਸ ਹੋਣਾ ਯਾਨੀ ਫਿਰ ਦੁਆਬੇ ਦੇ ਮਾਝੇ ਦਾ ਨਹੀਂ ਹੋਣਾ ਵੈਸੇ ਗੱਲ ਆ ਫਿਰ ਉਹ ਗੱਲਾਂ ਨਹੀਂ ਨਹੀਂ ਉਹ ਨਹੀਂ ਗੱਲਾਂ ਮੈਂ ਦੇਖੋ ਇੱਕ ਇਥੇ ਤੁਹਾਨੂੰ ਦੱਸਦਾ ਬੜੀ ਕਲੀਅਰ ਘਟਜੀ ਗੱਲ ਇੱਕ ਇਹ ਹੈ ਕਿ ਉਹ ਹੁਣ ਪਧੌੜ ਚਲੇ ਗਏ ਚਮਕੌਰ ਸਾਹਿਬ ਸ੍ਰੀ ਚਮਕੌਰ ਸਾਹਿਬ ਦਾ ਅੱਜ ਕਹਿੰਦੇ ਡਵੈਲਪਮੈਂਟ ਹੋ ਗਈ ਹੈ ਭਗਵੰਤ ਮਾਨ ਨੂੰ ਰੀਤਾ ਕਹਿੰਦੇ ਆ ਕਿ ਬੱਲੇ 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 ਮੁबारकਾ ਮੁबारकਾ ਆ ਗਿਆ ਚੰਨੀ ਸਾਹਿਬ ਆ ਗਿਆ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਲੋਕ ਸਭਾ ਹਲਕਾ ਪੈਂਦਾ ਉਹ ਕਹਿੰਦੇ ਜੀ ਆ ਜਾਓ ਆ ਜਾਓ ਸੰਗਰੂਰ ਬਰਨਾਲਾ ਆਪਣਾ ਹੀ ਆ ਬਰਨਾਲੇ ਦੇ ਵਿੱਚ ਹੀ ਭਦੌੜ ਹੈ ਤੇ ਭਦੌੜ ਤੋਂ ਉਹ ਕਹਿੰਦੇ ਜੀ 2014 ਦੀ ਲੋਕ ਸਭਾ ਸੀਟ 'ਚ ਵੀ ਸਾਡੀਆਂ ਵੋਟਾਂ 17 ਦੀ ਵਿਧਾਨ ਸਭਾ ਚੋਣ ਚ ਵੀ ਸਾਡਾ ਪ੍ਰਮਲ ਜਿੱਤਿਆ ਉਹ ਵੱਖਰੀ ਗੱਲ ਹੈ ਕਿ ਥੋੜਾ ਹੋ ਗਿਆ ਉਹਦੇ ਤੋਂ ਬਾਅਦ 2019 ਚ ਲੋਕ ਸਭਾ ਚੋਣਾਂ ਹੋਈਆਂ ਫੇਰ ਸਾਡਾ ਬੰਦਾ ਜਿੱਤਿਆ ਤੇ ਆਪਾਂ ਹੀ ਵਿੱਚ ਦਿੱਤੇ ਆ ਹੁਣ ਕਹਿੰਦੇ ਤੁਸੀਂ ਆਓ ਸੀ ਆ ਤਾਂ ਵਧੀਆ ਹੀ ਹੋ ਗਿਆ ਚਮਕੌਰ ਸਾਹਿਬ ਤੋਂ ਤਾਂ ਕਹਿੰਦੇ ਸਫਬਿਲਿਟੀ ਯਾਨੀ ਇੱਥੋਂ ਹੀ ਚੰਗੀ ਤਰ੍ਹਾਂ ਜਿਹੜਾ ਗੋਲਜੀ ਕਰਕੇ ਭੇਜਾਂਗੇ ਆ ਨਹੀਂ ਇਹ ਤਾਂ ਦੇਖੋ ਪ੍ਰਧਾਨ ਨੇ ਉਹਨਾਂ ਕਹਿਣੇ ਸੀ ਨਾਲ ਸਹਿ ਇਨਚਾਰਜ ਹੈ ਨਾ ਰਗਵ ਚਾੜਾ ਸਾਹਿਬ ਜੀ ਉਹ ਜਦਾਂ ਹਿੰਦੀ ਬੋਲਦੇ ਹੁੰਦੇ ਉਹਨਾਂ ਨਾਲ ਚਲੋ ਹਿੰਦੀ ਤੇ ਆਪਾਂ ਪੰਜਾਬੀ ਚ ਆ ਜਾਈਏ ਉਹ ਕਹਿੰਦੇ ਅਸੀਂ ਪਹਿਲਾਂ ਕਹਿੰਨੇ ਆ ਹਮ ਹਮ ਸਾਡੀ ਗੱਲ ਤੇ ਐ ਠਾ ਕਰਕੇ ਮੋਹਰ ਲੱਗੀ ਐ ਵੀ ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਹਾਰ ਰਹੇ ਸੀ ਇਹ ਗੱਲ ਜਦੋਂ ਸਰਵੇ ਵਿੱਚ ਵੀ ਗੱਲ ਕਲੀਅਰ ਹੋ ਗਈ ਸਾਡੇ ਵਾਲਾ ਸਰਵੇ ਤਾਂ ਬੋਲਦਾ ਬੋਲਦਾ ਝੂਠਾ ਕਾਂਗਰਸ ਪਾਰਟੀ ਵਾਲਾ ਆਪਣਾ ਕਰਾ ਲਿਆ ਹੋਵੇ ਫਿਰ ਉਹ ਕਹਿੰਦਾ ਤੇਰਾ ਪਲਾਉ ਜਾ ਯਾਰ ਮੁੱਖ ਮੰਤਰੀ ਸਾਹਿਬ ਨਾਲ ਹਰਾ ਕੇ ਬਹਿ ਜਾਏ ਕਿਤੇ ਇਸ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਭਧੌੜ ਲਿਆਂਦਾ ਪਰ ਕਾਰਨ ਇਹ ਵੀ ਕਾਲੀ ਕਾਲੀ ਚ ਭਧੌੜ ਲੈ ਗਏ ਤੇ ਹਲਕਾ ਵੀ ਉਹ ਲੈ ਜਾਂਦਾ ਵੀ ਜਿੱਥੋਂ ਦਾ ਐਮਪੀ ਵੀ ਭਗਵੰਤ ਮਾਨ ਜਿੱਥੋਂ ਦਾ ਐਮਐਲਏ ਵੀ ਭਗਵੰਤ ਮਾਨ ਤੇ ਜਿੱਥੋਂ ਦੀਆਂ ਪਿਛਲੀਆਂ 3 ਚੋਣਾਂ ਵੀ ਆਂਦੀਆਂ ਵੀ ਆਮ ਆਦਮੀ ਪਾਰਟੀ ਹੁਣ ਇਹ ਪਤਾ ਨਹੀਂ ਵੀ ਕਹਿੰਦੇ ਵੀ ਚੰਨੀ ਸਾਹਿਬ ਨਾਲ ਕਿਸੇ ਨੇ ਵੈਰਤ ਨਹੀਂ ਕੱਢਦਾ ਉੱਥੋਂ ਉਹਨੂੰ ਟਿਕਟ ਦੇ ਕੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪਰ ਚੰਨੀ ਸਾਹਿਬ ਕਹਿੰਦੇ ਆ ਕਿ ਬਹੁਤ ਵਧੀਆ ਇੱਥੋਂ ਕੰਮ ਹੋਏਗਾ ਕਿਉਂਕਿ ਦੇਖੋ ਪਾਰਟੀ ਨੇ ਉਹਨਾਂ ਨੂੰ ਭੇਜਿਆ ਹੈ ਲੱਗਦਾ ਇਹ ਹੈ ਕਿ ਜਿਹੜੀਆਂ 69 ਸੀਟਾਂ ਮਾਲਵੇਚ ਨੇ 117 ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਨੇ ਚਮਕੌਰ ਸਾਹਿਬ ਤੋਂ ਸ਼ਾਇਦ ਹਾਰ ਦੇ ਡਰੋਂ ਇਦਾਂ ਮਹਿਸੂਸ ਨਹੀਂ ਹੁੰਦਾ ਲੱਗਦਾ ਇਹ ਹੈ ਕਿ ਉਪ ਮੁੱਖ ਮੰਤਰੀ ਦੋ ਨੇ ਉਹ ਦੋਨੋਂ ਬੰਦੇ ਓਪੀ ਸੋਨੀ ਉਪ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਵੀ ਉਪ ਮੁੱਖ ਮੰਤਰੀ ਨੇ ਮਾਝੇ ਚੋਂ ਆ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹ ਵੀ ਮਾਝੇ ਚੋਂ ਆ ਜਿੱਥੋਂ ਚਰਨਜੀਤ ਸਿੰਘ ਚੰਨੀ ਆਉਂਦੇ ਆ ਉਹ ਵੀ ਮਾਲਵੇ ਦਾ ਤੁਰ ਖੇਤਰ ਨਹੀਂ ਹੈਗਾ ਯਾਨੀ ਕੋਈ ਵੀ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਇਹਨਾਂ ਚਾਰਾਂ ਚੋਂ ਮੁੱਖ ਮੰਤਰੀ ਦੋ ਉਪ ਮੁੱਖ ਮੰਤਰੀ ਚੌਥੇ ਪਾਰਟੀ ਦੇ ਪ੍ਰਧਾਨ ਉਹ ਮਾਲਵੇ ਚੋਂ ਨਹੀਂ ਸੀ ਤੇ ਜਦੋਂ ਮਾਲਵੇ ਚੋਂ ਨਹੀਂ ਸੀ ਤਾਂ ਫਿਰ ਮਾਲਵੇ ਦੀਆਂ 78 ਸੀਟਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਖਾਸ ਤੌਰ ਦੇ ਉੱਤੇ ਭਦੌੜ ਭੇਜਿਆ ਕਿ ਇੱਕ ਤਾਂ ਇਥੋਂ ਆਮ ਆਦਮੀ ਪਾਰਟੀ ਦਾ ਹਵਾਰ ਬਹੁਤ ਹੈ ਤੁਸੀਂ ਜਾਓਗੇ ਇੱਕ ਖਾਸ ਭਾਈਚਾਰੇ ਦੀਆਂ ਵੋਟਾਂ ਨਾਲ ਜੁੜਨਗੇ ਆ ਉਹ ਤਾਂ ਇਸੇ ਹਿਸਾਬ ਨਾਲ ਵੀ ਜਾਂਦੇ ਆ ਕਿ ਭਾਈ ਤੁਸੀਂ ਪਧੌੜ ਗਏ ਤਾਂ ਤੁਹਾਡੇ ਕਰਕੇ ਮਹਿਲਕਲਾਂ ਤੁਹਾਡੇ ਕਰਕੇ ਬਰਨਾਲਾ ਤੇ ਬਾਕੀ ਬਹੁਤ ਸਾਰੀਆਂ ਸੀਟਾਂ ਤੇ ਅਸਰ ਹੋਏਗਾ ਠੀਕ ਗੱਲ ਹੈ ਪਰ ਇਹ ਵੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਹੋਣੀ ਕਿਉਂਕਿ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੈ ਪਿਛਲੀ ਵਾਰ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਸ਼੍ਰੀ ਚਮਕੌਰ ਸਾਹਿਬ ਤੋਂ ਵੀ ਮੁਕਾਬਲਾ ਹੋਇਆ ਸੀ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਚਰਨਜੀਤ ਸਿੰਘ ਸੀਗੇ ਇੱਥੋਂ ਵੀ ਜੇ 2017 ਜਾਂ 2019 'ਚ ਦੇਖੀਏ ਤਾਂ ਉੱਪਰ ਥੱਲੇ ਕਾਂਗਰਸ ਆਮ ਆਦਮੀ ਪਾਰਟੀ ਤੇ ਕਾਂਗਰਸ ਹੁੰਦੇ ਰਿਹਾ ਆ ਅਕਾਲੀ ਦਲ ਪਿੱਛੇ ਰਿਹਾ ਤੇ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਹੈ ਦਿੱਲੀ ਦੇ ਵਿੱਚ ਉਹਨੂੰ ਅਰਵਿੰਦ ਕੇਜਰੀਵਾਲ ਕਹਿੰਦੇ ਆ ਉਹ ਵੀ ਇਦਾਂ ਹੀ ਉਸ ਵੇਲੇ ਦੀ ਮੁੱਖ ਮੰਤਰੀ ਕਾਂਗਰਸੀ ਬੀਬੀ ਸ਼ੀਲਾ ਦੀਕਸ਼ ਦੇ ਖਿਲਾਫ ਖੜਾ ਹੋ ਗਿਆ ਸੀ ਇੱਕ ਵਾਰੀ ਹੂੰ ਆਹੋ ਆ ਨਹੀਂ ਆਹੋ ਸਵੇਤੇ ਪਗਨ ਸੋਨੋ ਯਾ ਕਹਣਾ ਪਗਨ ਸਿੰਘ ਮਾਨੋਰਾ ਉਹ ਕਹਿੰਦੇ ਯਾਰ ਮੈਂ ਬੜਾ ਹੈਰਾਨ ਆ ਕਿ ਮੁੱਖ ਮੰਤਰੀ ਸਾਹਿਬ ਅੱਜ ਕਹਿੰਦੇ ਤਾਜਾ ਤੱਤਾ ਉਹਨਾਂ ਨੋਟਾਂ ਨੂੰ ਹੱਥ ਨਹੀਂ ਲੱਗਦਾ ਜਿਨ੍ਹਾਂ ਦਾ ਸਾਹਤਾ ਵਜੇ ਚੱਲਦਾ ਉਹ ਆਣ ਕੇ ਕਹਿੰਦੇ ਇੱਥੇ ਆ ਕੇ ਕਹਿੰਦੇ ਮੈਂ ਗਰੀਬ ਆ ਕਹਿੰਦੇ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਗਰੀਬ ਹੋ ਰਹੀ ਉਹਦਾ ਗਰੀਬ ਉਥੇ ਲਾਭ ਸੋਂ ਸਾਡਾ ਸਾਡਾ ਲਾਭ ਸੋਂ ਉਹ ਲਾਭ ਸੋਂ ਦੇ ਦੋ ਕੋਠੇ ਆ ਇੱਕ ਉਹਦੇ ਕੋਲੇ ਮੋਟਰਸਾਈਕਲ ਉਹ ਵੀ 14 ਮਾਡਲ ਲਈ ਫਿਰਦਾ ਉਹ ਪਤਾ ਨਹੀਂ ਵੀ ਉਹਦੀ ਸਰਵਿਸ ਰੋਜ਼ ਹੁੰਦੀ ਕਿ ਨਹੀਂ ਹੁੰਦੀ ਅਸਲ ਗਰੀਬ ਉਹ ਆ ਤੇ ਉਹ ਮੁੰਡਾ ਸਾਡਾ ਸਵੇਰੇ ਪਠਾ ਤੱਥਾ ਕਰਕੇ ਉਹ ਤੋਂ ਬਾਅਦ ਪ੍ਰਚ ਹੁਣ ਤੁਸੀਂ ਉਹਦੇ ਸਾਹਮਣੇ ਦੇਣਾ ਨਾ ਘਟੋ ਘਟਕੋ ਵੀ ਮੈਂ ਗਰੀਬ ਆ ਅਸਲ ਗਰੀਬ ਉਹ ਆ ਸੰਧਾਲੀ ਐਸਾ ਮੈਂ ਇੱਕ ਫਾਰਮੂਲਾ ਦੇਣਾ ਸੀ ਅੱਜ ਟਾਈਮ ਹੈਗਾ ਅੱਜ ਦਾ ਦਿਨ ਹੈਗਾ ਨਾ ਕਾਗਜ਼ ਭਰਨੂ ਅੱਜ ਅੱਜ ਤੇ ਆਖਰੀ ਹੈਗੀ ਹੈਗਾ ਤਾਂ ਹੈ ਨਾ ਜੇ ਸਾਰਾ ਦਿਨ ਅੱਜ ਕਾਗਜ਼ਾਂ ਤੋਂ ਮੈਨੂੰ ਯਾਦ ਆਇਆ ਮੈਂ ਚੇਤਾ ਕਰਾਦਾ ਭਦੌੜ ਤੋਂ ਮਹ ਜੀ ਮਨਜੀਤ ਘਰੋਲਾ ਨੇ ਕਾਗਜ਼ ਭਰਨੇ ਨਹੀਂ ਨਹੀਂ ਮੈਂ ਪਹਿਲਾਂ ਹੋਰ ਪਾਸੇ ਲੈ ਜਾਣਾ ਤੁਹਾਨੂੰ ਤੁਸੀਂ ਉੱਥੇ ਡਰਾ ਦੇਣਾ ਮੈਂ ਹਿਸਾਬ ਦੇਣ ਲੱਗਾ ਅੱਛਾ ਤੇ ਮੈਨੂੰ ਦੇ ਲੋ ਫਿਰ ਉਧਰ ਲਿਓ ਮੈਂ ਕਿਹਾ ਵੀ ਉਹ ਬਾਜੀ ਹੁਣੀ ਜੂ ਗੁੱਸੇ ਹੋਏ ਉਧਰਲੇ ਪਾਸੇ ਉਹ ਬੱਸੀ ਪਠਾਣਾ ਨੂੰ ਚੱਲ ਗਏ ਆ ਚਮਕੌਰ ਸਾਹਿਬ ਤੋਂ ਨਾਲ ਲੜਾ ਦਿਓ ਯਾਰ ਨਾਲੇ ਘਰ ਦਾ ਮਸਲਾ ਘਰੇ ਰਹਿ ਜੂ ਨਾਲੇ ਦੋ ਸੀਟਾਂ ਹਲ ਹੋ ਜਾਣਗੀਆਂ ਕਿਉਂਕਿ ਉਹਨਾਂ ਦਾ ਉਹ ਘਰੇ ਕਲਾਰਾ ਪਾਇਆ ਕੀ ਕੋ ਜਿੱਦਾਂ ਮਜੀਠੀਆ ਸਾਹਿਬ ਨੂੰ ਪਤਾ ਹੈ ਕਿ ਉਹਨਾਂ ਨੇ ਦੋਨਾਂ ਸੀਟਾਂ ਤੋਂ ਜਿੱਤਣਾ ਹੈ ਚੰਨੀ ਸਾਹਿਬ ਵੀ ਤੇ ਇਹ ਕਹਿੰਦੇ ਦੋਨਾਂ ਸੀਟਾਂ ਤੋਂ ਜਿੱਤਣਾ ਹੈ ਜਦ ਜਿੱਤਣਾ ਹੀ ਆ ਬਾਜੀ ਹੁੜੀ ਜ ਉਹਨਾਂ ਨੂੰ ਜੇ ਮਕਾਰਸਾ ਤੋਂ ਲੜਾ ਦਿਓ ਪਾਰਟੀ ਦਾ ਮਿੰਦ ਤਰਲਾ ਕਰ ਲਓ ਜੇ ਤੁਹਾਨੂੰ ਦੋ ਸੀਟਾਂ ਤੋਂ ਲੜਾ ਸਕਦੇ ਆ ਇੱਕ ਦੇਸ਼ ਦਾ ਖਰਚਾ ਬਚ ਜੂ ਪਤਾ ਤਾਂ ਹੈਗਾ ਤੁਹਾਨੂੰ ਜਿਤਨਾ ਹੀ ਹੈ ਤੁਸੀਂ ਮਾਲਵੇ ਦੇ ਵਿੱਚੋਂ ਜਿੱਤ ਕੇ ਸਾਰੇ ਮਾਲਵੇ ਦੀ ਡਵੈਲਪਮੈਂਟ ਕਰ ਦਿਓ ਮਾਝੇ ਦੇ ਦੁਆਬੇ ਦੇ ਉਹਨਾਂ ਤੋਂ ਖਰਾ ਲਿਓ ਹਾਂ ਨਹੀਂ ਵਧੀਆ ਗੱਲ ਆਈਡੀਆ ਦੇ ਵਧੀਆ ਨਾਲੇ ਇਹਨਾਂ ਨਾਲ ਜਿਹੜੀ ਘਰੇ ਮਾੜੀ ਮੋੜ ਗੱਲ ਚੱਲਦੀ ਹੋਵੇ ਆ ਉਹਦਾ ਕਿਸੇ ਵੇਲੇ ਹੁੰਦਾ ਹੈ ਕਿ ਦੂਰ ਦੀ ਰਿਸ਼ਤੇਦਾਰੀ ਦੇ ਵਿੱਚ ਕੋਈ ਨਾ ਕੋਈ ਬੰਦਾ ਹੁੰਦਾ ਜਾਂ ਬੀਬੀ ਹੁੰਦੀ ਉਹ ਤੇ ਗੱਲ ਮਾੜੀ ਕੀਤੀ ਹੈ ਵੀਰ ਹੋਣਾ ਵੀ ਆਪ ਦੋ ਟਿਕਟਾਂ ਲੈ ਲੀਆਂ ਤੇ ਸੁਖ ਨਾ ਤੁਹਾਨੂੰ ਇੱਕ ਨਾਲ ਜੁੜੀ ਨਹੀਂ ਨਹੀਂ ਇ ਮੈਂ ਤਾਂ ਚਲ ਕੋ ਆਖਣਾ ਹੀ ਨਹੀਂ ਘਰੇ ਜਾਵਾਂ ਮੈਂ ਵੇਖਣ ਨਿਆਣੇ ਡੀਕਦੇ ਹੋਣੇ ਨਹੀਂ ਇਹ ਤਾਂ ਨਹੀਂ ਆ ਪਲਾਟ ਵੀ ਕਾਰਨਰ ਵਾਲਾ ਲੈ ਲਿਆ ਨਿਆਈਆਂ ਵਾਲਾ ਖੇਤ ਵੀ ਲੈ ਲਿਆ ਹਨਾ ਉਹਨੂੰ ਬਰੇਤੀ ਦੇਤੀ ਆ ਆ ਇਨੀ ਗੱਲ ਕਰਕੇ ਮੁੜ ਕੇ ਮੈਂ ਰਿਸ਼ਤੇਦਾਰੀ ਚ ਫੇਕ ਪਾ ਜਣਾ ਅਜਾ ਆਪਾਂ ਪਧੌੜ ਦੀ ਗੱਲ ਕਰੀ ਮਨਜੀਤ ਕੌਰ ਜੀ ਨਾਲ ਗੱਲ ਕਰਦਾ ਸੀ ਹਾਂਜੀ ਬੀਬੀ ਮਨਜੀਤ ਕੌਰ ਜੀ ਹਾਂ ਬੀਬੀ ਮਨਜੀਤ ਕੌਰ ਜੀ ਨੇ ਉਹਨਾਂ ਨੇ ਕਾਗਜ਼ ਭਰਨੇ ਅੱਜ ਦਰਅਸਲ ਕਿਹਾ ਇਹ ਜਾਂਦਾ ਵੀ ਅਜੈਬ ਸਿੰਘ ਭੱਟੀ ਸਾਹਿਬ ਜਿਹੜੇ ਕਿ ਮਲੂਟੋਂ ਐਮ ਐਲ ਏ ਸੀਗੇ ਮੈਂ ਜੇ ਗਲਤ ਨਹੀਂ ਹਾਂ ਤੇ ਉਹ ਉਹ ਦੰਸਾਵਾ ਦੇ ਵਿੱਚ ਡਿਪਟੀ ਸਪੀਕਰ ਵੀ ਸੀਗੇ ਜੀ ਉਹਨਾਂ ਦੀ ਟਿੱਕ ਟੋ ਤੋਂ ਕੱਟੀ ਗਈ ਉਹਨਾਂ ਨੇ ਗੁੱਸਾ ਜਾਗਿਆ ਯਾਰ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆ ਜਾਓ ਭਦੌੜ ਫਿਰ ਇਧਰੋਂ ਅਹੀਂ ਵੀ ਹੈਗੇ ਆ ਤਾਂ ਇੱਕ ਗੱਲ ਤਾਂ ਤੁਹਾਡੀ ਠੀਕ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਸ਼੍ਰੀ ਚਮਕੌਰ ਸਾਹਿਬ ਪ੍ਰਚਾਰ ਕਰਦੇ ਆ ਮਗਰ ਆਪਣੀ ਪਾਰਟੀ ਦੇ ਜਗਮੋਣ ਸਿੰਘ ਕੰਗਸਾਹਬ ਆ ਜਾਂਦੇ ਬਾਹਾਂ ਟੰਗਦੇ ਜਾਨੀ ਸਾਹਿਬ ਕਿਹੜੇ ਪਿੰਡ ਗਏ ਆ ਹੈਗੇ ਮੇਰੇ ਵੀ ਬੰਦੇ ਦੋ ਜਾਣੂ ਇਧਰਲੇ ਪਾਸੇ ਜਿਉਂ ਭਦੌੜ ਆਏ ਆ ਅਜੈਬ ਸਿੰਘ ਭੱਟੀ ਹੋਰੀ ਕਹਿੰਦੇ ਸਰਦਾਰਨੀ ਲੜੂਗੀ ਚੋਣ ਏ ਫੇਕ ਦੇਖੋ ਗੱਲ ਥੋੜੀ ਕੋ ਬਣਦੀ ਆ ਕਾਂਗਸਾਭ ਨੇ ਫੇਕ ਪ੍ਰੈਸ ਕਨਫਰੈਂਸ ਕੀਤੀ ਭੱਜ ਗਏ ਜੰਨੀ ਕਹਿੰਦੇ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਭੱਜ ਜਾਣਾ ਜੰਨੀ ਉਹ ਹੋਰ ਗੱਲ ਕਹਿੰਦੇ ਜੰਨੀ ਸਾਹਿਬ ਇਹਦੇ ਟ੍ਰੇਲਰ ਆ ਫਿਲਮ ਅਜੇ ਮੈਂ ਰਿਲੀਜ਼ ਕਰਨੀ ਆ ਹੁਣ ਪਤਾ ਨਹੀਂ ਉਹਨਾਂ ਕੋਲੇ ਕਿਹੜੀ ਫਿਲਮ ਹੈ ਠੀਕ ਹੈ ਉਹ ਕਹਿੰਦੇ ਵੀ ਬੰਦਿਆ ਮੇਰੇ ਨੇ ਕਰ ਲਈ ਸਲਾਹ ਉਹ ਕਹਿੰਦੇ ਚਮਕੌਰ ਸਾਹਿਬ ਦੇ ਤੇ ਚਲ ਗਿਆ ਜੰਨੀ ਇਦਾਂ ਦੀ ਵਰਡਿੰਗ ਅਹੀਂ ਹੁਣ ਭਧੌੜ ਵੀ ਜਾਣਾ ਹੀ ਕੀ ਬਾਤਾਂ ਹੈ ਪਹਿਲੇ ਆਕੀ ਪਤਾ ਨਹੀਂ ਹੁਣ ਵੈਸੇ ਤੇ ਜੰਨੀ ਸਾਹਿਬ ਕੋਈ ਪਿਛਲੇ ਸਮੇਂ ਦੇ ਹਿਸਾਬ ਨਾਲ ਉਹ ਜੋ ਛੀਨੂ ਹਾਥੂਤ ਬਖਾ ਲਿੰਦੇ ਹੁੰਦੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਸੜਕਾਂ ਸੜਕਾਂ ਪੁੱਟਣ ਪਟਾਉਣ ਵਾਲਾ ਕੰਮ ਅੱਗੇ ਵੀ ਚੱਲਦਾ ਰਿਹਾ ਮੈਂ ਨਾ ਹੁਣੀ ਕਿਸੇ ਨੂੰ ਹਾਥੂਤ ਬਖਾ ਲੈਣ ਵੀ ਮਹਾਰਾਜ ਗ੍ਰਹਿ ਚਾਲ ਵਿਗੜ ਕਿਹੜੀ ਗਈ ਹੈ ਵੀ ਜਿਹੜਾ ਹਰੇਕ ਬੰਦਾ ਘੇਰੇ ਘੇਰੇ ਤੁਰਿਆ ਨਾ ਉਹ ਦੇਖੋ ਚੰਨੀ ਸਾਹਿਬ ਚੰਗੇ ਤਰੀਕੇ ਦੇ ਲਨ ਕਿ ਇਹ ਜਿਹੜੀਆਂ ਸੀਟਾਂ ਨੇ ਹਾਥੀ ਤੇ ਚੱਕਰ ਲਾ ਕੇ ਜਿੱਤ ਹੋਣੀਆਂ ਕਿ ਚੰਡੀਗੜ੍ਹ ਵਾਲੇ ਘਰ ਦੇ ਮੋਹਰੇੋਂ ਇਧਰੋਂ ਰਾਹਾ ਬੰਦ ਕਰਾ ਕੇ ਇਧਰਲੇ ਪਾਸਿਓਂ ਖਲਾ ਕੇ ਜਾਨੀ ਉਹ ਇੱਕ ਅੱਦੇ ਪਰਚੇ ਪਰਚੇ ਦਾ ਕੋਈ ਗੱਲ ਨਹੀਂ ਥੋੜੇ ਬਹੁਤ ਜੁਰਮਾਨੇ ਦਾ ਸੀਟਾਂ ਜਿੱਤਣ ਹੁਣ ਜਿੱਥੇ ਭਧੌੜ ਗਏ ਨੇ ਉਹਦੇ ਮੋਢ ਬਰਨਾਲਾ ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਹੋਰੀ ਪਿਛਲੀ ਵਾਰੀ ਮਲਕੀਤ ਸਿੰਘ ਮੀਤਹੇਰ ਤੋਂ ਹਰ ਗਿਆ ਉਹ ਵੀ ਆਮ ਆਦਮੀ ਪਾਰਟੀ ਦਾ ਨਵਾਂ ਐ ਨੌਜਵਾਨ ਗੱਭਰੂ ਹੂੰ ਦੂਜੇ ਪਾਸੇ ਫਿਰ ਉਹਨਾਂ ਨੂੰ ਕਹਿੰਦੇ ਕਿ ਆਪਾਂ ਇਦਾਂ ਕਰਦੇ ਹਾਂ ਤੁਹਾਨੂੰ ਸੰਗਰੂਰ ਉਲੜਾ ਦਿੰਨੇ ਗੱਲ ਕਿਹੜੀ ਆ ਉਦੋਂ ਤੁਹਾਨੂੰ ਯਾਦ ਹੋਣਾ ਬੀਬੀ ਰਜਿੰਦਰ ਕੌਰ ਭੱਟਾ ਨੇ ਕਰ ਸਟੇਜ ਤੋਂ ਉਤਰਦੇ ਥਾਪੜ ਜੜ ਦਿੱਤਾ ਸੀ ਇੱਕ ਨੌਜਵਾਨ ਦੇ ਹੂੰ ਉਦੋਂ ਬੜਾ ਰੌਲਾ ਪਿਆ ਫੇਰ ਹਰ ਗਿਆ ਐਦਕੀ ਬਿਲਕੁਲ ਤਿਆਰੀ ਸ਼ੈਰੀ ਪਹਿੇ ਟਕੇ ਪੱਖੋਂ ਪੂਰੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਾਬਕਾ ਰੇਲ ਮੰਤਰੀ ਜਿਹੜੇ ਪਵਨ ਕੁਮਾਰ ਬੰਸਲ ਆ ਉਹਨਾਂ ਦਾ ਬੇਟਾ ਮਨੀਸ਼ ਬੰਸਲ ਜਿਹੜਾ ਅਗਲਾ ਤਿਆਰੀ ਖਿੱਚੀ ਫਿਰਦਾ ਹਾਈ ਕਮਾਂਡ ਦੇ ਵਿੱਚ ਬਾਬਾ ਹੈ ਹੁਣ ਬਰਨਾਲੇ ਵਾਲੀ ਟਿਕਟ ਮਨੀਸ਼ ਬੰਸਲ ਨੂੰ ਕਾਂਗਰਸ ਨੇ ਦੇ ਦਿੱਤੀ ਤੇ ਉਧਰਲੇ ਪਾਸੇ ਕੇਵਲ ਸਿੰਘ ਢਿੱਲੋਂ ਹੋਰਾਂ ਨੇ ਇਕੱਠ ਕਰ ਦਿੱਤਾ ਤੇ ਵਿੱਚ ਬੈ ਕੇ ਖਚਾਤੀ ਫੋਟੋ ਕਹਿੰਦੇ ਆਜ਼ਾਦ ਲੜਨਾਂ ਹੀ ਇਹ ਗੱਲ ਅਜੇ ਇੱਧਰ ਉੱਧਰ ਹੀ ਤੁਰੀ ਫਿਰਦੀ ਸੀ ਲੁਧਿਆਣੇ ਦੱਖਣੀ ਤੋਂ ਟਿਕਟ ਲਈ ਅਪਲਾਈ ਕੀਤਾ ਸੀ ਕਾਂਗਰਸ ਪਾਰਟੀ ਵੱਲੋਂ ਅਮਰਜੀਤ ਸਿੰਘ ਟਿੱਕਾ ਨੇ ਉਹਨਾਂ ਉਸੇ ਵੇਲੇ ਅਸਤੀਫਾ ਦੇ ਦਿੱਤਾ ਕਹਿੰਦੇ ਜੀ ਮੈਂ ਟਿਕਟ ਮੰਗੀ ਮੈਨੂੰ ਕਹਿੰਦੇ ਬੀਬੀ ਪ੍ਰਿਯੰਕਾ ਗਾਂਧੀ ਦੇ ਲਈ ਚੌਪਰ ਕਰਾਏ ਤੇ ਲੈ ਦੇ ਉਹਨਾਂ ਨੂੰ ਯੂਪੀ ਚ ਲੋਡ ਬੜੀ ਆ ਟਿਕਟ ਪੱਕੀ ਮੈਂ ਨਾ ਕਰ ਦਿੱਤੀ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਹੁਣ ਦੇਖਦਾ ਯਾਦ ਲੜਨਾ ਕਿਦਾਂ ਇਦਾਂ ਹੀ ਕ੍ਰਿਸ਼ਨ ਕੁਮਾਰ 바ਵਾ ਨੇ ਉਹ ਕਹਿੰਦੇ ਜੇ ਲੁਧਿਆਣੇ ਪੱਛਮੀ ਤੋਂ ਮੇਰਾ ਹੱਕ ਬਣਦਾ ਸੀ ਹਾਂ ਆਤਮਨਗਰ ਤੋਂ ਭਾਵੇਂ ਦੇ ਦੇ ਦਿੰਦੇ ਮੈਂ ਅਪਲਾਈ ਕੀਤਾ ਟਿਕਟ ਨਹੀਂ ਦਿੱਤੀ ਆਜ਼ਾਦ ਲੜੂੰਗਾ ਅੱਜ ਇਹ ਗੱਲਾਂ ਧੁਖਦੀਆਂ ਮਗਦੀਆਂ ਹੀ ਸੀ ਨਵੇਂ ਸ਼ਹਿਰ ਤੋਂ ਐਮਐਲਏ ਅੰਗਦ ਸਿੰਘ ਦੀ ਟਿਕਟ ਕੱਟਤੀ ਤੇ ਅੰਗਦ ਸਿੰਘ ਕਹਿੰਦਾ ਆਜ਼ਾਦਤਾ ਲੜਨਾ ਹੀ ਲੜਨਾ ਜਿਹੜਾ ਬੰਦਾ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਗਿਆ ਸੀ ਤੁਸੀਂ ਰਾਤੋ ਰਾਤ ਕਾਂਗਰਸ ਦਾ ਕੈਂਡੀਡੇਟ ਬਣਾਤਾ ਮੇਰੇ ਨਾਲ ਤਾਂ ੱਕਾ ਹੀ ਯਾਨੀ ਇਹ ਮੈਂ ਜੇ ਥੂੜੀਆਂ ਜੀਆਂ ਬਨਕੀਆਂ ਦੱਸੀਆਂ ਕਿ ਇਹਨਾਂ ਹਲਕਿਆਂ ਤੋਂ ਕਾਂਗਰਸ ਪਾਰਟੀ ਹੁਣ ਥੋੜਾ ਜਿਹਾ ਹਿਸਾਬ ਥੋੜਾ ਜਿਹਾ ਕਿਤਾਬ ਮੜ ਜੇ ਲਾ ਕੇ ਅਗਲੇ ਪਾਸੇ ਨੂੰ ਚਲੇ ਤਾਂ ਚੰਗਾ ਪਰ ਪਤਾ ਨਹੀਂ ਮੈਨੂੰ ਐ ਕਿਉਂ ਲੱਗਦਾ ਵੀ ਇਹ ਕਾਂਗਰਸ ਪਾਰਟੀ ਵਾਲੇ ਨਾ ਲੜ ਲੜ ਕੇ ਆਪਣੀ ਕਿਤਾਬ ਆਪੇ ਪਾੜ ਲੈਣੀ ਐ ਖਡੂਰ ਸਾਹਿਬ ਵਾਲੇ ਕਿਤੋਂ ਵੀ ਤੇ ਆਇਆ ਨਾ ਵੀ ਉਹ ਜਸਬੀਰ ਸਿੰਘ ਡੇਂਪਰੋਂ ਦੇ ਭਰਾ ਉਹਨਾਂ ਨੇ ਆਖਿਆ ਵੀ ਇਹ ਆਦ ਉਦੋਂ ਸਿੱਕੀ ਸਾਹਿਬ ਜਿਹੜੇ ਕਿ ਉੱਥੋਂ ਉਹਨਾਂ ਨੂੰ ਟਿਕਟ ਮਿਲੀ ਹੈ ਉਹਨਾਂ ਦੇ ਮਗਰ ਇੱਕ ਬੈਂਕ ਵਾਲੇ ਕਾਗਜ ਲੈ ਕੇ ਤੁਰੇ ਫਿਰਦੇ ਵੀ ਮਹਾਰਾ ਸਾਡੇ ਪੈਸੇ ਦੇਣ ਵਾਲੇ ਸਾਡੇ ਪੈਸੇ ਮੇਰੀ ਗੱਲ ਸੁਣੋ ਮਹਾਰਾ ਉਹ ਸਾਡੇ ਲਈ ਕਾਗਜ ਨੇ ਤੁਹਾਡੇ ਲਈ 5-7 ਕਰੋੜ ਕੀ ਹੁੰਦਾ ਈ ਨਹੀਂ ਨਹੀਂ 6 ਕਰੋੜ ਹੈ ਨਹੀਂ ਉਹ ਤੁਸੀਂ ਹੋਰ ਦੇਖੋ ਮੈਂ ਤਾਂ ਹੈਰਾਨ ਸੀ ਉਹ ਕਹਿੰਦੇ ਜੀ ਮੈਨੂੰ ਕਦੇ ਨੋਟਿਸ ਹੀ ਨਹੀਂ ਆਇਆ ਹੁਣ ਜਿ ਪਤਾ ਦੇਖੋ ਮੰਨ ਲਓ ਮੈਂ ਤੁਹਾਡਾ 10 ਰੁਪਏ ਦੇਣੇ ਆ ਜਾਂ ਤੁਸੀਂ ਮੇਰੇ ਤੋਂ 10 ਰੁਪਏ ਲੈਣੇ ਆ ਹੈ ਤਾਂ ਗੱਲ ਇੱਕੋ ਹੀ ਆ ਨਾ ਨਹੀਂ ਇੱਕੋ ਗੱਲ ਕਿਉਂ ਹੈ ਹਾਂ ਜੀ 10 ਰੁਪਏ ਲੈਣੇ ਲੈਣੇ ਆ ਹੁਣ ਜੇ ਤਾਂ 10 20 25 ਲੱਖ ਹੋਵੇ ਤਾਂ ਤੁਸੀਂ ਮੜੀਆਂ ਨੋਟ ਕਰਕੇ ਰੱਖਣਾ ਹੁਣ ਉਹਨਾਂ ਨੂੰ ਵੀ ਨਹੀਂ ਚੇਤਾ ਸੀ ਕਿੱਥੇ 4 5 6 ਕਰੋੜ ਦੀ ਗੱਲ ਹੈ ਇੰਨੀ ਹੁਣ ਜੇ ਚੇਤਾ ਦਾ ਤਾਂ ਹੀ ਹੋਵੇ ਨਾ ਜੇ ਰਕਮ ਹੋਵੇ ਨਹੀਂ ਨਹੀਂ ਚਲੋ ਜੇ ਚੇਤਾ ਨਹੀਂ ਆ ਤੇ ਕਿਸੇ ਨੇ ਚੇਤਾ ਕਰਾਇਆ ਫਿਰ ਉਹ ਕਹਿੰਦੇ ਜੇ ਉਹਦੇ ਡੈਂਪਾ ਰਹੋਂਦੇ ਭਰਾ ਹੋਣੀ ਤਿਆਰੀ ਖਿੱਚੀ ਫਿਰਦੇ ਆ ਤੇ ਹਾਈ ਕਮਾਂਡ ਨੇ ਜੇ ਚੱਕਰ ਪਾਲਿਆ ਤੇ ਆਪਣਾ ਚੱਕਰ ਨਾ ਪੈ ਜਵੇ ਇਸ ਕਰਕੇ ਆਜ਼ਾਦ ਉਹਨਾਂ ਨੇ ਫਿਰ ਕਾਗਿ ਭਰਤੇ ਹਮਮਤਲ ਇਹ ਚਰਚਾ ਵੀ ਇੱਕ ਤੇ ਉਹ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਨਾਲ ਉਹ ਆਜ਼ਾਦ ਵੀ ਉਮੀਦਵਾਰ ਨੇ ਵਾਹ ਜੀ ਵਾਹ ਕਿ ਜੇ ਉਧਰਲੇ ਪਾਸੇ ਰੋਲਾ ਪੈ ਗਿਆ। ਜੇ ਉਧਰ ਰੋਲਾ ਪੈ ਤੇ ਆਪਣੇ ਮਤਲਬ ਇਹਨੂੰ ਕਹਿੰਦੇ ਸੇਫ ਸਾਈਟ ਹੈ ਨਾ ਗੱਲਬਾਤ ਇਹ ਜੇ ਆਜ਼ਾਦ ਤੋਂ ਗੱਲ ਚੱਲੀ ਉਹਨਾਂ ਦੀ ਟਿਕਟਾਂ ਭਰਉਣੀਆਂ ਇਹ ਕਾਂਗਰਸ ਦੀਆਂ ਮੋਗੀਆਂ ਉਹਨਾਂ ਤੇ ਕਿਸੇ ਹੋਰ ਪਾਸੇ ਚੱਲੀ ਇੱਕੋ ਹੀ ਮਿੰਟ ਦੇਣਾ ਬਸ ਤੁਸੀਂ ਡੇਢ ਲਾਓ ਇਦਾਂ ਹੀ ਕੁਲਦੀਪ ਸਿੰਘ ਵੈਦ ਹੋਰਾਂ ਨੂੰ ਗੱਲ ਹਲਕੇ ਤੋਂ ਐ ਕਿ ਫੇਰ ਟਿਕਟ ਦਿੰਦੀ ਹੈ ਉਹਨਾਂ ਦੇ ਭਾਈ ਸਾਹਿਬ ਉਹ ਕਹਿੰਦੇ ਕਿ ਦੇਖੋ ਵੀਰ ਜੀ ਦਾ ਨਹੀਂ ਮੈਨੂੰ ਪਤਾ ਪਰ ਭਾਜਪਾ ਤੋਂ ਚੰਗੀ ਕੋਈ ਪਾਰਟੀ ਨਹੀਂ ਹੈ ਨਹੀ ਨਹੀ ਹੈ ਨਾ ਇਹ ਜੇ ਇਸੇ ਤਰੀਕੇ ਦੇ ਨਾਲ ਕੰਮ ਚੱਲੀ ਜਾਂਦਾ ਤ੍ਰਿਪਤੀ ਰਜਿੰਦਰ ਸਿੰਘ ਬਾਜਵਾ ਸਾਹਿਬ ਦਾ ਤਾਂ ਪਤਾ ਨਹੀਂ ਰਵੀਨ ਪਰ ਬਾਕੀ ਪਾਸੇ ਕਾਂਗਰਸ ਪਾਰਟੀ ਦੇ ਵਿੱਚੋਂ ਜਿੱਦਾਂ ਹੁੰਦਾ ਨਾ ਕਿ ਥੱਲੇੋਂ ਇੱਕੋ ਹੀ ਚੱਲਦਾ ਉੱਪਰ ਜਾ ਕੇ ਸੱਤ ਅੱਠ ਰੰਗ ਨਿਕਲਦੇ ਦੀਵਾਲੀ ਨੂੰ ਇਹ ਜਿਹੜੇ ਸੱਤ ਅੱਠ ਸੱਤ ਸੱਤ ਅੱਠ ਅੱਠ ਰੰਗ ਨਿਕਲਦੇ ਆ ਇਹ ਕਾਂਗਰਸ ਪਾਰਟੀ ਦੇ ਰੰਗ 'ਚ ਕਿਤੇ ਭੰਗ ਨਾ ਪਾ ਦੇਣ ਇੱਕੋ ਹੀ ਗੱਲ ਕਰਨੀ ਹੈ ਕਿ ਐਤਕੀ ਜਿਹੜੀ ਫਲੈਕਸੀਬਿਲਟੀ ਲਚਕੀਲਾਪਨ ਸਿਆਸੀ ਲੀਡਰਾਂ ਨੇ ਦਿਖਾਇਆ ਉਹ ਕਿਸ ਨੇ ਆਪਾਂ ਬਹੁਤ ਬੰਦਿਆਂ ਦੀਆਂ ਗੱਲਾਂ ਕੀਤੀਆਂ ਆਸ਼ੂ ਬੰਗੜ ਸਾਹਿਬ ਦੀ ਗੱਲ ਕੀਤੀ ਜਿਹੜੇ ਲਾਡੀ ਸਾਹਿਬ ਨੇ ਉਹਨਾਂ ਦੀ ਗੱਲ ਕੀਤੀ ਬੜੇ ਬੰਦੇ ਨੇ ਜਿਹੜੇ ਇੱਕ ਇੱਕ ਦਿਨ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਕਮਾਲ ਕੀਤੀ ਹੈ ਕਿ ਨਵਾਂ ਸ਼ਹਿਰ ਤੋਂ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬੜੇ ਅਹੁਦਿਆਂ ਤੇ ਬੰਦਾ ਸਤਵੀਰ ਸਿੰਘ ਪਿੱਲੀ ਚੱਕੀ। ਪੁਰਾਣੇ ਕਾਂਗਰਸੀ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਐਮਐਲਏ ਤਾਂ ਅੰਗਦ ਸਿੰਘ ਆ ਮੇਰੀ ਵਾਰੀ ਕਿੱਥੇ ਆਉਣੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਾਰਟੀ ਬਣਾ ਲਈ ਐ। ਥੋੜੇ ਦਿਨ ਪਹਿਲਾਂ ਅਗਲਾ ਕੈਪਟਨ ਅਮਰਿੰਦਰ ਸਿੰਘ ਨਾ ਚਲਾ ਗਿਆ। ਕੈਪਟਨ ਸਾਹਿਬ ਨੇ ਟਿਕਟ ਦੇਤੀ। ਉਹਨਾਂ ਨੇ ਉਹ ਹਾਕੀ ਗੇਂਦ ਵਾਲੇ ਪੋਸਟਰ ਵੀ ਲਾਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸ ਪਾਰਟੀ ਦਾ ਅੰਗਦ ਸਿੰਘ ਨਾ ਰੌਲਾ ਪੈ ਗਿਆ। ਉਹਨਾਂ ਨੇ ਮੜ ਜਾ ਟੈਲੀਫੋਨ ਕੀਤਾ ਹੁਣ ਕਿਦਾਂ ਜੀ ਤਤਵੀਰ ਸਿੰਘ ਜੀ ਜੇ ਤੁਹਾਨੂੰ ਉਮੀਦਵਾਰ ਬਣਾ ਦਿਓ ਕਹਿੰਦੇ ਗੱਲ ਕਿਹੜੀ ਐ ਬੰਦਾ 5:30 ਵਜੇ ਵਾਪਸ ਕਾਂਗਰਸ ਦੇ ਵਿੱਚ ਆ ਗਿਆ ਤੇ ਆਉਣ ਤੋਂ ਪਹਿਲਾਂ ਟੈਲੀਫੋਨ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੂੰ ਕਰਤਾ ਕਿ ਬਾਕੀ ਸਾਰਾ ਕੁਝ ਉੱਦੇ ਰਹਿਣ ਦਿਓ ਪੰਜਾਬ ਲੋਕ ਕਾਂਗਰਸ ਦੀ ਜਗ੍ਹਾ ਪੰਜਾਬ ਤੇ ਲੋਕ ਕੱਟ ਦਿਓ ਕਾਂਗਰਸ ਵੀ ਉੱਦੇ ਰਹਿਣ ਦਿਓ ਆ ਜਿੱਥੇ ਇੱਕ ਬੈਟ ਬੱਲਾ ਜਿਹਾ ਲਾਇਆ ਉੱਥੇ ਪੰਜਾ ਲਾ ਦਿਓ ਟਿਕਟ ਮਿਲ ਗਈ ਐ ਦੋ ਘੰਟਿਆਂ ਦੇ ਵਿੱਚ ਵਿੱਚ ਜਿਹੜਾ ਬੰਦਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਦਾ ਕੈਂਡੀਡੇਟ ਸੀ ਉਹ ਕਾਂਗਰਸ ਦਾ ਉਮੀਦਵਾਰ ਬਣ ਗਿਆ ਮੈਨੂੰ ਲੱਗਦਾ ਵੀ ਐਤਕੀ ਨਾ ਜਦੋਂ ਕੈਪਟਨ ਸਾਹਿਬ ਨੇ ਪਾਰਟੀ ਬਣਾਈ ਐ ਉਹਦੇ ਤੋਂ ਬਾਅਦ ਜਦੋਂ ਉਹਨਾਂ ਨੇ ਚੋਣ ਨਿਸ਼ਾਨ ਮੰਗਿਆ ਉਹ ਚੋਣ ਨਿਸ਼ਾਨ ਚ ਕੋਈ ਨਾ ਕੋਈ ਗੜਬੜ ਲੱਗਦੀ ਚੰਨੀ ਦੇਖੋ ਪੁੱਛ ਲੈਣ ਦੇ ਆ ਨਹੀਂ ਮੈਨੂੰ ਲੱਗਦਾ ਵੀ ਪੁੱਛ ਲੈਣਾ ਚਾਹੀਦਾ ਕਿਉਂਕਿ ਦੇਖੋ ਨਾ ਵੀ ਉਹ ਹਾਕੀ ਸਟਿਕ ਤੇ ਬਾਲ ਜਦੋਂ ਤੇ ਇਦਾਂ ਪੇਸ਼ ਕਰਦੇ ਫਿਰ ਉਹ ਲੱਗਦਾ ਵੀ ਯਾਰ ਬੜਾ ਸਫਿਸਟੀਕੇਟਿਡਾ ਕੰਮ ਆਪਣੇ ਪੰਜਾਬੀ ਇਹਨਾਂ ਨੂੰ ਖਿੱਦੋ ਖੁੰਡੀ ਬਣਾ ਲੈ ਹੁਣ ਚਲੋ ਖੁੰਡੀ ਆ ਪਰ ਰਹਿਣ ਦੇ ਨੇ ਖਿੱਦੋ ਜੋ ਲੀਰਾਂ ਨਿਕਲਣ ਵਾਲਾ ਕੰਮ ਹੁੰਦਾ ਨਾ ਆਮ ਚਰਚਾ ਵੀ ਯਾਰ ਖਿੱਦੋ ਦੀਆਂ ਲੀਰਾਂ ਉਹ ਕੰਮ ਹੋਇਆ ਪਿਆ ਹ ਉਹਨਾਂ ਦੇ ਕਾਗਜ਼ ਭਰਉਣ ਨੂੰ ਮਨਾਖਸ਼ੀ ਲੇਖੀ ਹੁੰਦੀ ਜਾਂਦੇ ਨੇ ਜੀ ਬੀਜੇਪੀ ਦੇ ਲੀਡਰ ਤੇ ਜਦੋਂ ਪੱਤਰਕਾਰ ਭਾਈ ਜਰਾ ਪੁੱਛਦਾ ਜੀ ਹਾਂਜੀ ਕਿ ਉਹ ਕਹਿੰਦੇ ਆਪਣੇ ਹੀ ਨੇ ਉਮੀਦਵਾਰ ਹੋਰ ਕਿੰਨਾ ਚੋਂ ਨੇ ਹੁਣ ਗੱਲ ਇਹ ਆ ਕਿ ਇਹ ਤੇ ਬੜਾ ਕਲੀਅਰ ਕਟ ਸਾਫ ਹੋਇਆ ਸੀ 2 2 2 ਮੈਂਬਰੀ ਜਿਹੜੀ ਕਮੇਟੀਆਂ ਬਣੀਆਂ ਸੀ ਇਹ ਚ 6 ਮੈਂਬਰ ਸੀ 2 2 ਸਾਰਿਆਂ ਦੇ ਉਹਨਾਂ ਨੇ ਕਲੀਅਰ ਕੀਤਾ ਵੀ ਭਾਈ ਸਾਹਿਬ ਆਹ ਟਿਕਟਾਂ ਬੀਜੇਪੀ ਦੀਆਂ ਆ ਟੀਨਸਾ ਸਾਹਿਬ ਦੀਆਂ ਤੇ ਆ ਕੈਪਟਨ ਸਾਹਿਬ ਦੀਆਂ ਹੁਣ ਕੈਪਟਨ ਸਾਹਿਬ ਦੇ ਆਪਣੇ ਉਮੀਦਵਾਰ ਵੀ ਕਮਲਦੇ ਫੋਲ ਤੇ ਲੜੀ ਜਾਂਦੇ ਨੇ ਜਿਹੜੇ ਮਾੜੇ ਮੋੜ ਕਹਿੰਦੇ ਨੇ ਜੀ ਕੈਪਟਨ ਸਾਹਿਬ ਇਦਾਂ ਨਾ ਕਰੋ ਹੁਣ ਫੇਰ ਕੋਈ ਨਹੀਂ ਕਮਲਦੇ ਫੋਲ ਤੇ ਠੀਕ ਹੈ ਮਤਲਬ ਪਾਰਟੀ ਬਣਾ ਲਈ ਕੈਪਟਨ ਸਾਹਿਬ ਨੇ ਤੇ ਉਹਨਾਂ ਦੇ ਆਪਣੇ ਉਮੀਦਵਾਰ ਉਸ ਚੋਣ ਨਿਸ਼ਾਨ ਤੋਂ ਲੜ ਕੇ ਰਾਜ਼ੀ ਨਹੀਂ ਆ ਜਿਹੜਾ ਬੰਦਾ ਬਾਹਰੋਂ ਲਿਆਂਦਾ ਸੀ ਉਹ ਤੁਸੀਂ ਦੱਸ ਹੀ ਦਿੱਤਾ ਵੀ ਸੁਖਨਾ ਜਿੰਨੇ ਮੰਨਿਆ ਹੀ ਮੰਨਿਆ ਵੀ ਚਲੋ ਖੇਦੋ ਖੁੰਡੀ ਸਹੀ ਉਹਦੀ ਵੀ ਖੋਲ ਹੀ ਯਾਰ ਕਮਾਲ ਹੋ ਗਈ ਨਹੀਂ ਤੁਸੀਂ ਇਹ ਦੇਖੋ ਕੈਪਟਨ ਸਾਹਿਬ ਦੀ ਪਾਰਟੀ ਦਾ ਭਵਿੱਖ ਕੀ ਹੋਊਗਾ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਵਧੇ ਫੁੱਲੇ ਪਾਰਟੀ ਰਾਜ ਕਰੇ ਸਾਰੀ ਦੁਨੀ ਪਰ ਜੋ ਹਾਲਾਤ ਨੇ ਉਹ ਲੱਗਦਾ ਨਹੀਂ ਹੈ ਕਿ ਪਾਰਟੀ ਬਹੁਤ ਲੰਬਾ ਸਮਾਂ ਐਗਜ਼ਿਸਟ ਕਰੂਗੀ ਉਹਦੇ ਦੋ ਕਾਰਨ ਨੇ ਕੈਪਟਨ ਸਾਹਿਬ ਦੇ ਬਹੁਤ ਖਾਸ ਖਾਸ ਬੰਦੇ ਪਹਿਲੇ ਭਾਜਪਾ ਚਲੇ ਗਏ ਜਿਹੜੀਆਂ 37 ਸੀਟਾਂ ਮਿਲੀਆਂ ਸੀ ਉਹ ਘਟ ਕੇ 36 ਰਹਿ ਗਈਆਂ ਪੁੱਛੋ ਕਿਦਾਂ ਹਮ ਕਿਉਂਕਿ ਜਿਹੜੀ ਨਵਾਂ ਸ਼ਹਿਰ ਵਾਲੀ ਸੀਟ ਤੋਂ ਉਮੀਦਵਾਰ ਗਿਆ ਕੈਪਟਨ ਸਾਹਿਬ ਕਹਿੰਦੇ ਯਾਰ ਹੁਣ ਤਾਂ ਇੱਕ ਦਿਨ ਰਹਿ ਗਿਆ ਭਾਜਪਾ ਨੂੰ ਹੀ ਦੇ ਦੇ ਉਸ ਬੰਦਾ ਤੂੰ ਹੀ ਘੜਾ ਕਰ ਲਾ ਉਹਨਾਂ ਨੇ ਆਪਣਾ ਉਮੀਦਵਾਰ ਐਲਾਨਤਾ ਚਲੋ ਕੋਈ ਗੱਲ ਨਹੀਂ 6 ਬੰਦੇ 36 ਰਹਿ ਗਏ 36ਾਂ ਦੇ ਵਿੱਚੋਂ 6 ਪਹਿਲੇ ਕਹਿੰਦੇ ਸੀ ਕਮਲ ਦੇ ਫੁੱਲ ਦੇ ਹੀ ਲੜਨਾ 30 ਰਹਿ ਗਏ ਹੁਣ ਕਹਿੰਦੇ ਪੰਜਾਬ ਬੰਦਿਆਂ ਨੇ ਹੋਰ ਕਹਿਤਾ ਕੈਪਟਨ ਸਾਹਿਬ ਆਖਰੀ ਦਿਨਾਂ ਜੇ ਤੁਸੀਂ ਸਾਨੂੰ ਵੀ ਕਿਤੇ ਆਗਿਆ ਦੇ ਦੇਓ ਅਸੀਂ ਵੀ ਜੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਨਿਸ਼ਾਨ ਤੇ ਲੜ ਲਈਏ ਠੀਕ ਹੈ 25 ਰਹਿ ਗਏ ਪਤਾ ਨਹੀਂ ਆਗਿਆ ਦਿੰਦੇ ਕਿ ਨਹੀਂ ਦਿੰਦੇ ਹੋਰ ਕਮਾਲ ਦੇਖੋ ਕਿ ਕਿੰਨਾ ਕੰਮ ਅਜੀਬੋ ਗਰੀਬ ਹੈ ਸਵੇਰਾ ਸਿੰਘ ਸਾਬਕਾ ਐਮ ਐਲ ਏ ਕਾਮਰੇਡ ਮੱਖਣ ਸਿੰਘ ਦਾ ਬੇਟਾ ਮਠਿੰਡਾ ਦੀ ਹਾਤੀ ਤੋਂ ਉਮੀਦਵਾਰ ਬਣਾਇਆ ਫਿਰ ਉਹਨਾਂ ਨੇ ਵੀ ਕਿਤੇ ਕਿਹਾ ਹੋਵੇ ਮੈਨੂੰ ਰਹਿਨ ਦਿਓ ਜੀ ਬੀਬੀ ਨੂੰ ਬਣਾ ਦਿਓ ਫਿਰ ਹੁਣ ਬੀਬੀ ਜੀ ਹੋਰ ਇੰਟਰੈਕਟ ਦਿੱਤੀ ਉਧਰ ਦੇ ਇਧਰਲੇ ਪਾਸੇ ਜੇ ਨਕੂਦਰ ਤੋਂ ਦੇਖੀਏ ਤਾਂ ਬੜੇ ਵੱਡੇ ਜਿਹੜੇ ਹਾਕੀ ਖਿਡਾਰੀ ਅਜੀਤਪਾਲ ਸਿੰਘ ਜੀ 올ੰਪੀਅਨ ਉਹਨਾਂ ਨੂੰ ਟਿਕਟ ਦਿੱਤੀ ਸੀ ਹੁਣ ਉਧਰਲੇ ਪਾਸੇ ਰੌਲਾ ਪਿਆ ਉੱਥੇ ਵੀ ਟਿਕਟ ਬਦਲੀ ਹੈ ਕਿੰਨੇ ਹੀ ਜਗ੍ਹਾ ਦੇ ਉੱਤੇ ਆਹ ਕੁਝ ਹੋਇਆ ਹੁਣ ਜੇ ਉਮੀਦਵਾਰ ਚੋਣ ਨਿਸ਼ਾਨ ਲੈਣ ਨੂੰ ਰਾਜ਼ੀ ਨਹੀਂ ਜੇ ਬੰਦੇ ਉਮੀਦਵਾਰ ਛੱਡ ਛੱਡ ਕੇ ਜਾ ਰਹੇ ਹੈ ਜੇ 2 2 3 3 ਸੀਟਾਂ ਤੇ ਯਾਨੀ ਇਹ ਤਿੰਨ ਸੀਟਾਂ ਤੇ ਉਮੀਦਵਾਰ ਬਦਲੇ ਆ ਨਾ ਤਾਂ 30 ਦੇ ਵਿੱਚੋਂ ਤਿੰਨ ਮੇਰਾ ਖਿਆਲ 10% ਹੋ ਜਾਣੇ ਆ ਜਾਨੀ ਕਿ ਇੰਨੇ ਉਮੀਦਵਾਰ ਬਦਲਨੇ ਪੈ ਰਹੇ ਆ ਤਾਂ ਫਿਰ ਕਿਤੇ ਨਾ ਕਿਤੇ ਤਾਂ ਐਂ ਲੱਗਦਾ ਨਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਗੱਲ ਕਿਹੇ ਬੰਨੇ ਕੰਡੇ ਤੇ ਲਾਉਣੀ ਪੈਣੀ ਆ ਨਹੀਂ ਉਹ ਤਾਂ ਲੱਗੀ ਪਈ ਹੈ ਕਿ ਕੋਈ ਕੈਪਟਨ ਸਾਹਿਬ ਆਪ ਕਾਗੇ ਦਾਖਲ ਕਰਾਉਣਗੇ ਤੁਸੀਂ ਦੇਖੋ ਵੀ ਹੋਰ ਕੋਈ ਬੰਦਾ ਪੁਰਾਣਾ ਲੱਭਾ ਨਹੀਂ ਲੱਭਾ ਉਹੀ ਬੰਦਾ ਜਿਹੜਾ ਮੇਰਾ ਖਿਆਲ ਜਿੰਨਾ ਚਿਰ ਮੁੱਖ ਮੰਤਰੀ ਰਹੇ ਨੇ ਆਪਣੇ ਕੈਪਟਨ ਮਨਿੰਦਰ ਸਿੰਘ ਉਰੀ ਜਦੋਂ ਇਧਰੋਂ ਇਹ ਬਿਆਨ ਦਿੰਦੇ ਸੀ ਤੇ ਉਦੋਂ ਉਹ ਬਿਆਨ ਦਿੰਦੇ ਇਹ ਸਾਰਾ ਕੁਝ ਕੈਪਟਨ ਦਾ ਕੀਤਾ ਕਰਾਇਆ ਸਾਨੂੰ ਸਾਰਾ ਕੁਝ ਪਤਾ ਗਜਿੰਦਰ ਸਿੰਘ ਹੁਣ 4.5 ਸਾਲ ਲੋਕ ਕੀ ਸੋਚਣਗੇ ਵੀ 4.5 ਸਾਲ ਜਿਸ ਪਾਰਟੀ ਦੇ ਖਿਲਾਫ ਆਪਾਂ ਪ੍ਰਚਾਰ ਕਰਦੇ ਰਹੇ ਜਾਂ ਵਿਰੋਧ ਚ ਬਿਆਨ ਦਿੰਦੇ ਰਹੇ ਐਸੀ ਵੀ ਕਰਨੀ ਹੋਏਗੀ ਕਿ ਜਦੋਂ ਆਪਾਂ 2022 ਲਈ ਕਾਗਜ਼ ਭਰਾਂਗੇ ਤੇ ਉਹ ਬੰਦਾ ਨਾਲ ਹੋਊਗਾ ਹਮ ਹਮ ਸ਼ਖਬ ਸਾਹਿਬ ਆਓ ਕਹਿੰਦੇ ਇੱਥੇ ਫੜਾਓ ਫਾਈਲ ਫੜਾਓ ਫਾਈਲ ਦੇਖੋ ਵਿਚਾਰਧਾਰਾ ਜਦੋਂ ਇੱਕ ਹੋਏ ਨਾ ਸੰਧਾਲਿਆ ਸਾਹਿਬ ਇਹ ਮਸਲੇ ਟਿਕਟਾਂ ਦੇ ਚੂਣ ਨਿਸ਼ਾਨ ਦੇ ਨਹੀਂ ਹੁੰਦੇ ਇੱਥੇ ਸਿਰਫ ਇੱਕੋ ਹੀ ਮੁੱਦਾ ਕਿ ਪੰਜਾਬ ਦਾ ਵਿਕਾਸ ਕਿੱਦਾਂ ਕਰਨਾ ਤੇ ਵਿਚਾਰਤਰਾ ਇੱਕੋ ਵੇ ਸਮਾਨ ਵਿਚਾਰਤਰਾ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਾਰਡਰ ਸਟੇਟ ਹੈ ਮੈਂ ਉਹੀ ਕਹਿ ਰਹਾ ਵੀ ਉਹ ਕੋਈ ਦਵਾਈ ਕੋਈ ਲੋਕਾਂ ਨੂੰ ਦੇ ਦੋ ਵਿਚਾਰੇ ਸਿਰ ਪੜਵਾ ਲਿੰਦੇ ਕਿੱਦੋਂ ਕਿੱਦਾਂ ਨਹੀਂ ਹੁੰਦੀ ਆ ਉਹ ਤੇ ਹੈਗੀ ਹੈ ਕੈਪਟਨ ਸਾਹਿਬ ਚੋਣ ਬਸ ਉਦਾਂ ਹੀ ਹੁੰਦੀ ਹੈ ਲੈ ਗਲਾ ਮੈਂ ਤਾਂ ਬੇਨਤੀ ਕਰਦਾ ਵੀ ਦੇਖੋ ਇਥੋਂ ਘੱਟੋ ਘੱਟ ਲੋਕ ਹੀ ਅੰਦਾਜ਼ਾ ਲਾ ਲੈਣ ਵੀ ਯਾਰ ਜੇ ਲੀਡਰ ਕਹਿੰਦੇ ਵੀ ਯਾਰ ਸਾਡੀ ਵਿਚਾਰ ਧਾਰਕ ਸਿਆਸੀ ਲੜਾਈ ਹੈ ਪਰਸਨਲ ਰੰਜਿਸ਼ ਕੋਈ ਨਹੀਂ ਹਮ ਤੇ ਫੇ ਵੋਟਾਂ ਦੀ ਲੜਾਈ ਆਪਣੇ ਵਾਲੇ ਟੱਬਰ ਜਿਹੜੇ ਉਹ ਕਿਉਂ ਕੜੀਸ ਕੀ ਲੈ ਜਾਂਦੇ ਆ ਵੀ ਨਾ ਫਲਾਣੇ ਦੇ ਮੁੰਡੇ ਦੇ ਵਿਆਹ ਦੇ ਸਦਨਾਂ ਨੇ ਕਿਉਂ ਕਹਿੰਦਾ ਸਾਡੇ ਘਰੇ ਦੀ ਵੋਟਾਂ ਨਹੀਂ ਪਾਈਆਂ ਅਗਲੇ ਤਾਂ ਭਾਈ ਸਾਹਿਬ ਸਾਰਾ ਕੁਝ ਛੱਡ ਛਿੜਾ ਕੇ ਇਕੱਠੇ ਹੀ ਕਾਗਜ਼ ਦਾਖਲ ਕਰਾਉਂਦੇ ਇਕੱਠੇ ਇੱਕ ਦੂਜੇ ਦਾ ਚੋਣ ਨਿਸ਼ਾਨ ਲੈ ਕੇ ਵੀ ਇਲੈਕਸ਼ਨ ਲੜ ਲੈਂਦੇ ਆ ਤੇ ਆਪਣਾਲੇ ਦੁਸ਼ਮਣ ਹੀ ਪਾਲ ਕੇ ਬੈਹ ਜਾਂਦੇ ਨੇ ਨਹੀਂ ਐਤ ਕੀ ਲੋਕਾਂ ਨੂੰ ਬੜੀ ਸਮਝ ਆਈ ਐ ਸੰਧਾਲਿਆ ਸਾਹਿਬ ਹੁਣ ਪਹਿਲਾਂ ਵਾਲੀ ਗੱਲ ਨਹੀਂ ਇੱਕ ਨੌਜਵਾਨ ਦਾ ਫੋਨ ਆਇਆ ਉਹ ਕਹਿੰਦੇ ਜੀ ਅਸੀਂ ਜੇਲ੍ਹ ਬਾਰਡਰ ਜਿਹੜੇ ਆ ਉਹ ਦੀ ਭਰਤੀ ਦੇ ਲਈ ਸੀਗੇ ਇੰਨੇ ਮਹੀਨੇ ਹੋ ਗਏ ਇੰਨੀ ਫੀਸ ਦਿੱਤੀ ਪੇਪਰ ਦੇ ਵਿੱਚੋਂ ਕਲੀਅਰ ਹੋ ਗਿਆ ਸਿਰਫ ਉਹ ਕਾਉਂਸਲਿੰਗ ਰਹਿੰਦੀ ਐ ਇਹ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਦੀਆਂ ਗੱਲਾਂ ਬੜਾ ਰੋਲਾ ਰੋਲਾ ਪਾਇਆ ਆਪਾਂ ਪਲੇਟਫਾਰਮ ਤੇ ਵੀ ਕਿ ਭਾਈ ਕੋਡ ਆਫ ਕੰਡਕਟ ਲੱਗ ਜਾਣਾ ਰਹਿਣ ਦਿੰਨੇ ਆ ਪਰ ਉਹ ਨਹੀਂ ਹੋਇਆ ਹੁਣ ਉਹ ਕਹਿੰਦੇ ਜੀ ਫੇਰ ਆ ਜਨਵਰੀ ਦੇ ਆਖਰੀ ਤੀਸਰੇ ਹਫਤੇ ਤੋਂ ਲੈ ਕੇ 2-3 ਕਹਿੰਦੇ ਜੀ ਕੋਵਿਡ ਆ ਗਿਆ ਹੈ ਕੋਵਿਡ ਦੇ ਕਾਰਨ ਕਰਕੇ ਤੁਹਾਡੀ ਕਾਉਂਸਲਿੰਗ ਅੱਗੇ ਪਾਤੀ ਮੈਂ ਕਹਿ ਨਹੀਂ ਸਕਿਆ ਉਹਨਾਂ ਨੂੰ ਮਨ ਕਰਦਾ ਸੀ ਕਿ ਭਾਈ ਜਿਨ੍ਹਾਂ ਨੇ ਤੁਹਾਡੀ ਗੱਲ ਚੱਕਣੀ ਹੈ ਚਾਹੇ ਕੋਡ ਆਫ ਕੰਡਕਟ ਲੱਗਾ ਹੈ ਜਿਨ੍ਹਾਂ ਨੇ ਤੁਹਾਡੀ ਗੱਲ ਚੱਕਣੀ ਹੈ ਉਹ ਤਾਂ ਜੇ ਆਪੋ ਆਪਣੀ ਪੀੜੀ ਚੱਕੀ ਫਿਰਦੇ ਆ ਕਿ ਕਿਹੜੀ ਪਾਰਟੀ ਦੇ ਵਿਹੜੇ ਦੇ ਵਿੱਚ ਆ ਕੇ ਡਾਉਣੀ ਹੈ ਜਿਹੜੀ ਅਫਸਰਸ਼ਾਹੀ ਨੇ ਤੁਹਾਡਾ ਕੰਮ ਲੈ ਕੇ ਜਾਣਾ ਅੱਗੇ ਉਹ ਅਫਸਰਸ਼ਾਹੀ ਤਾਂ ਸਾਰੀ ਚੋਣਾ ਦੇ ਵਿੱਚ ਲੱਗੀ ਹੈ ਪਰ ਉਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣੇ ਚਾਹੀਦੇ ਹੈ ਜੇ ਸੰਧਾਲੀਆ ਸਾਹਿਬ 1000 ਬੰਦੇ ਦਾ ਇਕੱਠ ਹੋ ਸਕਦਾ ਆਊਟਡੋਰ ਇਲੈਕਸ਼ਨ ਕਮਿਸ਼ਨ ਨੇ ਕਿਹਾ ਜੇ 500 ਬੰਦੇ ਦੀ ਇਨਡੋਰ ਗੈਦਰਿੰਗ ਹਾਲ ਦੇ ਵਿੱਚ ਬੰਦ ਕਮਰੇ ਦੇ ਵਿੱਚ 500 ਬੰਦਾ ਬਹਿ ਸਕਦਾ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਆ ਜੇ 20 ਬੰਦੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਕਿਸੇ ਦੇ ਘਰ ਡੋਰ ਟੂ ਡੋਰ ਪ੍ਰਚਾਰ ਕਰ ਸਕਦੇ ਆ ਥੋੜੇ ਥੋੜੇ ਕਰਕੇ ਕਾਉਂਸਲਿੰਗ ਲਈ ਸੱਦ ਲੋ ਦੇਸ਼ ਦਾ ਸੂਬੇ ਦਾ ਕੰਮ ਥੋੜੀ ਬੰਦ ਹੋਣਾ ਚਾਹੀਦਾ ਨਾਲ ਹੀ ਇੱਕ ਡਿਮਾਂਡ ਹੋਰ ਆਉਂਦੀ ਆ ਕਿ ਭਾਈ ਜੇ 500 ਬੰਦਾ ਇੱਕ ਹਾਲ ਦੇ ਵਿੱਚ ਬਹਿ ਸਕਦਾ ਤਾਂ ਕਿਸੇ ਪ੍ਰਾਇਮਰੀ ਸਕੂਲ ਦੇ ਵਿੱਚ 100 ਬੱਚਾ ਨਹੀਂ ਹੈਗਾ ਮੇਰਾ ਖਿਆਲ ਆ। ਹੂੰ ਸਕੂਲ ਬੰਦ ਨੇ। ਅਗਵੰਡੀ ਜ਼ੂਬੇ ਹਰਿਆਣਾ ਵਿੱਚ ਤਾਂ ਨਹੀਂ ਬੰਦ ਪਰ ਪੰਜਾਬ ਦੇ ਸਕੂਲ ਵੀ ਬੰਦ ਨੇ, ਪੰਜਾਬ ਦੇ ਵਿੱਚ ਕਾਲਜ ਵੀ ਬੰਦ ਨੇ, ਵਿਦਿਅਕ ਅਧਾਰੇ ਸਾਰੇ ਬੰਦ ਨੇ। ਹਾਂ 1000 ਦਾ ਇਕੱਠ ਕਰਕੇ ਤੁਸੀਂ ਵੋਟਾਂ ਮੰਗ ਸਕਦੇ ਹੋ। ਚੰਡੀਗੜ੍ਹ ਵਾਲਾਂ ਵੀ ਖੋਲਤੇ ਹੁਣ। ਚਲੋ ਮੇਰਾ ਖਿਆਲ ਇਹ ਜ਼ਰੂਰ ਖੋਲਣੇ ਚਾਹੀਦੇ। ਲੱਗਦਾ ਜੇ ਕਿਸੇ ਨਿਆਂ ਨੇ ਸੁਣ ਲਿਆ ਨਾ ਪ੍ਰੋਗਰਾਮ। ਹਾਂ। ਯਾਨੀ ਇਹ ਦੋਨੋਂ ਅੰਕਲ ਬਹੁਤ ਬੁਰੇ ਨੇ। ਬੰਦੇ ਨੇ ਸਕੂਲ ਦੀ ਗੱਲ ਕਰਦੇ ਆ ਪਤਾ ਕਿੰਨਾ ਖਤਰਾ ਹੈ हां फिर मैं मिनट के रोटी टिपकानी पे नहीं कट है चे, चे, नहीं पर चलो वो ਘਟੋ ਘਟ ਪਰਿਵਾਰ ਵਾਲੇ ਤਾਂ ਹੋਣਗੇ ਨਾ ਵੀ ਇੱਥੇ ਸਾਰਾ ਦਿਨ ਸਾਡੇ ਸਿਰ ਚ ਗਲੀਆਂ ਕਰਦੇ ਉਹਨਾਂ ਚੰਗਾ ਸਕੂਲੇ ਤੇ ਜਾਇਆ ਕਰਨਗੇ ਜੀ ਅੱਛਾ ਆਪਾਂ ਜੇ ਕਾਗਜ਼ ਭਰਨ ਭਰਉਣ ਦੀ ਗੱਲ ਕੀਤੀ ਹੈ ਨਾ ਤਾਂ ਤੁਸੀਂ ਆ ਜਿਹੜਾ ਜ਼ਿਕਰ ਕੀਤਾ ਉਹਦੇ ਚ ਚੰਨੀ ਸਾਹਿਬ ਦੀ ਆਪਾਂ ਇੱਕ ਗੱਲ ਛੱਡ ਗਈ ਕੀ ਪਿਛਲੀ 24 ਜਨਵਰੀ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਮੰਗ ਪੱਤਰ ਦਿੱਤਾ ਸੀ ਰਾਜਪਾਲ ਸਾਹਿਬ ਨੂੰ ਕਿ ਮਹਾਰਾਜ ਜਿਹੜਾ ਈਡੀ ਵਾਲਾ ਮਸਲਾ ਹੈ ਰੀਤ ਮੈਨਿੰਗ ਵਾਲਾ ਦੂਜੇ ਤੇ ਜੋ ਚ ਜਾਂਚ ਕਰਾਓ ਮਹਾਰਾਜ ਇਹ ਦਾਲ ਚਕਾਲਾ ਜਾਂ ਦਾਲ ਕਾਲੀ ਹੈ ਜਾਂ ਬਣਾ ਕੇ ਤੇ ਕਾਲੇ ਪਤੀਲੇ ਜਲੀ ਕੁਸ਼ਤੀ ਹੋਇਆ ਹੈ ਉਦੋਂ ਦਾ ਤੇ ਮੇਰੇ ਖਿਆਲ ਨਾਲ ਰਾਜਪਾਲ ਸਾਹਿਬ ਨੇ ਕੀਤਾ ਕੁਛ ਨਹੀਂ ਹੁਣ ਉਹਨਾਂ ਨੇ ਆਰਡਰ ਦੇ ਦਿੱਤੇ ਨੇ ਦੇਖੋ ਗੱਲ ਇਹ ਹੈ ਕਿ ਜਦੋਂ ਈਡੀ ਨੇ ਉਹਨਾਂ ਦੇ ਭਾਂਜੇ ਦੇ ਘਰੇ ਛਾਪਾ ਮਾਰਿਆ ਸੀ ਨੋਟਾਂ ਦੀ ਗੱਲ ਚੱਲੀ ਬੜਾ ਕੁਛ ਚੱਲਿਆ ਉਦੇ ਤੋਂ ਬਾਅਦ ਸੰਭਾਵਨਾ ਇਹ ਸੀ ਕਿ ਸ਼ਾਇਦ ਕੁਝ ਹੋਰ ਬੰਦਿਆਂ ਨੂੰ ਸੱਦਿਆ ਜਾਊਗਾ ਜਾਂਚ ਪੜਤਾਲ ਦੇ ਲਈ ਕਿਉਂਕਿ ਵੀਡੀਓਜ਼ ਬਥੇਰੀਆਂ ਮਜੀਠੀਆ ਸਾਹਿਬ ਨੇ ਜਾਰੀ ਕੀਤੀਆਂ ਸੀ ਆ ਦੇਖੋ ਐਮਐਲਏ ਸਟicker ਲੱਗਾ ਆ ਦੇਖੋ ਬੰਦਾ ਆ ਕਰਦਾ ਆ ਦੇਖੋ ਗਣਤੰਤਰ ਦਿਵਸ ਦੇ ਸਮਾਗਮਾਂ ਦੇ ਵਿੱਚ ਬਰੂਬਰ ਖੜਾ ਹੈ ਆ ਦੇਖੋ ਸਰਕਾਰੀ ਸਮਾਗਮ ਦੇ ਵਿੱਚ ਸਨਮਾਨ ਹੁੰਦਾ ਪਰ ਗੱਲ ਉੱਥੇ ਟੱਕੀ ਰਹਿ ਗਈ ਸੀ ਮਜੀਠੀਆ ਸਾਹਿਬ ਨੇ ਉਦੋਂ ਇਹ ਵੀ ਕਿਹਾ ਸੀ ਕਿ ਦੇਖੋ ਜੀ ਗੱਲ ਇਹ ਹੈ ਕਿ ਈਡੀ ਵਾਲੇ ਵੀ ਰਲੇ ਹੋਏ ਜੇ ਉਹਨਾਂ ਨੇ ਇਹ ਬਿਆਨ ਦੇ ਕੇ ਸੀ ਉਹ ਇਧਰਲੇ ਪਾਸੇ ਚੰਨੀ ਸਾਹਿਬ ਵੀ ਕਹਿੰਦੇ ਸੀ ਕਿ ਈਡੀ ਵਾਲੇ ਤਾਂ ਪ੍ਰੈਸ਼ਰ ਪਾਉਂਦੇ ਆ ਬੰਗਾਲ ਚ ਵੇਖ ਲਓ ਕੀ ਕੀਤਾ ਸੀ ਮਹਾਰਾਸ਼ਟਰ ਚ ਵੇਖ ਲਓ ਕੀ ਕੀਤਾ ਸੀ ਦਿੱਲੀ ਚ ਵੇਖ ਲਓ ਕੀ ਕੀਤਾ ਸੀ ਹੁਣ ਜਦੋਂ ਆਮ ਆਦਮੀ ਪਾਰਟੀ ਵਾਲੇ ਦੇਖਿਆ ਗਲਤ ਨਹੀਂ ਬਣਦੀ ਉਹ ਰਾਜਪਾਲ ਸਾਹਿਬ ਕੋ ਚਲੇ ਗਿਆ ਸੀ ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭੂਮਿਕਾ ਦੀ ਜਾਂਚ ਕਰੋ ਕਿ ਠੀਕ ਹੈ ਇੱਕ ਪੰਜਾਬ ਦੇ ਨਾਗਰਿਕ ਦੇ ਕੋਲੋਂ ਕੁਝ ਫੜ ਹੋਇਆ ਉੱਥੇ ਛਾਪੇ ਪਏ ਕਹਿੰਦੇ ਸੀ ਮੇਰੇ ਨਾਲ ਸਬੰਧ ਕੋਈ ਨਹੀਂ ਉਹ ਕਹਿੰਦੇ ਜੀ ਇਹਨਾਂ ਦੀ ਹੈਲਪ ਤੋਂ ਬਿਨਾ ਹੋ ਨਹੀਂ ਸਕਦਾ ਹੁਣ ਸਿੱਧਾ ਰਾਜਪਾਲ ਸਾਹਿਬ ਨੇ ਕਿਉਂਕਿ ਸਰਕਾਰ ਕੋਲ ਅੱਜ ਕੱਲ੍ਹ ਅਧਿਕਾਰ ਥੋੜੇ ਹੀ ਹੁੰਦੇ ਆ। ਰਾਜਪਾਲ ਸਾਹਿਬ ਕੇਂਦਰ ਦੇ ਨੁਮਾਇੰਦੇ ਨੇ। ਉਹਨਾਂ ਨੇ ਡੀਜੀਪੀ ਪੰਜਾਬ ਪੁਲਿਸ ਭਵਰਾ ਸਾਹਿਬ ਨੂੰ ਕਿਹਾ ਕਿ ਤੁਸੀਂ ਜਾਂਚ ਕਰੋ ਕਿ ਮੁੱਖ ਮੰਤਰੀ ਸਾਹਿਬ ਦਾ ਇਹਦੇ ਵਿੱਚ ਕੋਈ ਕਨੈਕਸ਼ਨ ਤਾਂ ਨਹੀਂ। ਤੇ ਜਾਂਚ ਕਰਕੇ ਐਂਕੜੇ ਰਿਪੋਰਟ ਫੇ ਮੈਨੂੰ ਹੀ ਫੜਾ ਦਿਓ। ਆਹ ਮਤਲਬ ਤੁਸੀਂ ਮੇਰੇ ਤੱਕ ਰਿਪੋਰਟ ਪਹੁੰਚਦੀ ਕਰ ਦਿਓ। ਦੋਸਤੋ ਬਾਅਦ ਕੀ ਕਰਨਾ ਹੈ ਉਹ ਅਸੀਂ ਆਪੇ ਦੇਖ ਲਾਂਗੇ ਪਰ ਇਹ ਤੇ ਤਰਾਜ ਆਇਆ ਹੈ। ਸੁਨੀਲ ਕੁਮਾਰ ਜਾਖੜ ਸਾਹਿਬ ਦਾ। ਉਹ ਕਹਿੰਦੇ ਦੇਖੋ ਜੀ ਆਹ ਜਿਹੜਾ ਕੰਮ ਹੋਣ ਲੱਗਾ ਨਾ ਇਹ ਸਵਿਧਾਨਿਕ ਨਹੀਂ ਹੈਗਾ ਕਿਉਂਕਿ ਜਦੋਂ ਕੋਡ ਆਫ ਕੰਡਕਟ ਲੱਗਾ ਇਲੈਕਸ਼ਨ ਕਮਿਸ਼ਨ ਦੇ ਹੱਥ ਵਾਸ ਸਾਰਾ ਕੁਝ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਉਹ ਕਹਿੰਦੇ ਮਜੀਠੀਆ ਸਾਹਿਬ ਵਾਲੇ ਕੇਸ 'ਚ ਜੇ ਸੁਪਰੀਮ ਕੋਰਟ ਇਸ ਗੱਲ ਨੂੰ ਧਿਆਨ 'ਚ ਰੱਖ ਸਕਦੀ ਵੀ ਸਟੇਟ 'ਚ ਇਲੈਕਸ਼ਨਾਂ ਨਹੀਂ ਇਸ ਕਰਕੇ ਉਹਨਾਂ ਨੇ ਤਰੀਕ 23 ਦੇਤੀ ਉਹਨਾਂ ਨੂੰ ਜੀ ਤੇ ਚੰਨੀ ਸਾਹਿਬ ਵਾਲੇ ਮਾਮਲੇ ਦੇ ਵਿੱਚ ਜਾਂਚ ਹੋਣੀ ਕਿਉਂ ਹੋ ਰਹੀ ਹੈ ਜੀ ਇਲੈਕਸ਼ਨ ਕਮਿਸ਼ਨ ਨੂੰ ਰੋਕ ਲਾਉਣੀ ਚਾਹੀਦੀ ਹੱਤੀ ਨਹੀਂ ਗੱਲ ਜਾਖੜ ਸਾਹਿਬ ਬੜੇ ਸਿਆਣੇ ਬੰਦੇ ਆ ਉਹਨਾਂ ਨੇ ਰੈਫਰੈਂਸ ਦਿੱਤਾ ਪਰ ਮੈਂ ਕਹਿੰਦਾ ਕਿ ਹੋਰ ਕੰਮ ਵੀ ਹੋ ਸਕਦਾ ਜਾਂਚ ਚੱਲਦੀ ਰਹੇ ਰਿਪੋਰਟ ਜੀ ਵੀ ਠੀਕ ਹੈ ਹਨਾ ਵੀ ਜਾਨੀ ਉਹ ਜਨ ਤੱਕ ਕੁਝ ਵੀ ਨਾ ਕਰਨ ਉਹ ਹੋ ਸਕਦਾ ਡੀਜੀਪੀ ਸਾਹਿਬ ਵੀ ਕਹਿ ਦੇਣ ਜੀ ਪ੍ਰੈਸ ਨਾਲ ਉਹ ਤਾਂ ਗੱਲ ਨਹੀਂ ਕਰਨੀ ਕਿਉਂਕਿ ਪ੍ਰਭਾਵ ਤਾਂ ਉਹਦੇ ਪੈਂਦਾ ਜਦੋਂ ਪ੍ਰੈਸ ਨਾਲ ਗੱਲ ਹੁੰਦੀ ਆਪਾਂ 20 ਦਿਨ ਕੰਮਗਾਤੋਂ ਲਮਕਾਉਣਾ ਹਾਂ ਨਹੀਂ ਚਲੋ ਇਹ ਹੋਣ ਉਹ ਬੰਦੇ ਸਾਰੇ ਸਿਆਣੇ ਨੇ ਯਾਰ ਵੱਡੇ ਬੰਦੇ ਨੇ ਆਪੇ ਕਰ ਲਵਾਂਗੇ ਹਸਤਾ ਪਰ ਜੇ ਮਜੀਠੀਆ ਸਾਹਿਬ ਦੀ ਗੱਲ ਚੱਲੀ ਤੇ ਆਪਾਂ ਜ਼ਿਕਰ ਕਰ ਲਈਏ ਕਰੋ ਕਿ ਮਜੀਠੀਆ ਸਾਹਿਬ ਦੀ ਧਰਮ ਪਤਨੀ ਗੁਨੀਬ ਕਰੋ ਰਾਮ ਨੂੰ ਹੂੰ ਹੂੰ ਕਾਗਜ਼ ਭਰੇ ਗਏ ਮਜੀਠੇ ਤੋਂ ਹੁਣ ਪਹਿਲਾ ਰੌਲਾ ਇਹ ਪੈ ਗਿਆ ਵੀ ਲਓ ਜੀ ਸਿੱਧੂ ਸਾਹਿਬ ਨੇ ਕਿਹਾ ਸੀ ਵੀ ਆ ਜਾ ਫੇ ਮਜੀਠੀਆ ਅਮਰਸਰ ਉਹ ਕਹਿੰਦੇ ਆ ਉਹ ਲਾਓ ਫਿਰ ਉਹਨਾਂ ਨੇ ਆਪਣੀ ਧਰਮ ਪਤਨੀ ਉੱਥੋਂ ਉਮੀਦਵਾਰ ਬਣਾਤਾ ਉਹ ਆ ਗਏ ਜੀ ਇੱਥੇ ਅੰਮ੍ਰਿਤਸਰ ਪੂਰਬੀ ਫਿਰ ਦੂਜੀ ਖਬਰ ਆਈ ਵੀ ਨਹੀਂ 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 ਉਹ ਤੇ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਉਹਨਾਂ ਨੇ ਕਾਗਜ਼ ਭਰੇ ਆਪਣੇ ਫਿਰ ਤੀਜੀ ਕਨਫਰਮੇਸ਼ਨ ਆਉਂਦੀ ਦਿਲਜੀਤ ਸਿੰਘ ਚੀਮਾ ਸਾਹਿਬ ਉਹ ਲੋਕ ਕਹਿੰਦੇ ਨਹੀਂ ਨਹੀਂ ਇਦਾਂ ਦੀ ਤਾਂ ਗੱਲ ਹੀ ਕੋਈ ਨਹੀਂ ਮਜੀਠਿਆ ਸਾਹਿਬ ਦਾ ਆਪਣਾ ਹਲਕਾ ਮਜੀਠਾ ਉੱਥੋਂ ਉਹਨਾਂ ਨੇ ਇਲੈਕਸ਼ਨ ਲੜਨੀ ਲੜਨੀ ਆ ਅੰਮ੍ਰਿਤਸਰ ਪੂਰਬੀ ਦੋਨਾਂ ਦੀ ਡਿਊਟੀ ਲਈ ਆ ਪਾਰਟੀ ਨੇ ਉਹ ਉਹਨਾਂ ਨੇ ਲੜਾਈ ਦਰ ਲੜਨੀ ਲੜਨੀ ਇਸ ਕਰਕੇ ਉਹ ਦੋਨਾਂ ਸੀਟਾਂ ਤੋਂ ਲੜਨਗੇ ਦੇਖੋ ਸੰਧਾਲੀਆ ਸਾਹਿ ਬਾਕੀ ਇੱਕ ਗੱਲ ਹੈਗੀ ਐ ਬਹੁਤ ਸਾਰੇ ਰਾਜਨੀਤਿਕ ਲੀਡਰ ਨੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਲਗਾਤਾਰ ਸਰਗਰਮ ਰਹਿੰਦੇ ਆ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਘਰੋਂ ਮਜੀਠੀਆ ਸਾਹਿਬ ਦੀ ਭੈਣ ਜੀ ਬੀਬੀ ਹਰਸਿਮਰਤ कौर ਬਾਦਲ ਤਾਂ ਐਮਪੀ ਰਹਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰੋਂ ਬੀਬੀ ਪ੍ਰਨੀਤ कौर ਐਮਪੀ ਨੇ ਤੇ ਬੀਬੀ ਜੀ ਵੀ ਐਮਪੀ ਨੇ ਬਾਦਲ ਜੀ ਵੀ ਇਹਦੇ ਤੋਂ ਇਲਾਵਾ ਜਿਹੜੇ ਰਾਜਾ ਵੜਿੰਗ ਹੋਰਾਂ ਦੇ ਘਰੋਂ ਬੀਬੀ ਅਮਰਤਾ ਵੜਿੰਗ ਉਹ ਵੀ ਲਗਾਤਾਰ ਸਰਗਰਮ ਹੁੰਦੇ ਆ ਉਧਰਲੇ ਪਾਸਿਓਂ ਬੀਬੀ ਖੰਘੂੜਾ ਹੋਰੀ ਜਿਹੜੇ ਨੇ ਜਿਹੜੇ ਧੂਰੀ ਤੋਂ ਜਸ ਗੋਲਦੀ ਸਾਹਿਬ ਦੇ ਘਰੋਂ ਨੇ ਉਹ ਵੀ ਲਗਾਤਾਰ ਸਰਗਰਮ ਨੇ ਤਕਰੀਬਨ ਹਰ ਇੱਕ ਸਿਆਸੀ ਲੀਡਰ ਨੇ ਆਪੋ ਆਪਣੇ ਹਲਕੇ ਦੇ ਵਿੱਚ ਚੋਣ ਮਹਿੰਮ ਦੀ ਕਮਾਂਡ ਪਰਿਵਾਰਾਂ ਨੂੰ ਖਾਸ ਤੌਰ ਦੇ ਉੱਤੇ ਬੀਬੀਆਂ ਨੂੰ ਸੌਂਪ ਦਿੱਤੀ ਹੈ ਕਿ ਤੁਸੀਂ ਭਾਈ ਜਾ ਕੇ ਕੈਂਪੇਨ ਕਰੋ ਪਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਪਰਿਵਾਰ ਦੇ ਮੈਂਬਰ ਕਦੇ ਨਹੀਂ ਸੀ ਨਜ਼ਰ ਆਏ ਹੁਣ ਤੁਸੀਂ ਦੇਖੋ ਕਿ ਗੱਲ ਕਿੱਥੇ ਤੱਕ ਅੱਪੜ ਗਈ ਹੈ ਕਿ ਜਿੱਦਾਂ ਹੀ ਅੰਮ੍ਰਿਤਸਰ ਪੂਰਬੀ ਤੋਂ ਕਾਗਜ਼ ਭਰੇ ਨੇ ਵੱਡਾ ਮੁਕਾਬਲਾ ਉੱਥੇ ਬਣ ਗਿਆ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਰਣੇ ਕਹਿੰਦਾ ਫਿਰ ਦੋ ਦੋ ਹਲਕਿਆਂ ਤੋਂ ਕਿਉਂ ਤੇ ਪਿਛਲੇ 14-15 ਸਾਲ ਦੇ ਵਿੱਚ ਉਹਨਾਂ ਦੇ ਵਿਆਹ ਦੇ ਮੌਕੇ ਜ਼ਰੂਰ ਤਸਵੀਰਾਂ ਜਾਰੀ ਹੋਈਆਂ ਸੀ ਕਿਉਂਕਿ ਉਹ ਕੈਬਨਿਟ ਮੰਤਰੀ ਸੀ ਕੈਬਨਿਟ ਮੰਤਰੀ ਦਾ ਵਿਆਹ ਹੋਵੇ ਤਾਂ ਤਸਵੀਰਾਂ ਸਾਹਮਣੇ ਆਉਂਦੀਆਂ ਉਹਦੇ ਤੋਂ ਬਾਅਦ ਬੀਬੀ ਗਨੀਵਕੌਰ ਹੋਰਾਂ ਨੂੰ ਹੁਣ ਹੀ ਦੇਖਿਆ ਗਿਆ ਨਹੀਂ ਤਾਂ ਉਹ ਕਦੇ ਕਿਉਂਕਿ ਪਰਿਵਾਰ ਵਧੀਆ ਤਰੀਕੇ ਨਾਲ ਚਲਾਉਂਦੇ ਹੋਣਗੇ ਉਹ ਸਾਰਾ ਕੁਝ ਹੋਏਗਾ ਹੁਣ ਉਹਨਾਂ ਨੇ ਕਾਗਜ਼ ਦਾਖਲ ਕਰਾਏ ਨੇ ਹੁਣ ਹੀ ਨਜ਼ਰ ਆਏ ਚਰਚਾਵਾ ਦਾ ਬਾਜ਼ਾਰ ਬਿਲਕੁਲ ਪੂਰਾ ਹੈ ਕਿ ਮਜੀਠੀਆ ਸਾਹਿਬ ਨੇ ਇੱਕ ਸੀਟ ਤੋਂ ਹੀ ਚੋਣ ਲੜਨੀ ਇੱਕ ਦੋ ਦਿਨ ਜੇ ਕਾਗਜ਼ ਵਾਪਸ ਲੈਣ ਨੂੰ ਹੈਗੇ ਜਿਨ੍ਹਾਂ ਨੇ ਵਾਪਸ ਲੈ ਲਿਆ ਬੀਬੀ ਜ ਪਰ ਫਿਰ ਵੀ ਜੀ ਅਕਾਲੀ ਦਲ ਦੇ ਵਿੱਚ ਚਿੰਤਨ ਮੰਥਨ ਹੋ ਰਿਹਾ ਕਿ ਕਦਮ ਕਿਹੜਾ ਕਿਵੇਂ ਚੱਕਿਆ ਜਾਏ ਪਰ ਜੇ ਮਜੀਠੀਆ ਸਾਹਿਬ ਨੇ ਕਾਗਜ਼ ਵਾਪਸ ਲੈ ਲਿਆ ਜੇ ਵਾਪਸ ਲੈ ਲਿਆ ਬੀਬੀ ਗਨੀਵ ਕੌਰ ਜੇ ਉਮੀਦਵਾਰ ਬਣ ਗਏ ਉਹਦੇ ਨਾਲ ਕੀ ਹੋਣਾ ਕਿ ਆਪਾਂ 4 ਦਿਨ ਪਹਿਲਾਂ ਤੱਕ ਕਹਿੰਦੇ ਸੀ ਵੀ ਮਜੀਠੀਆ ਸਾਹਿਬ ਤੁਸੀਂ ਇਕੱਲੇ ਹੀ ਹੋ ਜਿਹੜੇ ਦੋ ਸੀਟਾਂ ਤੋਂ ਲੜਦੇ ਹੋ ਕਾਹਨੂੰ ਐਵੇਂ ਜਿਹੜਾ ਪ੍ਰਭਾਵ ਪਾਉਣਾ ਹੈ ਕਾਹਨੂੰ ਪੈਸੇ ਖਰਚਾਉਣੇ ਆ ਸਟੇਟ ਦੇ ਜੇ ਦੋਨੇ ਸੀਟਾਂ ਜਿੱਤ ਗਿਆ ਹਲਕਾ ਖਾਲੀ ਹੋ ਜੂ ਜੇ ਮਜੀਠੀਆ ਸਾਹਿਬ ਨੇ ਵਾਪਸ ਲੈ ਲਿਆ ਫਿਰ ਆਨੂੰ ਕਾਂਗਰਸੀਆਂ ਨੂੰ ਕਹਾਂਗੇ ਕਿ ਚੰਨੀ ਸਾਹਿਬ ਕਾਹਨੂੰ ਦੋ ਤੁਸੀਂ ਮੁੱਖ ਮੰਤਰੀਆਂ ਚ ਦੋਨਾਂ ਤੇ ਜਿੱਤ ਗਿਆ ਕਾਹਨੂੰ ਐਵੇਂ ਹੀ ਖਜ਼ਾਨੇ ਦੇ ਪੈਸੇ ਖਰਾਬ ਕਰਨੇ ਇੱਕ ਤੋਂ ਹੋਜੋ ਹੋ ਸਕਦਾ ਡਾਕਟਰ ਮਨੋਰ ਸਾਹ ਦਾ ਨੰਬਰ ਲੱਗ ਜਾਏ ਜੀ ਤੁਸੀਂ ਅੱਜ ਬਹੁਤ ਸफारਿਸ਼ ਕਰ ਰਹੇ ਡਾਕਟਰ ਸਾਹਿਬ ਦੀ ਚਲੋ ਮਾਰਾਏ ਕਰੇ ਦੇਖੋ ਹਲਕਾ ਰਿਜ਼ਰਵ ਹੈ ਮੈਂ ਨਾ ਤਾਂ ਇਹ ਕਹਿ ਸਕਦਾ ਕਿ ਰਾਣਾ ਗਰਜੀਤ ਸਿੰਘ ਦੇ ਬੇਟੇ ਨੂੰ ਉੱਥੋਂ ਦੇ ਦਿਦਾਉ ਲੜ ਨਹੀਂ ਸਕਦੇ ਨਾ ਮੈਂ ਇਹ ਕਹਿ ਸਕਦਾ ਕਿ ਰਵਿੰਦਰ ਸਿੰਘ ਬਾਜਵਾ ਦੇ ਬੇਟੇ ਨੂੰ ਦੇਦਾ ਉਹ ਵੀ ਉੱਥੋਂ ਲੜ ਨਹੀਂ ਸਕਦੇ ਨਾ ਮੈਂ ਇਹ ਕਹਿ ਸਕਦਾ ਕਿ ਡਿੰਪਾ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਉੱਥੋਂ ਦੇ ਦੇ ਉਹ ਵੀ ਉੱਥੋਂ ਲੜ ਨਹੀਂ ਸਕਦੇ ਨਹੀਂ ਕਹਿ ਸਕਦੇ ਨਾ ਨਾ ਕੰਗਸਾਬ ਉਥੋਂ ਲੜ ਸਕਦੇ ਆ ਇਸ ਕਰਕੇ ਜਿਹੜੇ ਲੜ ਸਕਦੇ ਆ ਹਾਂ ਪਰਮੁਲ ਸਿੰਘ ਖਾਲਸਾ ਨੂੰ ਦੇ ਦਿਓ ਉਧਰਲੇ ਪਾਸੇ ਅਜੈਬ ਸਿੰਘ ਭੱਟੀ ਸਾਹਿਬ ਨੂੰ ਦੇ ਦਿਓ ਉਹ ਲੜ ਸਕਦੇ ਆ ਕਿੰਨੇ ਬੰਦੇ ਹੋਰ ਨੇ ਜਿਹੜੇ ਲੜ ਸਕਦੇ ਆ ਹਮ ਪਰ ਨਹੀਂ ਅਗਲੇ ਚੰਨੀ ਸਾਹਿਬ ਲੜਾਉਣਾ ਇਹ ਚਲੋ ਮੈਨੂੰ ਲੱਗਦਾ ਵੀ ਆ ਦੋ ਤਿੰਨ ਦਿਨ ਨਾ ਇਹ ਜਮਾ ਐ ਮੋੜ ਇਦਾਂ ਦਾ ਵੀ ਜਿਹੜਾ ਬਿਲਕੁਲ ਨਹੀਂ ਇੱਕੇ ਦਾ ਮੁੜ ਜਾਂਦਾ ਹੁੰਦਾ ਜੀ ਉਹ ਵਾਲਾ ਮੋੜ ਆ ਇਸ ਕਰਕੇ ਥੋੜੀ ਜੀ ਰੇਸ ਘਟਾਈ ਆ ਸਾਰਿਆਂ ਨੇ ਵੀ ਦੇਖੋ ਕਿਹੜਾ ਬੰਦਾ ਐਨ ਮੌਕੇ ਤੇ ਜਾ ਕੇ ਬਾਜਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਇਹ ਹੁੰਦਾ ਹੁੰਦਾ ਹੈ ਵੀ ਜਦੋਂ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਤੇ ਆਖਰੀ ਟਾਈਮ ਹੋਵੇ ਨਾ ਜੀ ਉਦੋਂ ਵੀ ਕਿਸੇ ਵੇਲੇ ਕਾਗਜ਼ ਚੁੱਕੇ ਜਾਂਦੇ ਹੁੰਦੇ ਵੀ ਲੈ ਯਾਰ ਫਲਾਣਾ ਬੰਦਾ ਕਾਗਜ਼ ਲੈ ਗਿਆ ਵਾਪਸ ਨਹੀਂ ਜੇ ਮੰਨ ਲਓ ਕਾਗਜ਼ ਵਾਪਸ ਨਹੀਂ ਲੈ ਜਾਂਦੇ ਤੇ ਇੱਕ ਤਰੀਕਾ ਹੋਰ ਹੁੰਦਾ ਵੀ ਸਾਰੇ ਚੋਣ ਮਹਿੰਮ ਪਖੀ ਵੇਖ ਲਾਂਗੇ ਚੱਕ ਦਾਂਗੇ ਐਦਾਂ ਉਦਾਂ ਜਦੋਂ 2 ਦਿਨ ਰਹਿ ਜਾਂਦੇ ਨਾ ਉਹ ਫਲਾਨਾ ਉਹ ਬਹਿ ਗਿਆ ਯਾਰ ਉਹ ਕਹਿੰਦਾ ਵੀ ਮੈਂ ਇਹਦੇ ਹੱਕ 'ਚ ਬਹਿ ਗਿਆ ਹੈ ਨਾ ਸੋ ਇਸ ਕਰਕੇ ਅਜੇ ਬਹੁਤ ਕੁਝ ਹੋ ਸਕਦਾ ਐਡੀ ਕੋ ਮਤਲਬ ਘਬਰਾਉਣ ਵਾਲੀ ਗੱਲ ਨਹੀਂ ਹਾਉ ਬਹੁਤ ਕਈ ਵਾਰੀ ਨਾ ਦੇਖੋ ਫਰਕ ਹੁੰਦਾ ਹੈ ਤੁਹਾਡੇ ਵਰਗਾ ਵੱਡਾ ਲੀਡਰ ਖੜਾ ਹੈ ਅਸਾਂ ਮੈਨੂੰ ਹੁਣ ਵੱਡਾ ਲੀਡਰ ਮੇਰੇ ਵਰਗੇ ਬੰਦੇ ਮੈਨੂੰ ਹਰਾਉ ਦੋ ਤਿੰਨਾਂ ਦਾ ਨਹੀਂ ਮੈਂ ਤੁਹਾਨੂੰ ਦੱਸਣ ਲੱਗਿਆ ਨਾ ਮੇਰੇ ਵਰਗਾ ਬੰਦਾ ਇਸੇ ਕਰਕੇ ਕਿ ਚਲੋ ਲੀਡਰ ਸਾਹਿਬ ਦੇ ਹੱਕ 'ਚ ਹੀ ਪਾਵਾਂਗੇ ਕਾਗਜ਼ਾਲ ਕਰਦੇ ਨੇ ਲੀਡਰ ਦਾ ਖਰਚ ਇੰਨਾ ਕੋ ਹੈ ਹੀ ਕੁਛ ਅਗਲੀ ਵਾਰੀ ਕਾਗਿ ਭਰਨ ਜੋ ਕੇ ਦੇ ਦਿਓ ਉਥੇ ਕੀ ਆ ਤੁਹਾਡੇ ਹੱਥੇ ਫੇਰ ਸਰਲੇਖ ਹੋ ਦੇਗਾ ਵੱਡਾ ਹੰਗਾਰਾ ਗੁਰਪ੍ਰੀਤ ਸੰਧਾ ਆਲਿਆ ਦੀ ਚੋਣ ਮਹਿਮ ਨੂੰ ਮਿਲਿਆ ਐਡਾ ਵੱਡਾ ਹੰਗਾਰਾ ਮਿਲਿਆ ਫਲਾਨਾ ਲੀਡਰਾਂ ਦੇ ਹੱਕ ਚ ਬਹਿ ਗਿਆ ਉਹ ਕਹਿੰਦੇ ਜੀ ਮੇਰੇ ਸਾਰੇ ਸਾਥੀ ਨਾਲ ਤੁਰਨਗੇ ਸਾਥੀ ਪਿੱਛੇ ਘੇਰ ਕੋਈ ਵੀ ਨਹੀਂ ਹੁੰਦਾ ਐਲਕੀ ਦੇ ਬਹਾਨਾ ਹੈਗਾ ਨਾ ਉਹ ਕਹਿੰਦਾ ਵੀ ਸਾਥੀਆਂ ਨੂੰ ਅਸੀਂ ਲਿਆ ਨਹੀਂ ਸਕੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਮਨਾ ਕੀਤਾ ਨਾ ਵੀ ਬਹੁਤੇ ਬੰਦੇ ਨਹੀਂ ਖੜਨੇ ਨਹੀਂ ਇੱਥੇ ਉਦਾਂ ਸਾਡੇ ਨਾਲ ਹੀ ਨੇ ਉਹ ਉਦਾਂ ਨਾਲ ਹੀ ਨੇ ਇੱਥੇ ਆਪਾਂ ਥੋੜੀ ਜਿਹੀ ਚਰਚਾ ਇੱਕ ਹੋਰ ਕਰ ਲਈਏ ਚਰਚਾ ਚੱਲਦੀ ਸੀ ਕਿ ਸ਼ਾਇਦ ਦੋ ਸੀਟਾਂ ਤੋਂ ਜੇ ਚਰਨਜੀਤ ਸਿੰਘ ਚੰਨੀ ਨੂੰ ਲੜਾ ਰਹੇ ਆ ਤਾਂ ਕੀ ਸੀਐਮ ਦੇ ਦਾਵੇਦਾਰ ਹੋਣਗੇ ਉਧਰਲੇ ਪਾਸੇ ਇਹ ਚਰਚਾ ਚੱਲਦੀ ਸੀ ਨਵਜੋਤ ਸਿੰਘ ਸਿੱਧੂ ਸਾਹਿਬ ਆ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ ਭਪੇਸ਼ ਬਘੇਲ ਸਾਹਿਬ ਨਾਲ ਬੈਠੇ ਹੁਣ ਤੁਸੀਂ ਦੇਖੋ ਕਿ ਪਿਛਲੇ ਦਿਨ ਹੀ ਰਣਦੀਪ ਸੂਰਜੇਵਾਲਾ ਹਾਈ ਕਮਾਂਡ ਤੋਂ ਆਏ ਤਾਂ ਉਹ ਵੀ ਸਿੱਧੂ ਸਾਹਿਬ ਨਾਲ ਪ੍ਰੈਸ ਕਾਨਫਰੰਸ ਕਰਦੇ ਆ ਭਪੇਸ਼ ਬਘੇਲ ਕਿਉਂਕਿ ਲੈ ਦੇ ਕੇ ਹੁਣ ਉਂਗਲਾਂ ਤੇ ਗਣ ਗੂਠਾ ਛੱਡਦੀ ਏ ਉਂਗਲਾਂ ਤੇ ਗਿਣ ਚੋ ਕੇ ਤਾਂ ਮੁੱਖ ਮੰਤਰੀ ਆ ਕਾਂਗਰਸ ਦੇ ਕੋਲੇ ਨਾ ਊਠਾ ਛੱਡ ਹੀ ਦਿੱਤਾ ਮੈਂ ਵਿੱਚੋਂ ਨਹੀਂ ਨਹੀਂ ਲੋੜ ਹੀ ਨਹੀਂ ਲੋੜ ਹੀ ਨਹੀਂ ਹੈਗੀ ਨਾ ਗੋਲਜਿਆ ਕਰ ਲਿਆ ਉਹ ਜੇ ਆਉਂਦੇ ਆ ਤੇ ਨਵਜੋਤ ਸਿੰਘ ਸਿੱਧੂ ਕੱਲੇ ਹੀ ਉਹਨਾਂ ਦੇ ਨਾਲ ਬੈੰਦੇ ਆ ਇਹਦਾ ਮਤਲਬ ਹੈ ਕਿ ਹਾਈ ਕਮਾਂਡ ਕਹਿ ਰਹੀ ਹੈ ਕਿ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਪਤਾ ਨਹੀਂ ਕਿਹਦਾ ਦਾ ਲੱਗ ਜੂਵੇ ਤੇ ਨਵਜੋਤ ਸਿੰਘ ਸਿੱਧੂ ਹਰਾਂ ਨੇ ਹੁਣ ਕੁਝ ਗੱਲਾਂ ਕਈਆਂ ਉਹ ਕਹਿੰਦੇ ਜੀ ਦੇਖੋ ਮੈਂ ਨਹੀਂ ਕਹਿੰਦਾ 25 ਲੱਖ ਨੂੰ ਕੰਮ ਦੇਣਾ 20 ਲੱਖ ਨੂੰ ਦੇਣਾ 15 ਲੱਖ ਨੂੰ ਦੇਣਾ 5 ਲੱਖ ਬੰਦੇ ਨੂੰ ਕੰਮ ਦੇਾਂਗੇ 5 ਸਾਲਾਂ ਚ ਕਿਉਂਕਿ ਬਣਦਾ ਹੀ ਇੰਨਾ ਕ ਹੈ ਪਰ ਉਹ ਕਹਿੰਦੇ ਮੈਂ ਕੇਜਰੀਆ ਵਾਲਾ ਵੀ ਨਹੀਂ ਕਹਿੰਦਾ ਕਿ ਕੰਮ ਦੇ ਆਉਂਗਾ ਕਹਿੰਦੇ ਕਿੱਥੋਂ ਦੇਣਾ ਹੀ ਮੈਂ ਦੱਸਦਾ ਹੀ ਇੰਨੇ ਹਜ਼ਾਰ ਬੰਦਾ ਆਪਾਂ ਰੇਤ ਕਾਰਪੋਰੇਸ਼ਨ ਬਣਾਉਣਾ ਸਰਕਾਰ ਦਾ ਕਾਰਪੋਰੇਸ਼ਨ ਸਰਕਾਰ ਰੇਤ ਕੱਢੂ ਸਰਕਾਰ ਵਿੱਚੂ ਐਨੇ ਹਜ਼ਾਰ ਬੰਦੇ ਨੂੰ ਉਸ ਰੇਤਾ ਵਾਲੇ ਮਾਈਨਿੰਗ ਕਾਰਪੋਰੇਸ਼ਨ ਦੇ ਵਿੱਚ ਜੋ ਮਿਲੂ ਐਨੇ ਵਾਲੇ ਨੂੰ ਜਿਹੜਾ ਇੱਕ ਸਾਈਜ਼ ਕਾਰਪੋਰੇਸ਼ਨ ਬਣਾਉਣੀ ਹੈ ਲਿਕਰ ਕਾਰਪੋਰੇਸ਼ਨ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਆਪਾਂ ਕੰਮ ਦੇਣਾ ਕਿਉਂਕਿ ਸਰਕਾਰ ਦੇ ਹੱਥਾਂ 'ਚ ਲੈ ਲੈਣਾ ਐਨੇ ਇੰਨੀਆਂ ਹਜ਼ਾਰ ਬੱਸਾਂ ਨਵੀਆਂ ਪਾਉਣੀਆਂ ਇੱਕ ਬੱਸ ਦੇ ਉੱਤੇ 11 ਬੰਦਿਆਂ ਦਾ ਕੰਮ ਕਰ ਹੋਏਗਾ 1 ਲੱਖ ਕਹਿੰਦੇ ਅਸਾਮੀ ਖਾਲੀ ਪਈ ਹੈ ਆਉਂਦਿਆਂ ਹੀ ਭਰ ਦੇਣੀ ਹੈ ਉਹਨਾਂ ਨੇ ਗਿਣ ਕਣਾ ਕੇ 5 ਲੱਖ ਬੰਦਾ ਪੂਰਾ ਕਰ ਦਿੱਤਾ ਕਿ ਭਾਈ ਵਾਅਦੂ ਵਾਦਾ ਕਰਨਾ ਕੋਈ ਨਹੀਂ ਇੰਨਾ ਕੁ ਪੂਰਾ ਹੋ ਸਕਦਾ ਮੈਂ ਕੱਲਾ ਕੱਲਾ ਡਿਪਾਰਟਮੈਂਟ ਦੱਸ ਦਿੱਤਾ ਉਹਦੇ ਵਿੱਚ ਕਿੱਥੇ ਕਿੱਥੇ ਭਰਤੀਆਂ ਹੋਣੀਆਂ ਮੈਂ ਉਹ ਵੀ ਦੱਸ ਦਿੱਤੀਆਂ ਤੇ ਤੁਸੀਂ ਇੱਕ ਵਾਰ ਮੌਕਾ ਦਿਓ ਫਿਰ ਦੇਖਿਓ ਚੀਜ਼ ਕੀ ਆ ਨਹੀਂ ਇਹ ਤਾਂ ਕਿਹਾ ਨਾਲ ਉਹਨਾਂ ਨੇ ਇਹ ਵੀ ਕੰਪੈਰੀਜ਼ਨ ਕੀਤਾ ਨਾ ਆਮ ਤੌਰ ਤੇ ਕਹਿੰਦੇ ਵੀ ਲਾਰੇ ਚੱਲਦੇ ਆ ਜੀ ਵਾਦੇ ਚੱਲਦੇ ਆ ਉਸ ਤੋਂ ਬਾਅਦ ਲੋਕਾਂ ਵੱਲੋਂ ਅਪੀਲਾਂ ਦਲੀਲਾਂ ਹੁੰਦੀਆਂ ਪਰ ਇਹ ਨਾ ਅਪੀਲ ਆ ਨਾ ਲਾਰੇ ਆ ਨਾ ਵਾਦੇ ਆ ਇਹ ਪਾਲਿਸੀ ਹੈ ਜੀ ਕਹਿੰਦੇ ਪਾਲਿਸੀ ਜਿਹੜੀ ਆ ਉਹਦੇ ਲਈ ਪਹਿਲਾਂ ਸਾਰਾ ਕੁਝ ਚਾਹੀਦਾ ਕਿ ਆਪਣੇ ਕੋਲੇ ਹੈ ਕੀ ਕਰਨਾ ਕੀ ਆ ਤੇ ਉਹ ਹੋਣਾ ਕਿਦਾਂ ਉਹ ਕਹਿੰਦੇ ਵੀ ਬਹੁਤ ਦਿਨ ਰਾਤ ਲਾ ਕੇ ਮਿਹਨਤ ਕਰਕੇ ਅਸੀਂ ਉਹ ਸਾਰਾ ਕੁਝ ਕੱਢਿਆ ਵੀ ਕੈਲਕੂਲੇਟ ਕਰੀਏ ਆਪਣੇ ਕੋਲੇ ਸਾਧਨ ਕਿੰਨੇ ਆ ਉਹਨਾਂ ਸਾਧਨਾਂ ਦੇ ਵਿੱਚ ਕੀ ਕੀ ਕਿੱਥੇ ਕਿੱਥੇ ਚੋਰ ਮੋਰੀ ਆ ਕਿਹੜੀ ਕਿਹੜੀ ਚੋਰ ਮੋਰੀ ਬੰਦ ਕਰਕੇ ਕਿੰਨਾ ਪੈਸਾ ਆਉਣਾ ਤੇ ਉਸ ਪੈਸੇ ਨਾਲ ਆਪਾਂ ਕਰਨਾ ਕੀ ਆ ਤੇ ਕਿੰਨੇ ਚਰਚ ਕੀਤਾ ਜਾ ਸਕਦਾ ਇਹ ਅਸੀਂ ਸਾਰਾ ਪਲਾਨ ਕਰ ਲਿਆ ਹਮ ਹਮ ਜਸ ਤੁਸੀਂ ਸਾਨੂੰ ਇੱਕਰਾ ਮੌਕਾ ਦੇਣਾ ਜੀ ਅਸੀਂ ਉਹ ਸਾਰਾ ਕੰਮ ਕਰ ਦਾਂ। ਇਹ ਮੈਨੂੰ ਐਂ ਲੱਗਦਾ ਜਿਦਾਂ ਕਿਸੇ ਕੋਲ ਨਾ ਮਤਲਬ ਉਹ ਗੁਬਾਰਾ ਕਹਿੰਦੇ ਵੱਡਾ ਲਾਉਣਾ ਹੈਪੀ ਬਰਥਡੇ ਦੇ ਉੱਪਰ ਜਿਹੜੇ ਚੋਤ ਸਤਾਰੇ ਜਿਵੇਂ ਭਰੇ ਹੁੰਦੇ ਕਹਿੰਦੇ ਇਹ ਵੀ ਇਹਨੂੰ ਥੋੜਾ ਹਰਾਮ ਨਾਲ ਫੂਕ ਮਾਰ ਕੇ ਭਰੋ। ਤੇ ਇੱਕ ਉਹਦਾ ਵੀ ਲਾਗੋ ਛਰਾ ਦੇਣਾ ਹਲਕੇ ਜਿਹੀ ਪੈਨ ਮਾਰ ਕੇ ਖਤਮ ਕਰਨਾ। ਉਹ ਕੰਮ ਮਾਨਸਾਬ ਕਰਦੇ ਯਾਰ ਭਗਵੰਤ ਮਾਨੋਰੀ। ਉਹਨਾਂ ਨੂੰ ਪੁੱਛ ਰਿਹਾ ਕਹਿੰਦੇ ਜੀ ਉਧਰ ਬਹੁਤ ਵਧੀਆ ਪਾਲਿਸੀ ਦੇਤੀ ਐ ਸਿੱਧੂ ਸਾਹਿਬ ਨੇ। ਇਦਾਂ ਕਰਨਾ ਇਦਾਂ ਕਰਨਾ ਇਦਾਂ ਕਰਨਾ। ਹਾਂ ਕਦੋਂ ਕਰਨਾ ਜਿੱਦਾਂ ਮੈਂ ਤਾਂ ਬੋਲਦਾ ਕਦੋਂ ਕਰਨਾ ਕਿਵੇਂ ਹੈ ਉਹ ਯਾਰ ਉਹ ਕਹਿੰਦੇ ਮੌਕਾ ਮੌਕਾ ਕਿੰਨੀ ਕਰਾਂ ਦੇਈਆ ਯਾਰ ਉਹ ਦੱਸੋ ਸਰਕਾਰ ਤੋਂ ਵੱਡੀ ਢਾਡੀ ਦਾ ਸਰਕਾਰ ਕਰ ਕਰ ਦਿੰਦੀ ਹੁਣ ਨੂੰ ਹੁਣ ਕਦੋਂ ਕਰਨਾ ਹੁਣ ਤਾਂ ਲੰਘੇ ਕੰਮ ਉਹ ਬੜਾ ਕੰਮ ਖਰਾਬ ਕਰਦਾ ਯਾਰ ਨਹੀਂ ਉਹ ਦੇਖੋ ਉਹ ਕੰਮ ਖਰਾਬ ਕਾਦਾ ਕਰਦੇ ਉਹ ਕਹਿੰਦੇ ਜੀ ਦੇਖੋ ਮੀਂਹ ਪੰਜਾਬ 'ਚ ਵੀ ਪਿਆ ਮੀਂਹ ਦਿੱਲੀ 'ਚ ਵੀ ਪਿਆ ਫਸਲ ਪੰਜਾਬ ਦੇ ਕਿਸਾਨਾਂ ਦੀ ਖਰਾਬ ਹੋਈ ਫਸਲ ਦਿੱਲੀ ਦੇ ਕਿਸਾਨਾਂ ਦੀ ਵੀ ਉਹ ਕਹਿੰਦੇ ਪੰਜਾਬ ਵਾਲੇ ਹੋ ਕਹਿੰਦੇ ਜੀ ਗਰਦਾਵਰੀ ਕਰਾਂਗੇ ਫਿਰ ਸਾਡੇ ਕੋਲ ਰੱਪਟ ਆਊਗੀ ਫੇ ਦੇਖਾਂਗੇ ਕਿੰਨੇ ਪੈਸੇ ਦੇਣੇ ਆ ਕਹਿੰਦੇ ਦੇਖ ਲੋ ਅਰਵਿੰਦ ਕੇਜਰੀਵਾਲ ਨੇ ਫਸਲ ਖਰਾਬ ਹੋਈ ਚਾਹੇ ਖੇਤ ਦਿੱਲੀ 'ਚ ਥੋੜੇ ਨੇ ਚਾਹੇ ਬਹੁਤੇ ਨੇ 20-20 ਹਜ਼ਾਰ ਰੁਪਈਆ ਏਕੜ ਦਾ ਦੇ ਤਾ ਕਹਿੰਦੇ ਕਿ ਦਾਵਰੀ ਬਾਅਦ ਚ ਹੁੰਦੀ ਰਹੂਗੀ ਤੁਸੀਂ ਦੱਸੋ ਪਹਿਲਾਂ ਖਰਾਬਾ ਕਿੰਨੇ ਖੇਤਾਂ ਦਾ ਹੋਇਆ ਏਦਾਂ ਹੀ ਏਦਾਂ ਹੀ ਹੁਣ ਇਹ ਇੱਥੇ 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 ਕਰਵਿੰਦਰ ਸਿੰਘ ਦਾ ਗਾਣਾ ਸੀ ਕਹਿੰਦੇ ਇੱਥੇ ਰੱਖ ਕੇ ਇੱਦੀ ਪੰਜਾਬ ਵਿੱਚ ਕੰਮ ਕਰਾਂਗੇ ਨਹੀਂ ਇਹ ਇਹ ਬੇਸੀ ਗੱਲ ਤੇ ਆ ਸਹੀ ਬਣਦੀ ਕਿਉਂਕਿ ਕਾਰਨ ਹੈ ਨਾ ਦੇਖੋ ਚੰਨੀ ਸਾਹਿਬਾ ਤੁਸੀਂ ਗਰੰਟੀ ਲੈਨੇ ਹੋ ਨਹੀਂ ਨਹੀਂ ਚੰਨੀ ਸਾਹਿਬ ਦਾ ਵੀ ਘਰਾਉ ਨਾ ਹੁੰਦਾ ਜੇ ਉਹ ਪਿਛਲੇ ਸਮੇਂ ਦੇ ਜਿਹੜਾ ਕਹਾ ਮੁਆਵਜ਼ਾ 17000 ਕੁਸ਼ 17000 ਉਹ ਵੀ ਧਰਨੇ ਲਾ ਲਾ ਕੇ ਧਰਨੇ ਲਾ ਲਾ ਕੇ ਜਿਹੜਾ ਉਹ ਵੀ ਜ ਉਹਨਾਂ ਦੇ ਨਾਲ ਨਾਲ ਮੈਂ ਨਾ ਖਜ਼ਾਨਾ ਮੰਤਰੀ ਸਾਹਿਬ ਨੂੰ ਤਾਂ ਯਾਦ ਹੋਣਾ ਚਾਹੀਦਾ ਜਿਹਨਾਂ ਦੇ ਘਰ ਅੱਗੇ ਬੈਠੇ ਸੀਗੇ ਜਾ ਕੇ ਉਹ ਪੀ ਜੇ ਉਹ ਦੇ ਦਿੱਤਾ ਗਿਆ ਹੁੰਦਾ ਤੇ ਅੱਜ ਉਹਨਾਂ ਕੋਲ ਵੀ ਕਹਿਣ ਨੂੰ ਕੁਝ ਨਾ ਕੁਝ ਹੁੰਦਾ ਆ ਤਾਂ ਫੇ ਮਾੜੀ ਗੱਲਾਂ ਨੇ ਤੁਸੀਂ ਮੋੜ-ਮੋੜ ਚੇਤਾ ਕਰਾਉਣੀ ਪ੍ਰੋਗਰਾਮ ਖਿਆਨਾ ਮੰਤਰੀ ਸਾਹਿਬ ਤੋਂ ਸ਼ੁਰੂ ਕੀਤਾ ਸੀ ਵੀ ਉਹਨਾਂ ਨੂੰ ਤਾਂ ਯਾਦ ਹੀ ਹੋਣਾ ਉਹਨਾਂ ਨੂੰ ਤਾਂ ਥਰਮਲ ਵਾਲਾ ਵੀ ਨਹੀਂ ਸੀ ਯਾਦ ਜਿਹਦੀ ਵੀਡੀਓ ਦਿਖਾਈ ਜਾਂਦਾ ਸੀ ਮੁੰਡਾ ਨਹੀਂ ਨਹੀਂ ਘਰ ਵਾਲਾ ਤੇ ਹੁੰਦਾ ਹੀ ਆ ਨਾ ਚਲੋ ਠੀਕ ਹੈ ਜੇ ਚਲੋ ਉਹ ਤਾਂ ਹੋ ਗਈ ਵੀ ਵੀਡੀਓ ਕਿਤੇ ਦੇ ਕੇ ਤੇ ਉਹਦੇ ਬਾਅਦ ਨਿਕਲ ਕੇ ਬਿਆਨ ਦੇਗੇ ਪਰ ਜਿਹੜਾ ਘਰ ਵਾਲਾ ਉਹਦੇ ਪਤਾ ਹੈ ਨਾ ਬਈ ਇੱਥੇ ਅਸੀਂ ਵਾਹ-ਵਾਹ ਦੇਣੀ ਨਾ ਪੁੱਛੋ ਨਾ ਭੈਣ ਜੀ ਰਾਜਨੀਤਿਕ ਹੱਕ ਤੇ ਮੈਂ ਤਾਂ ਤਾਂ ਕਹਿੰਦਾ ਵੀ ਮਤਲਬ ਉਹ ਤਾਂ ਘਟ-ਘਟ ਯ ਇਹ ਉਹ ਗੱਲਾਂ ਕਰਤੀਆਂ ਨਾ ਪੈਰ ਤੇ ਬੋਲਣ ਵਾਲੀਆਂ ਚਲੋ ਨਹੀਂ ਮਗਰੋਂ ਬੋਲਦੇ ਪਿੱਠ ਪਿੱਛੇ ਬੋਲਦੇ ਆਵਾਜ਼ ਮਾਰੀ ਮੰਗ ਪਾਉਂਦਾ ਹੀ ਗੱਲ ਇਹ ਆ ਕਿ ਇਲੈਕਸ਼ਨ ਕਮਿਸ਼ਨ ਨੇ ਇੱਕ ਅੰਕੜਾ ਦਿੱਤਾ ਸੰਧਾਲੀਆਂ ਸਭ ਇਹ ਪੰਜਾਬ ਦੇ 2 ਕਰੋੜ 12 ਲੱਖ ਵੋਟਰਾਂ ਦੇ ਲਈ ਬਹੁਤ ਚੁਣੌਤੀ ਵਾਲੀ ਗੱਲ ਹੈ ਉਹ ਕਹਿੰਦੇ ਜੀ ਜਦੋਂ ਦਾ ਕੋਡ ਆਫ ਕੰਡਕਟ ਲੱਗਾ ਇੱਕ ਦਿਨ ਪੁਰਾਣਾ ਅੰਕੜਾ ਹੂੰ 17 ਕਰੋੜ ਰੁਪਈਆ ਕੈਸ਼ ਫੜਿਆ ਤੇ 82 ਕਰੋੜ ਦਾ ਨਸ਼ਾ ਫੜਿਆ ਮੈਂ ਫਿਰ ਦੱਸਦੇ ਆ 17 ਕਰੋੜ ਕੈਸ਼ ਫੜਿਆ 82 ਕਰੋੜ ਦਾ ਨਸ਼ਾ ਬਰਾਮਦ ਹੋਇਆ ਹੈ। ਇਹਦੇ ਤੋਂ ਇਲਾਵਾ 26 ਲੱਖ ਲੀਟਰ ਨਜਾਇਜ਼ ਸ਼ਰਾਬ ਫੜੀ ਹੈ, 26 ਲੱਖ ਲੀਟਰ। ਮੈਂ ਕਹਿਣਾ ਕਿ ਜੇ 2 ਲੀਟਰ ਵੀ ਇੱਕ ਬੰਦੇ ਨੂੰ ਵੰਡਦੇ ਆ, ਜੇ ਪਤਾ ਨਹੀਂ ਸਿਆਸਤਦਾਨ ਸਾਡੇ ਪੰਜਾਬੀਆਂ ਦੀ ਅਣਖ ਦਾ, ਗੈਰਤ ਦਾ ਮੁੱਲ ਕੀ ਪਾਉਂਦੇ ਆ। ਜੇ ਉਹ 2 ਲੀਟਰ ਵੀ ਇੱਕ ਨੂੰ ਦਿੰਦੇ, ਤਾਂ ਮਤਲਬ 13 ਲੱਖ ਬੰਦੇ ਨੂੰ ਖਰੀਦਣ ਦੀ ਤਿਆਰੀ ਚ ਨੇ ਉਹ। 13 ਲੱਖ 2 ਲੀਟਰ ਥੋੜਾ ਯਾਰ। ਨਹੀਂ ਨਹੀਂ ਮੇਰੀ ਬੇਨਤੀ ਸੁਣ ਲਓ। ਨਾ ਜੇ ਫੜ ਹੋਈ, ਥੋੜੀ ਫੜ ਹੋਈ ਹੈ, ਜੇ ਤਾਂ 20 ਦਿਨ ਹੋਰ ਨੇ। ਅੱਛਾ। ਮੈਂ 2 ਲੀਟਰ ਅਜੇ ਤੱਕ ਦਾ ਇੱਕ ਕੋਟਾ ਸ਼ੁਰਾਤੀ ਦੌਰ ਦਾ। ਜਾਣੀ ਇਸ ਹਿਸਾਬ ਦੇ ਨਾਲ ਤਾਂ ਹੋ ਸਕਦਾ ਕਰੋੜ ਲੀਟਰ ਫੜੋ ਜਵੇ ਉਦੋਂ ਤੱਕ ਜੇ ਫੜੀ ਜਾਂਦੀ ਰਹੀ ਤਾਂ ਇਹਦਾ ਮਤਲਬ ਹੈ ਕਿ ਅਜੇ ਵੀ ਕਿਤੇ ਨਾ ਕਿਤੇ ਸਿਆਸਤਦਾਨਾਂ ਨੂੰ ਇਹ ਲੱਗਦਾ ਹੋਵੇਗਾ ਜਿਹੜਾ ਮਨੀ ਦਾ ਤੇ ਨਸ਼ੇ ਦਾ ਤੇ ਨਜਾਇਜ਼ ਸ਼ਰਾਬ ਦਾ ਫਲੋ ਇਨ ਹੈ ਕਿ ਭਾਈ ਅਸੀਂ ਖਰੀਦ ਲੈਣੇ ਆ ਇੱਥੇ ਕੀ ਇਹਨਾਂ ਨੇ दारू ਦੀ ਘੁੱਟ ਪੀ ਕੇ ਵੋਟ ਪਾ ਦੇਣੀ ਹੈ ਇਹਨਾਂ ਨੂੰ ਵੋਟਾਂ ਤੋਂ ਦੋ ਦਿਨ ਪਹਿਲਾਂ ਨੋਟ ਦੇਣੇ ਆ ਤੇ ਇਹਨਾਂ ਨੇ ਵੋਟਾਂ ਪਾ ਦੇਣੀਆਂ ਐਤਕੀ ਕਲਾ ਇਹੇ ਮਸਲਾ ਨਹੀਂ ਕਿ ਅਸੀਂ ਲੀਡਰ ਆਏ ਪਿੰਡ ਦੇ ਵਿੱਚ ਤਾਂ ਸਵਾਲ ਪੁੱਛ ਲੇ ਐਤਕੀ ਕੱਲਾ ਇਹ ਮਸਲਾ ਨਹੀਂ ਕਿ ਭਾਈ ਅਸੀਂ ਤਾਂ ਆਪਣੇ ਘਰ ਚ ਫੈਸਲਾ ਕਰ ਲਿਆ ਕਿ ਅਸੀਂ ਐ ਨਹੀਂ ਕਰਨਾ ਹੋ ਸਕਦਾ ਥੋਡੀਆਂ ਵੋਟਾਂ ਅੱਠ ਹੋਣ ਪਿੰਡ ਚ 208 ਵੋਟਾਂ ਹੋਰ ਨੇ ਇਹ ਪਹਿਲਾ ਪਹਿਰੇ ਪੂਰੇ ਵੀ ਲਾਉਣੇ ਪੈਣੇ ਆ ਪਹਿਲਾਂ ਆਪਣੀਆਂ ਕਮੇਟੀਆਂ ਬਣਾਉਣੀਆਂ ਪੈਣੀਆਂ ਕਿ ਭਾਈ ਨਾਇਦ ਕੀ ਪਿੰਡ ਚ ਨਸ਼ਾ ਚੱਲੂਗਾ ਨਾਇਦ ਕੀ ਪਿੰਡ ਦੇ ਵਿੱਚ ਪੈਸੇ ਚੱਲਣਗੇ ਐਤਕੀ ਇੱਕੋ ਹੀ ਚੀਜ਼ ਚੱਲੂਗੀ ਜਿਹਨੂੰ ਜ਼ਮੀਰ ਕਹਿੰਦੇ ਆ ਇੱਕ ਵਾਰੇ ਮੇਰੇ ਦਿਮਾਗ ਆਈਡੀਆ ਸੀ ਯਾਰ ਆਉਂਦਾ ਜੇ ਮੰਨ ਲਓ ਅਗਲਾ ਲੈ ਹੀ ਆਇਆ ਚੱਲ ਕੀ ਹੂੰ ਤੇ ਮੋੜ ਦੀ ਹੈ ਮਤਲਬ ਨੇ ਤਾਂ ਮੋੜ ਮੋੜ ਨਹੀਂ ਦੇਣੀ ਬਿਲਕੁਲ ਨਹੀਂ ਮੋੜਨੀ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਵੜਾ ਹੀ ਨਹੀਂ ਸਕਦੇ ਇੱਥੇ ਐਦ ਕੀ ਤਾਂ ਠੇਕੇ ਹੀ ਨਹੀਂ ਲੈਂਦੇ ਹੋਣੇ ਜੋ ਜਿਹੜੇ ਅੱਗੇ ਸਪਲਾਈ ਕਰਨ ਵਾਲੇ ਉਹ ਕਹਿੰਦੇ ਨਹੀਂ ਜੀ ਐਦ ਕੀ ਕਿਹਾ ਜੋ ਤੁਹਾਡੇ ਨਾਲ ਹੁੰਦਾ ਉਹ ਵੀ ਸਾਡੇ ਨਾਲ ਮੈਨੂੰ ਇਹ ਹਾਸਾ ਘਟਾ ਯਾਰ ਮੈਂ ਮੈਂ ਤਾਂ ਵੈਸੇ ਚਲੋ ਮੰਨ ਲਓ ਬੰਦਾ ਖੁਸ਼ੀ ਮਨਾਉਂਦਾ ਕਹਿੰਦਾ ਕਹਿੰਦਾ ਬੱਸ ਹੁਣ ਨਾ ਛੱਡਤੀ ਦੋ ਰਾਂ ਪੀਦੀਏ ਬੱਸ ਕਹਿੰਦਾ ਕਦੋਂ ਇੰਦਾ ਇਹ ਕਦੋਂ ਜਦੋਂ ਕੋ ਆਇਆ ਗਿਆ ਹੋਵੇ ਇਹ ਕਦੋਂ ਜਦੋਂ ਕੋ ਆਇਆ ਗਿਆ ਨਾ ਜਦੋਂ ਇਹ ਕਲਤਾ ਹੋਵੇ ਤੇ ਆਇਆ ਹੀ ਨਹੀਂ ਅੱਜ ਕੋਈ ਆ ਜਾਂ ਕਹਿੰਦਾ ਵੀ ਉਦੋਂ ਪੀਣੀ ਜਦ ਦਿਨ ਮੀ ਪਿਆ ਹੋਵੇ ਜਾਂ ਉਦੋਂ ਪੀਣੀ ਜਦ ਨਾ ਪਿਆ ਹੋਵੇ ਇਹ ਗੱਲ ਮੈਂ ਕਰਦਾ ਵੀ ਦੇਖੋ ਜੇ ਖੁਸ਼ੀ ਕਰਨੀ ਆ ਤੇ ਲੈ ਕੇ ਰੱਖ ਲੋ ਤਿੰਨ ਲਾਈਨਾਂ ਠੀਕ ਨੇ ਕਿ ਉਹ ਅਸੀਂ ਉਦੋਂ ਪੀਨੇ ਆ ਜਦ ਦਿਨ ਮੀ ਪਿਆ ਹੋਵੇ ਦੂਜੀ ਲਾਈਨ ਅਸੀਂ ਉਦੋਂ ਪੀਨੇ ਆ ਜਦ ਦਿਨ ਨਾ ਪਿਆ ਹੋਵੇ ਤੇ ਤੀਸਰੀ ਲਾਈਨ ਅਸੀਂ ਵੋਟਾਂ ਦੇ ਨੇੜੇ ਨਹੀਂ ਪੀਂਦੇ ਬਾਕੀ ਕੋਈ ਗੱਲ ਨਹੀਂ ਪੰਜ ਪੌਣੇ 5 ਸਾਲ ਦਿੱਤੇ ਮੈਂ ਇਹਦੇ ਕਹਿਣ ਲਿਆ ਵੀ ਰੱਖ ਲੋ ਨਾਲੇ ਸੌ ਪਾ ਲੋ ਵੀ ਆਪਾਂ 21 ਨੂੰ ਪੀਣੀ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਉਹ ਗੁਰੂਆ 21 ਫਿਰ ਨਾਲੇ ਦੇ ਨਜ਼ਾਰਾ ਉਹ ਵੀ ਲੈ ਆਵੇਂ ਮੈਂ ਫਲਾਣੇ ਨੂੰ ਬਟਨ ਦੱਬਿਆ ਹੀ ਨਾਲੇ ਮੈਂ ਫਲਾਣ ਅਗਲਾ ਕਹਿੰਦੇ ਤੂੰ ਪੀ ਕੇ ਵੋਟ ਨਹੀਂ ਵਾਹ ਗਾ ਮੈਂ ਤੇ ਪੀਤੀ ਨਹੀਂ ਤੁਸੀਂ ਦੋਖੀ ਹੋ ਮੈਂ ਦੱਸਦਾ ਕਿੱਦਾਂ ਤੁਹਾਡੀ ਲੀਡਰਾਂ ਦੀ ਅਸੀਂ ਲੈ ਕੇ ਰੱਖ ਲਈਏ ਤੇ ਮੁੜਕੇ ਪੀਏ ਅ ਤੇਖਿਆ ਹੀ ਮਾਜੇ ਦੇ ਵਿੱਚ ਕੀ ਹੋਇਆ ਸੀ ਮੁੜਕੇ 100 ਬੰਦਾ ਫੁੜਕ ਗਿਆ ਸੀ ਤਾਂ ਮੁੜਕੇ ਹਸਪਤਾਲਾਂ 'ਚ ਲਾਈਨਾਂ ਲਾ ਕੇ ਇਹਦੋਂ ਮਹਾਰਾਜ ਚਲੋ ਘਰ ਨੂੰ ਹੋਰ ਬੇਲੇ ਸਰ ਤੁਰੋ ਇਹ ਨਹੀਂ ਨਹੀਂ ਪਹਿ ਤੁਹਾਨੂੰ ਲੈਣ ਦੀ ਗੱਲ ਤਾਂ ਕੀ ਕਰੀਦਾ ਸੋ ਉਹ ਗੱਲਾਂ ਵੀ ਅਸੀਂ ਤਾਂ ਆਪਣੇ ਨੂੰ ਕੁਝ ਪੂਰੀ ਕਰਦੇ ਆਂ ਆਈ ਇਹਨੇ ਵੀ ਚਲੋ ਲੈ ਲਈ ਮੈਂ ਤਾਂ ਸਿੱਧੀ ਕਹਿੰਨਾ ਕੋਈ ਵੀ ਬੰਦਾ ਕਿਸੇ ਵੀ ਲੀਡਰ ਤੋਂ ਗੈਰ ਸਿਆਸੀ ਬੰਦੇ ਤੋਂ ਵੋਟਾਂ ਦੇ ਨੇੜੇ ਜੇ ਸ਼ਰਾਬ ਲੈਂਦਾ ਉਹ ਇੱਕ ਗੱਲ ਦਾ ਚੇਤਾ ਰੱਖੇ ਕਿ 750 ਬੰਦਾ ਪੰਜਾਬ ਦੇ ਉਸ ਮਾਜੇ ਦੇ ਵਿੱਚ ਫੁੜਕ ਗਿਆ ਸੀ ਉਹ ਸ਼ਰਾਬ ਕਿਤੇ ਬਣੀ ਸੀ ਤੇ ਰੌਲਾ ਪੈਂਦਾ ਕਿ ਵੱਡੇ ਵੱਡੇ ਚਿੱਟੇ ਕੁਰਤੇ ਪਿਆਮੇ ਵਾਲੇ ਮੋٹے ਢਿੱਡਾਂ ਵਾਲਿਆਂ ਦਾ ਉਹਦੇ ਪਿੱਛੇ ਹੱਥ ਸੀ ਉਹਨਾਂ ਦੇ ਨਿੱਕੇ ਨਿਆਣੇ ਚੇਤੇ ਕਰ ਲਿਓ ਤੇ ਸਭ ਤੋਂ ਵੱਡੀ ਗੱਲ ਉਸੇ ਮਾਝੇ ਦੇ ਵਿੱਚ ਸਿਫਤੀ ਦਾ ਘਰਮ ਰਸਰ ਹੈ ਤੇ ਉਸੇ ਸਿਫਤੀ ਦੇ ਘਰਮ ਰਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਹੈ ਉੱਥੇ ਹੀ ਦਰਗਿਆਣਾ ਮੰਦਿਰ ਹੈ ਉਸੇ ਹੀ ਮਾਝੇ ਦੇ ਵਿੱਚ ਵਾਲਮੀਕ ਮੰਦਿਰ ਹੈ ਉਸੇ ਹੀ ਮਾਝੇ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੱਲਿਆਂ ਵਾਲਾ ਬਾਗ ਹੈ ਤੇ ਜਿੱਥੇ ਇੰਨਾ ਕੁਸ਼ ਹੈ ਤੇ ਜਿੱਦਣ ਤੁਹਾਡੇ ਕੋਲ ਅਧੀਆ ਪਊਆ ਬੋਤਲ ਪੇਟੀ ਕੋਈ ਬੰਦਾ ਲੈ ਕੇ ਆਉਂਦਾ ਤੇ ਉਹ ਚਾਰ ਪੰਜ ਸਥਾਨ 'ਤੇ ਚੇਤੇ ਕਰਿਓ ਤੇ ਨਾਲ ਉਹ ਸਵਾ 100 ਪਰਿਵਾਰਾਂ ਦੇ ਵਿੱਚ ਜਿਹੜੇ ਬਜ਼ੁਰਗ ਇਕੱਲੇ ਰਹਿ ਗਏ ਤੇ ਨਿੱਕੇ ਨਿੱਕੇ ਰਹਿ ਗਏ ਉਹਨਾਂ ਨੂੰ ਚੇਤੇ ਕਰਿਓ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਬੋਤਲ ਦੀ ਟੁਣਕਾਹਟ ਵੱਡੀ ਹੈ ਕਿ ਜ਼ਮੀਰ ਦੀ ਆਵਾਜ਼ ਉੱਚੀ ਹੈ ਗੱਲਾਂ ਤੁਸੀਂ ਵੇਹੇ ਇਮੋਸ਼ਨਲ ਜੀਆਂ ਕਰਤੀਆਂ ਕਹਦਾ ਇਹਦਾ ਜਾਗਰ ਇਹ ਨਿਕਲ ਰੱਖਿਆ ਯਾਰ ਅੰਦਰ ਮਾਰਕਟਿਆਂ ਜਿਹਦੇ ਆਪਾਂ ਦਵਾ ਕਰ ਅਜਾ ਗੱਲ ਸੁਣੋ ਆਪਾਂ ਰਾਜਵਾਨਾ ਸਾਹਿਬ ਦੀ ਗੱਲ ਕਰ ਲਈ ਭਾਈ ਰਾਜਵਾਨਾ ਕਰਨੀਆਂ ਜੀ ਕਿਉਂਕਿ ਉਹਨਾਂ ਨੂੰ ਪੈਰੋਲ ਮਿਲੀ 25 26 ਸਾਲ ਬਾਅਦ ਪਹਿਲੀ ਵਾਰ ਹੋਇਆ ਕਿ ਸਾਰੇ ਪਰਿਵਾਰ ਨੂੰ ਮਿਲੇ ਇੱਕ ਘੰਟੇ ਦੀ ਸਾਰੀ ਪਰੂਲ ਸੀਗੀ ਉਹ ਚਾਹੁੰਦੇ ਸੀ ਵੀ ਮੈਂ ਘਰ ਜਾਵਾਂ ਪਰ ਘਰ ਤੱਕ ਨਹੀਂ ਜਾੜ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਮਾਗਮ ਸੀਗਾ ਉੱਥੇ ਤੱਕ ਆਈ ਉਸ ਤੋਂ ਬਾਅਦ ਜਿਹੜੀ ਉੱਥੇ ਉਹਨਾਂ ਦੀ ਚਲੋ ਹਾਜ਼ਰੀ ਹੋ ਗਈ ਉਹ ਸਾਰੇ ਕੁਝ ਲਈ ਠੀਕ ਆ ਸਾਰਾ ਕੁਝ ਨਾਰਮਲ ਰਿਹਾ ਪਰ ਜਿਹੜਾ ਉੱਥੇ ਉਹਨਾਂ ਨੇ ਸੰਬੋਧਨ ਕੀਤਾ ਉਹ ਸੰਬੋਧਨ ਤੋਂ ਬਾਅਦ ਕਈ ਲੋਕ ਉਸ ਚੀਜ਼ ਦੇ ਉੱਪਰ ਇਤਰਾਜ਼ ਕਰ ਰਹੇ ਆ ਕਿ ਵੀ ਇਲੈਕਸ਼ਨਾਂ ਦੇ ਨੇੜੇ ਭਾਈ ਰਾਜੂਣਾ ਸਾਹਿਬ ਨੇ ਜਿਸ ਤਰ੍ਹਾਂ ਬਾਕੀ ਦੋਵੇਂ ਪਾਰਟੀਆਂ ਨੂੰ ਭੰਡਣ ਤੋਂ ਬਾਅਦ ਅਕਾਲੀ ਦਲ ਦੀ ਸਪੋਰਟ ਕੀਤੀ ਵੀ ਆਪਾਂ ਨੂੰ ਪੰਥਕ ਪਾਰਟੀ ਹੈ ਤੇ ਆਪਾਂ ਨੂੰ ਇਹਦੀ ਇਹਦਾ ਸਾਥ ਦੇਣਾ ਚਾਹੀ ਉਹਦੇ ਦੇ ਵਿਰੋਧੀ ਬੜੇ ਇਸ ਚੀਜ਼ ਦੇ ਉੱਪਰ ਰੋਸ ਕਰ ਰਹੇ ਦੇਖੋ ਸੰਧਾਲੀਆ ਸਾਹਿਬ ਉਸ ਮੁੱਦੇ ਨੂੰ ਆਪਾਂ ਬਹੁਤਾ ਲਮਕਾਈਏ ਨਾ ਇੰਨੀ ਗੱਲ ਬੜੀ ਕਲੀਅਰ ਹੈ ਕਿ ਉਹਨਾਂ ਨੂੰ ਜੇ ਪੈਰੋਲ ਮਿਲੀ ਹੈ ਤੇ ਮਿਲੀ ਉਦੋਂ ਆ ਜਦੋਂ ਪਿਤਾ ਜੀ ਦਾ ਦੇਹਾਂਤ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰਾ ਏ ਸੀ ਉਹਨਾਂ ਨੇ ਦਸਤਾਰ ਉਹਨਾਂ ਦੇ ਸਜਾਈ ਤਸਵੀਰਾਂ ਲੰਗਰ ਛਕਦਿਆਂ ਦੀਆਂ ਉਹਨਾਂ ਦੇ ਸੰਬੋਧਨ ਕਰਦਿਆਂ ਦੀਆਂ ਤੇ ਉਹਨਾਂ ਨੇ ਜੋ ਬੋਲਿਆ ਹੁਣ ਕਿਉਂਕਿ ਉਹਨਾਂ ਦੀ ਅਕਸਰ ਚਿੱਠੀਆਂ ਆਉਂਦੀਆਂ ਰਹਿੰਦੀਆਂ ਆ ਇੱਕ ਉਹਨਾਂ ਦੇ ਭੈਣ ਜੀ ਕਮਲਦੀਪ ਕੌਰ ਹੋਰਾਂ ਨੇ ਇੱਕ ਵਾਰੀ ਇਲੈਕਸ਼ਨ ਵੀ ਲੜੀ ਸੀ ਹੁਣ ਵਿਰੋਧੀ ਕੀ ਕਹਿੰਦੇ ਐ ਜਿਨ੍ਹਾਂ ਦੇ ਹੱਕ ਚ ਬੋਲਿਆ ਉਹ ਕੀ ਕਹਿੰਦੇ ਐ ਆਪਾਂ ਉਧਰ ਨੂੰ ਬਹੁਤਾ ਨਹੀਂ ਜਾਂਦੇ ਪਰ ਇੰਨੀ ਗੱਲ ਜ਼ਰੂਰ ਐ ਕਿ ਚਰਚਾ ਦਾ ਵਿਸ਼ਾ ਬਣਿਆ ਤੇ ਜਦੋਂ ਚਰਚਾ ਦਾ ਵਿਸ਼ਾ ਬਣਿਆ ਤਾਂ ਫਿਰ ਭਾਈ ਕਿਸੇ ਨੂੰ ਉਹ ਚੀਜ਼ ਤੱਤੀ ਲੱਗਣੀ ਐ ਕਿਸੇ ਨੂੰ ਠੰਡੀ ਲੱਗਣੀ ਐ ਤੇ ਪ੍ਰਤੀਕਿਰਿਆਵਾਂ ਆ ਜਾਣੀਆਂ ਉਧਰ ਦੀ ਬਿਲਕੁਲ ਸਹੀ ਇਹ ਖਾਸ ਕਰਕੇ ਰਵਨੀ ਸਿੰਘ ਬੇਟੂ ਰਾਲੋਂ ਕਾ ਵੀ ਤੱਤੀ ਪ੍ਰਤੀਕਿਰਿਆ ਸੀਗੀ ਪਰ ਅਕਾਲੀ ਦਲ ਕੱਲੀ ਇਸ ਇਸ ਬਿਆਨ ਦਾ ਕਰਕੇ ਚਰਚਾ ਜਿੰਨੇ ਆਕਾਲੀ ਦਲ ਇੱਕ ਚਿੱਠੀ ਦਾ ਕਰਕੇ ਵੀ ਚਰਚਾ ਜਾਇਆ ਹਮ ਹਮ ਉਹ ਚਿੱਠੀ ਅਰਮੇਂਤ ਸਿੰਘ ਕਾਲਕਾ ਸਾਹਿਬ ਨੇ ਲਿਖੀ ਜਿਹੜੇ ਕਿ ਹੁਣੇ ਤਤੇ ਤਤੇ ਤਾਜੇ ਤਾਜੇ ਪ੍ਰਧਾਨ ਬਣੇ ਨੇ ਦਿੱਲੀ ਕਮੇਟੀ ਦੇ ਹਮ ਹਮ ਉਹਨਾਂ ਨੇ ਚਿੱਠੀ ਦੇ ਵਿੱਚ ਬਕਾਇਦਾ ਲਿਖਿਆ ਉਹ ਕਹਿੰਦੇ ਦੇਖੋ ਜੀ ਪ੍ਰਧਾਨ ਜੀ ਮੈਂ ਬੇਨਤੀ ਕਰਦਾ ਜੀ ਵੀ ਮੈਨੂੰ ਹੁਣ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦਾ ਕਾਰਜ ਭਾਰ ਸੰਭਾਲ ਦਿੱਤਾ ਗਿਆ ਪ੍ਰਧਾਨ ਦੇ ਤੌਰ ਤੇ ਤੇ ਮੇਰੇ ਕੋਲ ਹੀ ਕਿਉਂਕਿ ਦਿੱਲੀ ਦੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਸੀਗੀ ਇਸ ਕਰਕੇ ਮੈਂ ਚਾਹੁੰਦਾ ਵੀ ਸਿਆਸਤ ਵਾਲੇ ਪਾਸਿਓਂ ਖਹਿੜਾ ਛਡਾ ਕੇ ਹੁਣ ਮੈਂ ਸੇਵਾ ਕਰਾਂ ਉਧਰਲੀ ਪ੍ਰਧਾਨਗੀ ਛੱਡਤੀ ਉਹਨੂੰ ਨਹੀਂ ਦੇਖੋ ਇਹ ਅਕਾਲੀ ਦਲ ਦੇ ਅੰਦਰੂਨੀ ਤ ਅੱਗੇ ਪਿੱਛੇ ਕਿਸੇ ਨੇ ਛੱਡੀ ਨਹੀਂ ਛੱਡੀ ਉਹ ਵੱਖਰੀ ਗੱਲ ਐ ਵੈਸੀ ਵੀ ਅਕਾਲੀ ਦਲ ਵਾਲੇ ਤਾਂ ਬੜੇ ਕਲੀਅਰ ਕੱਟ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਹੁੰਦੇ ਕੋਈ ਦਖਲ ਅੰਦਾਜ਼ੀ ਨਹੀਂ ਹੈਵੇਂ ਵਿਰੋਧੀ ਦੋਸ਼ ਲਾਉਂਦੇ ਐ ਪਰ ਹੁਣ ਉੱਥੇ ਪ੍ਰਧਾਨ ਬਣਾਉਣਾ ਕਿਹਨੂੰ ਆ ਕਿਉਂਕਿ ਉੱਥੇ ਅਹੁਦਾ ਤਾਂ ਹੁਣ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਦਾ ਵੀ ਖਾਲੀ ਐ ਬੀਬੀ ਰਣਜੀਤ ਕੌਰ ਪਿਛਲੇ ਦਿਨੀ ਆਮ ਆਦਮੀ ਪਾਰਟੀ ਚਲੇ ਗਏ ਸੋਈ ਦਾ ਵੀ ਨਵਾਂ ਪ੍ਰਧਾਨ ਬਣਾਉਣਾ ਗਗਨ ਸਿੰਘ ਹੁਰੀ ਆਮ ਆਦਮੀ ਪਾਰਟੀ ਚਲੇ ਗਏ ਸੀ ਚਲੋ ਠੀਕ ਐ ਦੇਖਦੇ ਹਾਂ ਉਧਰਲੇ ਪਾਸੇ ਕੀ ਹੁੰਦਾ ਕਿਉਂਕਿ ਬੰਦੇ ਬਹੁਤ ਚਲੇ ਉਹ ਥੋੜੇ ਬੰਦਿਆਂ ਨੂੰ ਸਾਹਮਣੇ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ ਜੇ ਦਿੱਲੀ ਗਏ ਹਾਂ ਇੱਕ ਘਟਨਾ ਦੀ ਬਾਰ ਬਾਰ ਚਰਚਾ ਹੁੰਦੀ ਹੈ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਲਗਾਤਾਰ ਕਿ ਇੱਕ ਲੜਕੀ ਹੈ ਉਹਦੀ ਇੱਕ ਘਰ ਦੇ ਵਿੱਚ ਕੁੱਟਮਾਰ ਕੀਤੀ ਜਾ ਰਹੀ ਹੈ ਫਿਰ ਉਹਦੇ ਵਾਲ ਕੱਟੇ ਜਾਣ ਦੀ ਚਰਚਾ ਹੈ ਫਿਰ ਉਹਦੇ ਗਲ ਦੇ ਵਿੱਚ ਇੱਕ ਪਾ ਕੇ ਕੁਛ ਰਖਲਾ ਹਾਂ ਚਪਲਾਂ ਦਾ ਹਾਰ ਉਹਨੂੰ ਗਲੀ ਦੇ ਵਿੱਚ ਘੁਮਾਏ ਜਾਣ ਦੀ ਚਰਚਾ ਹੈ ਹੁਣ ਕਿਉਂਕਿ ਆਪਾਂ ਜਿਸ ਪੋਜੀਸ਼ਨ ਦੇ ਉੱਤੇ ਬੈਠੇ ਆਂ ਜਿਹੜੀ ਗੱਲ ਦੀ 200% ਪੁਸ਼ਟੀ ਹੋ ਜਾਏ ਆਪਾਂ ਉਹੀ ਕਰ ਸਕਦੇ ਪਰ ਇੱਕ ਗੱਲ ਇਸ ਸਾਰੀ ਘਟਨਾ ਚ ਜਿਹੜੀ ਕਲੀਅਰ ਹੈ ਉਹ ਲੜਕੀ ਕਿਸੇ ਧਰਮ ਦੀ ਹੋਵੇ ਉਹ ਕਿਸੇ ਸੂਬੇ ਦੀ ਹੋਵੇ ਕਿਸੇ ਨੂੰ ਵੀ ਕਿਸੇ ਦੇ ਨਾਲ ਇਦਾਂ ਦਾ ਵਿਵਹਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਤੁਸੀਂ ਕਿਸੇ ਨੂੰ ਕੁੱਟੋ ਤੁਸੀਂ ਕਿਸੇ ਦੇ ਵਾਲ ਕੱਟੋ ਤੁਸੀਂ ਕਿਸੇ ਦੇ ਗਲ ਚ ਜੁੱਤੀਆਂ ਦਾ ਹਾਰ ਪਾ ਕੇ ਘਮਾਓ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈ ਸਕਦੇ ਹੁਣ ਦੂਸਰੀ ਗੱਲ ਕਿ ਬਹੁਤ ਸਾਰੀਆਂ ਹੋਰ ਘਟਨਾਵਾਂ ਉਹਦੇ ਨਾਲ ਜੁੜ ਰਹੀਆਂ ਨੇ ਕਿ ਉਹਦੇ ਨਾਲ ਹੋਰ ਕਿਦਾਂ ਦਾ ਵਿਵਹਾਰ ਕੀਤਾ ਗਿਆ ਪਿੱਛੇ ਕੀ ਘਟਿਆ ਵਾਪਰਿਆ ਉਹ ਇੱਕ ਵੱਖਰਾ ਮੁੱਦਾ ਹੈ ਉਹਦੇ ਤੋਂ ਬਾਅਦ ਕਾਨੂੰਨ ਹੈਗਾ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਜੇ ਉਹਦੀ ਕੋਈ ਗਲਤੀ ਹੈ ਤਾਂ ਉਹਦੇਲੇ ਪਾਸੇ ਕਾਰਵਾਈ ਕਰੋ ਜੇ ਪਹਿਲਾਂ ਕਿਸੇ ਨੇ ਗਲਤੀ ਕੀਤੀ ਤੁਸੀਂ ਕਾਨੂੰਨੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਥੋੜੀ ਲੈ ਸਕਦੇ ਹੋ ਇਸ ਘਟਨਾ ਦੀ ਜਿੰਨੀ ਕਿ ਵੀਡੀਓ ਸਾਹਮਣੇ ਆਈ ਹੈ ਜਿੰਨੀ ਕਿ ਦੀ ਪੁਸ਼ਟੀ ਹੋਈ ਹੈ ਜਿੰਨੀ ਨਿੰਦਾ ਹੋ ਸਕੇ ਸੰਧਾਲੀਆ ਸਭ ਉਨੀ ਘਟ ਹੈ ਤੇ ਸਾਰਿਆਂ ਨੂੰ ਖੁੱਲ ਕੇ ਇਦੇ ਖਿਲਾਫ ਆਵਾਜ਼ ਚੁਕਣੀ ਚਾਹੀਦੀ ਆ ਤਾਂ ਜੋ ਭਵਿੱਖ ਦੇ ਵਿੱਚ ਕਦੇ ਵੀ ਇਦਾਂ ਦੀ ਘਟਨਾ ਘਟੇ ਨਾ। ਆ ਨਹੀਂ ਦੇਖੋ ਉਹ ਜਿੰਨੇ ਐਦੇ ਐਂਗਲ ਨੇ ਮੇਰੇ ਖਿਆਲ ਨਾਲ ਜੇ ਜਿਸ ਪਾਸੇ ਵੀ ਤੁਰ ਪਾ ਉਹਦੇ ਚੋਂ ਕੁਛ ਨਾ ਕੁਛ ਹੋਰ ਨਿਕਲੇ ਆਉਂਦਾ ਹੈ ਨਾ। ਪਹਿਲਾਂ ਕਹਿੰਦੇ ਸੀ ਵੀ ਉਹ ਨਵਾਲਕ ਕੁੜੀ ਐ। ਫਿਰ ਪਤਾ ਲੱਗਦਾ ਵੀ ਨਹੀਂ ਜੀ ਉਹ ਤਾਂ 20 ਸਾਲ ਦੀ ਐ। ਜੀ। ਫਿਰ ਪਤਾ ਲੱਗਿਆ ਵੀ ਨਹੀਂ ਜੀ ਉਹਦਾ ਤਾਂ ਇੱਕ ਬੱਚਾ ਵੀ ਹੈਗਾ ਵਿਆਹੀ ਸੀਗੀ। ਫਿਰ ਹੁਣ ਉਹ ਜਿਹੜਾ ਦੂਸਰਾ ਜਿਹਦਾ ਕਰਕੇ ਜਿਹਨਾਂ ਪਰਿਵਾਰ ਨੇ ਸਾਰਾ ਕੁਝ ਕੀਤਾ ਜਿਹਦਾ ਜਿਨ੍ਹਾਂ ਦਾ ਇਹ ਇਲਜ਼ਾਮ ਆ ਵੀ ਸਾਡਾ ਮੁੰਡਾ ਇਹਦਾ ਕਰਕੇ ਮਰਿਆ। ਉਹ ਕਹਿੰਦੇ ਸਾਰੇ ਹੀ 14 ਸਾਲਾਂ ਦਾ ਸੀਗਾ। ਹਮ ਹ ਹੁਣ ਸੱਚ ਕੀ ਆ ਝੂਠ ਕੀ ਆ ਇਹ ਤੇ ਮੇਰੇ ਖਿਆਲ ਨਾਲ ਹੁਣ ਜਾ ਕੇ ਰੌਲਾ ਪਿਆ ਤੇ ਉਸ ਤੋਂ ਬਾਅਦ ਹੀ ਸ਼ਾਨਬੀਨ ਹੋਣੀ ਸ਼ੁਰੂ ਹੋਈ ਨਾ ਸੰਧਾਲੀਆ ਸਾਹਿਬ ਇਹ ਸਾਰੀਆਂ ਬਹੁਤੀਆਂ ਇਹਦੇ ਵਿੱਚ ਸੋਸ਼ਲ ਮੀਡੀਆ ਦੀਆਂ ਖਬਰਾਂ ਨੇ ਹੂੰ ਸੋਸ਼ਲ ਮੀਡੀਆ ਨੇ ਇਸ ਕਰਕੇ ਅਸੀਂ ਉਨੀਕ ਹੀ ਗੱਲ ਕਰ ਰਹੇ ਹਾਂ ਜਿੰਨੀ ਕੁ ਦੀ ਪੁਸ਼ਟੀ ਹੋਈ ਹੈ ਹਾਂ ਕੱਲ ਵਾਲੇ ਪ੍ਰੋਗਰਾਮ ਤੱਕ ਲੱਗਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਆਪਾਂ ਠੋਕ ਪਿਆ ਕੇ ਫਿਰ ਗੱਲ ਕਰਾਂਗੇ ਨਹੀਂ ਬਿਲਕੁਲ ਠੀਕ ਆ ਬਾਕੀ ਚਲੋ ਜੋ ਵੀ ਹੋਇਆ ਮਾੜਾ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸਣੀ ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਜੀ ਬਿਲਕੁਲ ਸਪਸ਼ਟ ਹੈ ਚਲਿਏ ਹੁਣ ਆਪਾਂ ਸੰਧਾਲੀਆ ਸਭ ਜਾਣੇ ਪੈਣਾ ਤੇ ਇੰਨੀ ਗੱਲ ਹੈ ਕਿ ਭਾਈ ਕੇਰੀ ਗੱਲ ਕਹਿ ਹੋ ਜਾਂਦੀ ਹੈ ਤੇ ਆਪਾਂ ਨਾਲੇ ਸਵਾਲ ਹੀ ਪੁੱਛ ਰਹੇ ਨੇ ਲੋਕ ਕਿੱਡੀ ਇੱਕ ਗੱਲ ਹੈ ਬਹੁਤ ਸਾਰੇ ਲੀਡਰ ਆਰਾਮ ਨਾਲ ਸੁਣਦੇ ਆ ਤੇ ਅਸੀਂ ਜਰੂਰ ਲੀਡਰਾਂ ਦੇ ਜਿਹੜੇ ਅੱਗੇ ਪਿੱਛੇ ਬੰਦੇ ਤੁਰੇ ਫਿਰਦੇ ਉਹਨਾਂ ਨੂੰ ਕਹਿੰਨੇ ਕਿ ਜਿਹੜੇ ਬੰਦੇ ਸਵਾਲ ਪੁੱਛ ਰਿਹਾ ਮਾੜਿਆ ਹੋ ਸਕਦਾ ਹੈ ਕਿ ਨਹੀਂ ਕੋਈ ਕੰਮ ਹੋਇਆ ਕਹਿ ਦੋ ਯਾਰ ਨਹੀਂ ਹੋ ਸਕਿਆ ਕਿਹੜੀ ਗੱਲ ਹੈ ਲੋਕਾਂ ਨੇ ਕਹਣਾ ਜਾਲ ਯਾਰ ਮੰਨ ਹੀ ਗਿਆ ਸੀ ਬੰਦਾ ਨੋਟ ਕਰ ਲਿਆ ਕਰੀਏ ਲੈ ਫਿਰ ਉਹੀ ਗੱਲ ਚਲੋ ਸ਼ੁਕਰੀਆ ਮੈਂ ਕਹਿੰਦਾ ਵੀ ਕੰਮ ਨੋਟ ਕਰ ਲਿਆ ਕਰੀਏ ਵੀ ਇਹ ਕਰਨਾ ਵੀ ਡੈਰੀ ਰੱਖ ਲਓ ਜੇਬ ਚ ਚਲੋ ਚਲੀਏ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਉਹ ਲਾਈਕ ਵਾਲਾ ਬਟਨ ਦਬ ਦਿੰਨੇ ਉਹਦੇ ਲਈ ਬਹੁਤ ਰਣੀ ਅਸੀਂ ਤੁਹਾਡੇ ਪਿਆਰ ਦੇ ਤੇ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਜੀ ਪ੍ਰੋਗਰਾਮ ਨੂੰ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈਗੀ ਦੇਖਦੇ ਰਹਣਾ ਪ੍ਰਾਈਮੇਰੀ ਸ਼ਾ ਟੀਵੀ